मैं वैसे चाहुंदा सी कि मेरे नाल मेरे वड्डे वीर परमिंदर सिंह भी उन्हां तों सवाल पुछ दे ते आपां नैचुरली एक गल जरूर मैं करना चाहवांगे, पर उस तों पहलों इंट्रोड्यूस करना चाहवांगे स्टूडियोज़ दे विच परमिंदर सिंह पैपरटरी होणा नूं। भाजी जी थोड़ा रेडियो स्पाइस ते स्वागत है जी। जी आयां नूं ਸਤਿ ਸ਼੍ਰੀ ਅਕਾਲ ਜੀ। ਅਮਰਤਾ ਪ੍ਰੀਤਮ ਹੁਣਾਂ ਨੇ ਬਹੁਤ ਸੋਹਣਾ ਲਿਖਿਆ ਸੀ, ਮਾਨ ਸੁੱਚੇ ਇਸ਼ਕ ਦਾ ਹੈ ਹੁਨਰ ਦਾ ਦਾਵਾ ਨਹੀਂ, ਕਲਮ ਦੇ ਇਸ ਭੇਦ ਨੂੰ ਕੋਈ ਇਲਮ ਵਾਲਾ ਪਾਏਗਾ। ਮੈਨੂੰ ਯਾਦ ਆ ਗਿਆ ਉਹ ਦਿਨ ਮੈਂ ਚੀਮਾ ਸਾਹਿਬ ਨਾਲ ਗੱਲ ਕਰ ਰਿਹਾ ਸੀ, ਮੇਰੇ ਸੀਨੀਅਰ ਹੁੰਦੇ ਸੀ ਭੰਗੜੇ 'ਚ ਮਤੇ ਜੀ ਇਹ, ਹਾਂਜੀ, ਲੇਕਿਨ ਜਵਾਨੀ ਦੇਖੋ ਕਿੱਦਾਂ ਸਾਂਭੀ। ਉਹ ਹੁਣ ਪੁੱਤ ਵੀ ਸੁੱਖ ਨਾਲ ਗੱਭਰੂ ਹੋ ਗਿਆ, ਬਰਾਬਰ ਦਾ ਹੋ ਗਿਆ। ਭੰਗੜੇ ਨਾਲ ਨਾ ਸਰੀ ਦੇ ਵਿੱਚ ਬੋਲੀਆਂ ਪਾਉਂਦੇ ਹੁੰਦੇ ਸੀ ਇੱਕ ਕਲੱਬ ਦੇ ਵਿੱਚ। ਅੱਛਾ ਜੀ। ਤੇ ਮੈਨੂੰ ਕਲੱਬ ਦਾ ਨਾਮ ਭੁੱਲ ਗਿਆ, ਨੱਚਦੀ ਜਵਾਨੀ ਜਾਂ ਨੱਚਦਾ ਪੰਜਾਬ ਕਲੱਬ ਸੀਗਾ ਸਮਥਿੰਗ। ਉੱਥੇ ਬੋਲੀਆਂ ਪਾਉਂਦੇ ਪਾਉਂਦੇ ਇਹਨਾਂ ਦੇ ਮਿੱਤਰਾਂ ਨੇ ਇਹਨਾਂ ਨੂੰ ਉਤਸ਼ਾਹਿਤ ਕੀਤਾ ਕਿ ਨਹੀਂ ਸਰ ਜੀ ਤੇਰੀ ਆਵਾਜ਼ ਬਹੁਤ ਸੋਹਣੀ ਆ, ਤੇ ਪਿੱਛੋਂ ਆਪਾਂ ਆ ਜੀ ਫਗਵਾੜੇ ਤੋਂ ਨਕੋਦਰ ਨੂੰ, ਤੇ ਰਾਹ ਜਿਹੜੇ ਪਿੰਡ ਪੈਂਦੇ ਆ ਸਮਰਾਏ ਜੰਡਿਆਲਾ ਉੱਥੋਂ ਸਾਈਡ ਨੂੰ ਥੋੜਾ ਜਿਹਾ ਪੈਂਦਾ ਚੀਮਾ। ਚੀਮਾ ਜੀ ਨੂਹਮਾ ਦੇ ਨਾਲ, ਹਾਂਜੀ ਤਾਂ ਉੱਥੋਂ ਦੇ ਮੁੰਡੇ ਪਹਿਲਾਂ ਵੀ ਬਹੁਤ ਬਾਹਰ ਸੀ, ਲੇਕਿਨ ਸਰਬਜੀਤ ਉਹਨਾਂ ਨੂੰ ਇੱਕ ਬਹੁਤ ਵੱਡਾ ਮਾਣ ਜਾਂਦਾ ਜੋ ਮੈਂ ਪਰਸਨਲੀ ਮਹਿਸੂਸ ਕੀਤਾ ਵੀ ਉਹਨਾਂ ਨੇ ਕੱਲੀ ਗਾਇਕੀ 'ਚ ਹੀ ਨਹੀਂ ਬਲਕਿ ਲਿਖਣ ਦੇ ਵਿੱਚ ਵੀ ਤੇ ਖਾਸ ਤੌਰ 'ਤੇ ਫਿਲਮਾਂ ਦੇ ਵਿੱਚ ਅਦਾਕਾਰੀ ਜਿਹੜੇ ਮਚੋਰ ਢੰਗ ਦੇ ਨਾਲ ਸਿਰੇ ਚੜ੍ਹਾਈ ਉਹਨੂੰ ਦੇਖ ਕੇ ਬੜਾ ਮਾਣ ਮਹਿਸੂਸ ਹੁੰਦਾ। ਨਹੀਂ ਤਾਂ ਭੰਗੜੇ ਵਾਲਿਆਂ ਨੂੰ ਲੋਕੀ ਕਈ ਵਾਰੀ ਇਹੀ ਸੋਚਦੇ ਆ ਵੀ ਸ਼ਾਇਦ ਇਹ ਛਾਲਾਂ ਜਾਂ ਝੂੰਬਰੀ ਵਧੀਆ ਕਰ ਲੈਂਦੇ ਆ। ਹਾਣੀ ਫਿਲਮ ਦੇ ਵਿੱਚ ਉਹਨਾਂ ਦੀ ਜਿਹੜੀ ਸੀਰੀਅਸ ਜਿਹੜੀ ਗੰਭੀਰ ਅਦਾਕਾਰੀ ਸੀ ਉਹਨੇ ਬਹੁਤ ਦੇ ਦਿੱਤਾ, ਲੇਕਿਨ ਆਪਾਂ ਉਸ ਮੁੱਦੇ ਤੋਂ ਹੁਣ ਇਸ ਮੁੱਦੇ ਵੱਲ ਆਉਂਦੇ ਹਾਂ ਜਿਹੜਾ ਅਸੀਂ ਵਾਅਦਾ ਕੀਤਾ ਸੀ, ਜੋ ਸਾਡਾ ਇਰਾਦਾ ਸੀ ਅੱਜ ਨਵਤੇਜ ਤੇ ਪਰਮਿੰਦਰ ਤੁਹਾਡੀ ਸੇਵਾ 'ਚ ਸੋਮਵਾਰ ਦੀ ਸ਼ਾਮ ਪ੍ਰੋਗਰਾਮ ਨਿਊਜ਼ੀਲੈਂਡ ਦੇ ਸਪੀਕ ਲੈ ਕੇ ਅਸੀਂ ਹਾਜ਼ਰ ਹੋਣੇ ਹਾਂ ਜੀ, ਔਰ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ ਅੱਜ ਥੋੜ੍ਹੀ ਜਿਹੀ ਦੇਰੀ ਨਾਲ, ਕਿਉਂਕਿ ਵੈਨਕੂਵਰ ਦੇ ਵਿੱਚ ਨਵਤੇਜ ਜੀ ਫਿਰ ਬਹੁਤ ਜ਼ਿਆਦਾ ਲੇਟ ਹੋ ਜਾਣਾ, ਤਾਂ ਅਸੀਂ ਥੋੜ੍ਹੀ ਗੁਸਤਾਖੀ ਦੀ ਮਾਫੀ ਮੰਗਦੇ ਹਾਂ ਅਸੀਂ ਉਹਨਾਂ ਨੂੰ ਪਹਿਲਾਂ ਸਰਜੀਤ ਚੀਮਾ ਹੁਣਾਂ ਨੂੰ, ਕਿਉਂਕਿ ਕਮਿਟਮੈਂਟ ਬੀਤੇ 3-4 ਵੀਕਸ ਤੋਂ ਚੱਲ ਰਹੀ ਸੀ ਕੁਦਰਤੀ, ਉਹ ਟਾਈਮਿੰਗ ਨਹੀਂ ਸੀ ਸੂਟ ਕਰਦੀ, ਸੋ ਅੱਜ ਫਿਰ ਉਹਨਾਂ ਦੀ ਅਵੇਲੇਬਿਲਟੀ ਸੀ। ਅਸੀਂ ਆਪਣੇ ਮਹਿਮਾਨਾਂ ਤੋਂ ਵੀ ਗੁਸਤਾਖੀ ਦੀ ਮਾਫੀ ਮੰਗਦੇ ਹਾਂ, ਦੇਖਣ ਵਾਲਿਆਂ ਤੋਂ ਸੁਣਨ ਵਾਲਿਆਂ ਤੋਂ ਵੀ, ਅਸੀਂ ਮਿੱਥੇ ਸਮੇਂ ਤੋਂ ਥੋੜ੍ਹੇ ਲੇਟ ਚੱਲ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਹੁਣ ਸਾਡਾ ਸਹਿਯੋਗ ਜਿਹੜਾ ਇਸ ਮਾਮਲੇ ਵਿੱਚ ਵੀ ਦਿੰਦੇ ਚੱਲੋਗੇ। ਆਪਾਂ ਇਹ ਮਹਿਸੂਸ ਕਰਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਨਵੇਂ ਸੋਸ਼ਲ ਸੈਟਅਪ ਦੇ ਵਿੱਚ ਅਸੀਂ ਆਉਂਦੇ ਹਾਂ, ਕਈ ਵਾਰ ਕਈ ਚੀਜ਼ਾਂ ਦੀ ਜਿਹੜੀ ਜਾਗਰੂਕਤਾ ਉਹ ਉਨੀ ਜ਼ਿਆਦਾ ਕਈ ਵਾਰ ਨਹੀਂ ਹੁੰਦੀ। ਮੇਰਾ ਇੱਥੇ ਕਹਿਣ ਦਾ ਮਤਲਬ ਇਹ ਹੈ ਵੀ ਦੋਵੇਂ ਤਰ੍ਹਾਂ ਜਿਹੜੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਈ ਵਾਰ ਕੁਛ ਚੀਜ਼ਾਂ ਜਿਹੜੀਆਂ ਕੁਝ ਹਮਦਰਦੀ ਕੁਝ ਜਜ਼ਬਾਤੀ ਕੁਝ ਸੇਮ ਭਾਈਚਾਰੇ ਦੇ ਹੋਣ ਕਰਕੇ ਵੀ ਕੁਛ ਚੀਜ਼ਾਂ ਜਿਹੜੀਆਂ ਆਪਾਂ ਉਹਨਾਂ ਨੂੰ ਅੰਡਰ ਦਾ ਕਾਰਪਟ ਕਰ ਦਿੰਦੇ ਹਾਂ ਜੀ। ਉਹਦੇ ਉੱਤੇ ਜ਼ਿਆਦਾ ਸਪਸ਼ਟੀਕਰਨ ਦੇਣ ਦੇ ਲਈ ਸਾਡੇ ਦੋਨਾਂ ਤੋਂ ਵੀ ਜ਼ਿਆਦਾ ਗੁਣੀ ਗਿਆਨੀ ਬੰਦਾ ਸਾਡੇ ਨਾਲ ਹਾਜ਼ਰ ਆ, ਅਵਤਾਰ ਤਰਕਸ਼ੀਲ ਹੋਣੀ, ਜਿਹੜੇ ਕਿ ਖੁਦ ਬਹੁਤ ਸਾਰੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਨੂੰ ਮੈਨੇਜ ਕਰਦੇ ਨੇ ਬੀਤੇ ਕਈ ਸਾਲਾਂ ਤੋਂ ਔਰ ਬੀਤੇ ਕਈ ਵਰ੍ਹਿਆਂ ਤੋਂ ਇਸ ਮੁਲਕ ਦੇ ਵਿੱਚ ਉਹਨਾਂ ਦਾ ਵੱਖ ਵੱਖ ਖੇਤਰਾਂ ਦੇ ਵਿੱਚ ਤਜਰਬਾ। ਉਸ ਤੋਂ ਪਹਿਲਾਂ ਜਿਹੜਾ ਬੀਤੇ ਹਫ਼ਤੇ ਅੰਤ ਦੌਰਾਨ ਨਵਤੇਜ ਜੀ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਜਿਹੜੀ ਫੇਸਬੁੱਕ ਪੋਸਟ ਸਾਂਝੀ ਕੀਤੀ ਗਈ ਸੀ ਉਹਦੇ ਮੱਦੇਨਜ਼ਰ ਖਾਸ ਤੌਰ 'ਤੇ ਜਿਹੜੀ ਇੱਕ ਮੁਲਾਕਾਤ ਵੀ ਤੁਸੀਂ ਕੀਤੀ ਸੀ ਵੀਰ ਜਗਜੀਤ ਸਿੱਧੂ ਹੁਣਾਂ ਦੇ ਨਾਲ, ਜਿਹੜੇ ਕਿ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨੇ ਔਰ ਪੰਜਾਬੀਆਂ ਦੇ ਗੜ੍ਹ ਪਾਪਾ ਟੋਇਟੋ ਦੇ ਵਿੱਚ ਹੀ ਆਪਣੀ ਪ੍ਰੈਕਟਿਸ ਕਰ ਰਹੇ ਨੇ, ਇੱਥੋਂ ਦੇ ਵਸਨੀਕ ਨੇ। ਸੋ ਉਹਨਾਂ ਨੇ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉੱਥੇ ਕੀਤੀਆਂ ਸੀ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਇਹ ਜਗਿਆਸਾ ਸੀ ਕਿ ਸਟੂਡੀਓ ਦੇ ਵਿੱਚ ਆ ਕੇ ਜਿਹੜੀਆਂ ਗੱਲਾਂ ਨੇ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਣ। ਸੋ ਆਪਣੇ ਭਾਈਚਾਰੇ ਦੇ ਨਾਲ ਇਹ ਗੱਲਾਂ ਸਾਂਝੀਆਂ ਕਰਦੇ ਹਾਂ, ਜਿੱਥੇ ਅਸੀਂ ਦੋ ਚੀਜ਼ਾਂ ਇਕੱਠੀਆਂ ਕਵਰ ਕਰਾਂਗੇ, ਇਕੱਲਾ ਮਾਲਕ ਮਕਾਨ ਦੇ ਪੱਖ ਤੋਂ ਨਹੀਂ ਜੀ, ਕਿਰਾਏਦਾਰ ਦੇ ਪੱਖ ਤੋਂ ਵੀ, ਜਿਹੜੀ ਜਿਹੜੀ ਅਵੇਅਰਨੈਸ, ਜਿਹੜੀ ਜਿਹੜੀ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ, ਸਾਡੀਆਂ ਓਬਲੀਗੇਸ਼ਨਸ ਤੇ ਸਾਡੇ ਰਾਈਟਸ, ਦੋਵੇਂ ਚੀਜ਼ਾਂ ਨੂੰ ਅਸੀਂ ਸਮਾਨਤਰ ਤੌਰ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਇਸ ਕੋਸ਼ਿਸ਼ 'ਚ ਅਸੀਂ ਕਿੰਨੇ ਕੁ ਸਫਲ ਹੋਣੇ ਹਾਂ ਉਹ ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ, ਲੇਕਿਨ ਇੱਕ ਮਾਹਰ ਦੇ ਤੌਰ 'ਤੇ ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਅਵਤਾਰ ਤਰਕਸ਼ੀਲ ਉਹਨਾਂ ਨੂੰ ਸੱਦਾ ਦਿੱਤਾ, ਜਿਹੜੇ ਕਿ ਮਿੱਥੇ ਸਮੇਂ ਮੁਤਾਬਕ ਪਹੁੰਚੇ, ਅਤੇ ਨਾਲ ਨਾਲ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਭਾਵੇਂ ਕਿ ਜਲਦਬਾਜ਼ੀ ਵਿੱਚ ਹੀ ਜਗਜੀਤ ਸਿੱਧੂ ਉਹਨਾਂ ਨੂੰ ਆਉਣਾ ਪਿਆ, ਲੇਕਿਨ ਅਸੀਂ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਇਸ ਮੌਕੇ ਭੈਣਾਂ ਭਰਾਵਾਂ ਦੇ ਮੁਕੱਦਸ ਤਿਉਹਾਰ ਰੱਖੜੀ ਇਹਨਾਂ ਦੀ ਮੁਬਾਰਕਾਂ ਦੇਣ ਦੀ ਜਿਹੜੀ ਖੁਸ਼ੀ ਹੈ ਉਹ ਹਾਸਲ ਕਰ ਰਹੇ ਹਾਂ। ਸੋ ਮੁਲਾਕਾਤ ਕਰਦੇ ਹਾਂ ਜੀ ਬਤੇ ਜੀ। ਇੱਕ ਬੜੀ ਇੰਟਰਸਟਿੰਗ ਗੱਲ ਦੱਸੀਏ ਭਾਈ, ਰੱਖੜੀਆਂ ਨੂੰ ਲੈ ਕੇ ਐਤਕੀ ਪਹਿਲੀ ਵਾਰੀ ਹੋਇਆ ਕਿ ਜਿੱਥੇ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਸ਼ੌਪਸ ਦੇ ਵਿੱਚ ਰੱਖੜੀਆਂ ਮੁੱਕ ਗਈਆਂ। ਮੇਰੇ ਖਿਆਲ ਸ਼ਾਇਦ ਕੋਵਿਡ ਦੇ ਬਾਅਦ ਬਹੁਤ ਪਰਿਵਾਰਾਂ ਨੇ ਇਸ ਤਿਉਹਾਰ ਨੂੰ ਰੀਅਲੀ ਜਿਹੜਾ ਸੈਲੀਬ੍ਰੇਟ ਕੀਤਾ, ਕਿਉਂਕਿ ਆਪਾਂ ਨੂੰ ਇਹਨਾਂ ਰਿਸ਼ਤਿਆਂ ਦੀ ਜਿਹੜੀ ਅਹਿਮੀਅਤ ਹੈ ਉਸ ਦੀ ਜਿਹੜੀ ਇਸ ਸਾਰੇ ਸਾਲ ਦੇ ਵਿੱਚ ਦੀ ਲੰਘਦਿਆਂ ਸ਼ਾਇਦ ਜਿਹੜੀ ਆਪਾਂ ਕਹਿ ਸਕਦੇ ਹਾਂ ਖਾਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਰੋਲ ਹੈ ਉਹ ਅਸੀਂ ਜ਼ਰੂਰ ਜਿਹੜਾ ਮਹਿਸੂਸ ਕੀਤਾ। ਸੋ ਮੇਰੀ ਵੀ ਰੱਖੜੀ ਜੀ ਟਾਈਮ ਸਿਰ ਬੱਝ ਗਈ। ਸੋ ਨੈਚੁਰਲੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਜੀ ਸਾਡੇ ਦੋਨੇ ਮਹਿਮਾਨਾਂ ਦਾ। ਥੈਂਕ ਯੂ ਤੁਹਾਡਾ। ਸੋ ਖੁਰਦਪੁਰ ਤੋਂ ਚੱਲ ਸਾਡੇ ਜਿਹੜੇ ਵੀਰ ਨੇ ਅਵਤਾਰ ਸਿੰਘ ਉਹਨਾਂ ਨੇ ਖਾਸ ਕਰਕੇ ਜੇ ਆਪਾਂ ਦੇਖੀਏ
साउथ ऑकलैंड तो अपनी शुरुआत इन्हां ने की थी। ते सिद्धू साहब जिहड़े ने नैचुरली ये भी एज अ लैंडलॉर्ड इन्हां ने मेहनत कश जिहड़ा अपना सफर है उस दे विच खुद लई घर बनाया, फिर उस दे बाद इन्हां ने जिहड़ियां रेंटल प्रॉपर्टीज जिहड़ियां ने वह भी बनाईया। ये पहली पंजाबियों की जिहड़ी चढ़दी कला की निशानी है कि असी मेहनत दे नाल सेविंग्स दे नाल बड़ी छेती अपना मुकाम हासिल कर रहे हैं। सो मैं जिहड़ा सवाल सीधा तुहाडे तों अवतार सिंह कोकी कोई हुणा तों पुछना चाहांगे ਭਾਜੀ, ਇਸ ਪਾਸੇ ਨੂੰ ਚੇਟਕ ਤੁਹਾਨੂੰ ਕਿਵੇਂ ਪਈ? ਕਿਉਂਕਿ ਇਹ ਵੀ ਜਿੱਥੇ ਕਿ ਅਸੀਂ ਦੇਖਦੇ ਹਾਂ ਕਿ ਹੁਣ ਤੱਕ ਮੇਰੇ ਖਿਆਲ ਜੇ ਮੈਂ ਗਲਤ ਨਹੀਂ ਤਾਂ 50 ਤੋਂ ਉੱਪਰ ਤਾਂ ਆਪਣੇ ਕੋਲ ਪ੍ਰੋਪਰਟੀਜ਼ ਮੇਰੇ ਖਿਆਲ ਹੋਣਗੀਆਂ ਜੀ। ਹਾਂਜੀ, ਤਕਰੀਬਨ 70 ਘਰ ਹੈ ਜੀ ਆਪਣੇ ਕੋਲ। 70 ਘਰ ਨੇ? ਹਾਂਜੀ। ਤੇ ਜਿਹੜਾ ਤੁਸੀਂ ਪੁੱਛਦੇ ਪਏ ਚੇਟਕ ਕਿੱਦਾਂ ਪਈ, ਮੈਂ ਬੜੀ ਸੋਹਣੀ ਜੌਬ ਕਰਦਾ ਸੀ ਜਿੱਦਾਂ 2.25 ਲੱਖ ਡਾਲਰ ਵਾਲੀ ਸਾਲ ਦੀ ਜੀ, ਤੇ 3 ਸਾਲ ਦੀ ਗੱਡੀ ਨਵੀਂ ਮਿਲਦੀ ਸੀ। ਪਰ ਜਿਸ ਵੇਲੇ ਮੈਂ ਆਪਣੇ ਆਪ ਨੂੰ ਦੇਖਿਆ ਵੀ ਜਿਸ ਵੇਲੇ 65 ਸਾਲ ਦੀ ਉਮਰ ਹੋਣੀ ਆ ਤਾਂ ਉਹਨਾਂ ਨੇ ਗੱਡੀ ਵਾਪਸ ਲੈ ਲੈਣੀ ਆ ਤੇ ਤਨਖਾਹ ਮਿਲਣੀ ਨੀ ਜੀ। ਬਾਅਦ ਵਿੱਚ ਆਪਾਂ ਜਿਹੜੀ $200 ਜਾਂ $250 ਪੈਨਸ਼ਨ ਆ ਜੀ, ਹੋ ਸਕਦਾ ਜਦੋਂ ਮੈਂ 65 ਸਾਲ ਦਾ ਹੋਵਾਂ ਉਹ 400 ਹੋ ਜਾਵੇ ਜੀ, ਤੇ ਇਹ ਵੀ ਹੋ ਸਕਦਾ ਵੀ ਸਰਕਾਰ ਕੋਲ ਇੰਨੇ ਬਿਨਾਂ ਹੋਣ ਜਿੰਨੇ ਅੱਜ ਮਿਲਦੇ ਆ ਜੀ। ਤੇ ਮੈਨੂੰ ਫਿਰ ਇਹ ਲੱਗਾ ਵੀ ਜਿੱਦਾਂ ਆਪਾਂ ਚੱਲੇ ਆ ਕੰਮ ਕਰੀ ਜਾਂਦੇ ਆ, ਘੰਟੇ ਵੀ ਗਿਣ ਨਹੀਂ ਰਹੇ, ਤਾਂ ਆਪਾਂ ਸਾਰੀ ਉਮਰ ਕੰਮ ਕਰਦੇ ਆ ਗਰੀਬ ਹੋਣ ਲਈ ਜੀ। ਤੇ ਮੈਂ ਫਿਰ ਉਸ ਚੀਜ਼ ਤੋਂ ਜਿੱਦਾਂ ਪਰੇ ਹਟ ਗਿਆ, ਮੈਂ ਸੋਚਿਆ ਵੀ ਬਜਾਏ ਕਿ ਲੋਕਾਂ ਨੂੰ ਅਮੀਰ ਬਣਾਉਣ ਦੇ ਆਪ ਹੀ ਅਮੀਰ ਬਣਨ ਦੀ ਕੋਸ਼ਿਸ਼ ਕਰੀਏ ਜੀ, ਤੇ ਜੇ ਅਸੀਂ ਉਹਦੇ ਵਿੱਚ ਕਾਮਯਾਬ ਹੁੰਦੇ ਹਾਂ ਤਾਂ ਘੱਟੋ ਘੱਟ ਸਾਨੂੰ ਕਿਤੇ ਜੌਬ ਨਹੀਂ ਲੱਭਣੀ ਪਊ। ਇਹ ਸੋਚ ਕੇ ਮੈਂ ਇਹ ਕਾਰੋਬਾਰ ਸ਼ੁਰੂ ਕੀਤਾ ਜੀ। ਸੋ ਸ਼ੁਰੂਆਤ ਦੇ ਵਿੱਚ ਨੈਚੁਰਲੀ ਭਾਜੀ ਆਪਾਂ ਪੈਸਾ ਤਾਂ ਇੰਡੀਆ ਤੋਂ ਨਹੀਂ ਲੈ ਕੇ ਆਏ ਹੁੰਦੇ, ਮੈਨੂੰ ਯਾਦ ਹੈ ਤੁਸੀਂ ਆਮ ਤੌਰ 'ਤੇ ਗੱਲ ਕਰਦੇ ਹੋ, ਕਿੰਨੇ ਆਪਾਂ ਡਾਲਰ ਲੈ ਕੇ ਆਏ ਸੀ? ਮੈਂ $200 ਲੈ ਕੇ ਸਰਦਾ ਕਰਦੇ ਹਾਂ ਜੀ ਕਿ $200 ਤੋਂ 70 ਪ੍ਰੋਪਰਟੀਆਂ ਜਿਹੜੇ ਤੁਸੀਂ ਬਣਾਈਆਂ ਨੇ। ਅਤੇ ਕਿਉਂਕਿ ਸਾਰੇ ਤੁਹਾਨੂੰ ਜਾਣਦੇ ਨੇ ਅਵਤਾਰ ਸਿੰਘ ਜੀ, ਜਿੱਥੇ ਕਿ ਤੁਸੀਂ ਸਮਾਜ ਸੇਵੀ ਕੰਮ ਵੀ ਬਹੁਤ ਕਰਦੇ ਹੋ, ਲੇਕਿਨ ਕਮਿੰਗ ਟੂ ਦਾ ਪ੍ਰੋਪਰਟੀ, ਅੱਜ ਅਸੀਂ ਪ੍ਰੋਪਰਟੀ ਦੇ ਆਲੇ ਦੁਆਲੇ ਰਹਿਣਾ, ਅਤੇ ਮੈਨੂੰ ਦੱਸਣਾ ਕਿ ਜਿਹੜੇ ਖਾਸ ਕਰਕੇ ਜਿਹੜਾ ਤੁਹਾਡਾ ਸਫ਼ਰ ਹੈ ਆਪਣੇ ਰੈਂਟਲ ਪ੍ਰੋਪਰਟੀਜ਼ ਵੱਲ ਨੂੰ, ਉਹ ਫਿਰ ਕਿਵੇਂ ਵਧਿਆ? ਹਾਂਜੀ, ਰੈਂਟਲ ਪ੍ਰੋਪਰਟੀ ਤੋਂ ਪਹਿਲਾਂ ਮੈਂ ਇੱਕ ਗੱਲ ਰੱਖੜੀ ਦੇ ਨਾਲ ਸ਼ੇਅਰ ਕਰਦਾ ਜੀ, ਵੀ ਜਿਸ ਵੇਲੇ 1990 ਦੀ ਰੱਖੜੀ ਸੀ ਜੀ, ਤੇ ਉਸ ਵੇਲੇ ਜਿਹੜਾ $200 ਲਿਆਂਦਾ ਸੀ ਉਹ ਵੀ ਮੁੱਕ ਚੁੱਕਾ ਸੀ। ਉਹਨਾਂ ਦਿਨਾਂ ਦੇ ਵਿੱਚ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਇੱਕ ਤਾਂ $2 ਦੇ ਸਿੱਕੇ ਸੀ, ਉਹ ਕਾਗਜ਼ਾਂ ਦੇ ਹੁੰਦੇ ਸੀ ਜੀ, ਤੇ ਜਿਸ ਵੇਲੇ ਮੈਨੂੰ ਰੱਖੜੀ ਆਈ ਤਾਂ ਮੈਂ ਹੁਣ ਪੈਸੇ ਭੇਜਣੇ ਸੀ ਤਾਂ ਮੇਰੇ ਕੋਲ ਸਿਰਫ $1 ਸੀ ਕਾਗਜ਼ਾਂ ਦਾ ਜੀ, ਤੇ ਹੁਣ ਉੱਥੇ ਨੂੰ ਭੇਜਣੇ ਸੀ, ਮੈਂ ਉਹ $1 ਹੀ ਭੇਜ ਦਿੱਤਾ ਤੇ ਨਾਲ ਲਿਖ ਦਿੱਤਾ ਵੀ ਮੇਰੇ ਕੋਲ ਆਹ ਕੁਛ ਹੀ ਸੀ ਵੀ ਜਿਹੜਾ ਮੈਂ ਭੇਜ ਰਿਹਾ। ਜਿਹੜਾ ਇਹ ਰੱਖੜੀ ਦੇ ਨਾਂ ਦੇ ਉੱਤੇ ਜਿਹੜਾ ਆਪਸੀ ਪਿਆਰ ਆ ਨਾ, ਉਹ ਪੈਸੇ ਦੇ ਨਾਲ ਨਹੀਂ ਹੈਗਾ, ਪਰ ਉਹ ਜਿਹੜਾ ਮੈਂ $1 ਆਪਣੀ ਭੈਣ ਨੂੰ ਜਾਂ ਮੇਰੀ ਭਤੀਜੀ ਜਿਹਨੂੰ ਮੈਂ ਭੈਣ ਸਮਝਦਾ, ਉਹਨੇ ਹਾਲੇ ਤੱਕ ਵੀ ਸਾਂਭ ਕੇ ਰੱਖਿਆ ਆ। ਤੁਸੀਂ ਦੇਖੋ ਵੀ 1990 ਤੋਂ ਲੈ ਕੇ ਉਹ ਕੰਟਰੀ ਬਦਲ ਗਈ, ਉਹ ਕੈਨੇਡਾ ਦੇ ਵਿੱਚ ਚਲ ਗਈ ਜੀ। ਇਹ ਜਿੱਦਾਂ ਪਿਆਰ ਆ, ਇਹੋ ਪੈਸੇ ਦੀ ਗੱਲ ਨਹੀਂ ਹੈ। ਤੇ ਮਤਲਬ ਉਹ ਅੱਜ ਵੀ ਉਹਨੂੰ ਕੱਢ ਕੇ ਦੇਖਦੀ ਆ ਵੀ ਕਦੇ ਮਤਲਬ ਮੇਰੇ ਭਰਾ ਤੇ ਇੱਦਾਂ ਦੇ ਦਿਨ ਸੀ। ਕਿਆ ਇਹ ਇੰਸਪਾਇਰਿੰਗ ਸਟੋਰੀ ਹੈ ਅਵਤਾਰ ਸਿੰਘ ਜੀ, ਵੈਸੇ ਤੁਹਾਡੀ ਜ਼ਿੰਦਗੀ ਬੜੀ ਇੰਸਪਾਇਰਿੰਗ ਹੈ, ਕਿਉਂਕਿ ਜੇ ਅਸੀਂ ਆਪਾਂ ਉਸ ਦੇ ਵਿੱਚ ਨਹੀਂ ਅੱਜ ਜਾਣਾ ਕਿ ਤੁਸੀਂ ਕਿਵੇਂ ਵਾਪਸ ਆਏ ਨਿਊਜ਼ੀਲੈਂਡ ਦੇ ਵਿੱਚ, ਕਿਉਂਕਿ ਸਾਨੂੰ ਡਿਪੋਰਟ ਕਰ ਦਿੱਤਾ ਗਿਆ ਸੀ, ਤੇ ਪਰ ਲੇਕਿਨ ਤੁਹਾਡੀ ਵਾਪਸ ਆਉਣ ਦੀ ਚਾਹ ਜਿਹੜੀ ਹੈ ਤੁਹਾਨੂੰ ਇੱਥੇ ਤੱਕ ਲੈ ਕੇ ਆਈ, ਅਤੇ ਅੱਜ ਆਪਾਂ ਇੱਥੇ 70 ਪ੍ਰੋਪਰਟੀਆਂ ਦੀ ਗੱਲ ਕਰ ਰਹੇ। ਸੋ ਰੈਂਟਲ ਪੋਰਟਫੋਲੀਓ ਤੁਹਾਡਾ ਕਾਫੀ ਵੱਡਾ, ਮੈਨੂੰ ਪਤਾ ਸਾਊਥ ਆਕਲੈਂਡ ਦੇ ਵਿੱਚ ਖਾਸ ਕਰਕੇ ਕਲਿੰਟਨ ਤੋਂ ਲੈ ਕੇ ਤੁਸੀਂ ਜਿਹੜਾ ਆਕਲੈਂਡ ਸ਼ਹਿਰ ਦੇ ਵਿੱਚ ਬਹੁਤ ਪ੍ਰੋਪਰਟੀਜ਼ ਜਿਹੜੀਆਂ ਆ ਉਹ ਲਈਆਂ। ਸੋ ਇਸ ਸਾਰੇ ਪੋਰਟਫੋਲੀਓ ਨੂੰ ਮੈਨੇਜ ਕਿਵੇਂ ਕਰਦੇ ਹੋ? ਹਾਂਜੀ, ਮੈਂ ਜੀ ਸ਼ੁਰੂ ਤੋਂ ਲੈ ਕੇ ਇਹੀ ਦੇਖਿਆ ਵੀ ਬਜਾਏ ਕਿ ਆਪਾਂ ਉਹ ਕੰਮ ਕਰੀਏ ਵੀ ਜਿਹੜਾ ਸਾਨੂੰ ਪੂਰਾ ਨਹੀਂ ਆਉਂਦਾ ਹੈਗਾ ਜੀ, ਮੈਂ ਉਹਨਾਂ ਕੰਮਾਂ ਵਾਸਤੇ ਪ੍ਰੋਫੈਸ਼ਨਲ ਲੋਕ ਹਾਇਰ ਕੀਤੇ, ਕਿਉਂਕਿ ਮੈਂ ਵਧੀਆ ਸੀਗਾ ਵੀ ਪ੍ਰੋਪਰਟੀ ਖਰੀਦ ਲਈ, ਵੇਚ ਲਈ ਜਾਂ ਰੈਨੋਵੇਟ ਕਰ ਲਈ, ਮੈਂ ਇਹਦੇ ਵਾਸਤੇ ਗੁੱਡ ਸੀ ਜੀ, ਅਤੇ ਮੈਂ ਆਪਣੀ ਸਕਿੱਲ ਉੱਥੇ ਹੀ ਵਰਤਣੀ ਚਾਹੁੰਦਾ ਸੀ ਜਿਹਦਾ ਮੈਨੂੰ 100% ਜਾਂ ਉਹਦੇ ਲਾਗੇ ਪਤਾ ਜੀ। ਹੁਣ ਜਿਹੜੇ ਪ੍ਰੋਪਰਟੀ ਮੈਨੇਜਰਸ ਹੈਗੇ ਆ ਸਾਡੇ ਅਲੱਗ ਅਲੱਗ ਜਿਹੜੇ ਸਿਟੀਜ਼ ਹੈਗੇ ਆ, ਉੱਥੇ ਅਲੱਗ ਅਲੱਗ ਪ੍ਰੋਪਰਟੀ ਮੈਨੇਜਰ ਹੈਗੇ, ਗੋਰੀਆਂ ਹੀ ਆ ਸਾਰੀਆਂ, ਅਤੇ ਉਹ ਮੇਰੇ ਨਾਲ ਵਧੀਆ ਕੰਮ ਕਰਦੀਆਂ ਜੀ, ਅਤੇ ਮੈਂ ਉਹਨਾਂ ਦੇ ਕੰਮ 'ਚ ਕਦੇ ਦਖਲ ਅੰਦਾਜ਼ੀ ਨਹੀਂ ਬਿਲਕੁਲ ਕਰਦਾ, ਕਿਉਂਕਿ ਜਿੱਦਣ ਮੈਂ ਦਖਲ ਅੰਦਾਜ਼ੀ ਕੀਤੀ ਤਾਂ ਉਹ ਕੰਮ ਉਲਟ ਹੋ ਜਾਂਦਾ ਜੀ, ਅਤੇ ਪਰ ਮੈਂ ਜਿਹਦੇ ਜਿਹੜੇ ਕੰਮ ਦੇ ਵਿੱਚ ਗੋਡਿਆਂ ਉਹਨੂੰ ਰੈਨੋਵੇਟ ਕਰਨ ਦੇ ਵਿੱਚ, ਖਰੀਦਣ ਦੇ ਵਿੱਚ, ਵੇਚਣ ਦੇ ਵਿੱਚ,
ਮੈਂ ਕੱਲਾ ਉਹਦੇ ਤੇ ਫੋਕਸ ਕਰਦਾ ਤੇ ਰੈਂਟਲ ਜਿਹੜੀ ਪ੍ਰੋਪਰਟੀਜ਼ ਨੂੰ ਲੈ ਕੇ ਮੈਨੂੰ ਇੱਕ ਸਾਰੇ ਮੈਂ ਜਿਹੜੇ ਸਾਡੇ ਵਿਊਜ਼ ਨੇ ਲਿਸਨਰਸ ਨੇ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਅਧਿਐਨ ਵੀ ਇਸ ਫੀਲਡ ਦੇ ਵਿੱਚ ਕੀਤਾ ਮੈਨੂੰ ਯਾਦ ਹੈ ਕਿ ਮੇਰੇ ਫਾਦਰ ਸਾਹਿਬ ਹੋਣਾ ਦੇ ਨਾਲ ਆਪਾਂ ਇਕੱਠਿਆਂ ਰਿਚ ਮਾਸਟਰੀ ਦੇ ਕੋਰਸਿਸ ਦੇ ਵਿੱਚ ਜਿਹੜਾ ਉਹ ਕਾਫੀ ਸਮਾਂ ਬਿਤਾਇਆ ਤੁਸੀਂ ਇਸ ਨੂੰ ਐਜ਼ ਆ ਆਪਣੇ ਪ੍ਰੋਪਰ ਜਿਹੜਾ ਇੱਕ ਸਬਜੈਕਟ ਦੇ ਵਿੱਚ ਲੈ ਕੇ ਕਿ ਕਿਵੇਂ ਕਿਵੇਂ ਕਿੱਥੇ ਕਿੱਥੇ ਕੀ ਸਾਨੂੰ ਜਿਹੜੇ ਤਰੀਕੇ ਵਰਤਣੇ ਨੇ ਮਾਪਦੰਡ ਜਿਹੜੇ ਵਰਤਣੇ ਨੇ ਤਾਂ ਕਿ ਅਸੀਂ ਪ੍ਰੋਪਰਟੀ ਆਪਣਾ ਪੋਰਟਫੋਲੀਓ ਵਧਾਈਏ ਅਤੇ ਫਿਰ ਇੱਧਰ ਨੂੰ ਤੁਰੀਏ ਕਿ ਅਸੀਂ ਉਸਨੂੰ ਮੈਨੇਜ ਕਰੀਏ ਸੋ ਇਹ ਵੀ ਇੱਕ ਫੀਲਡ ਆ ਜੀ ਜਿਸ ਨੂੰ ਤੁਸੀਂ ਸਟੱਡੀ ਕੀਤਾ ਹਾਂਜੀ ਬਿਲਕੁਲ ਜਿਹੜੀ ਪਹਿਲਾਂ ਮੇਰੀ ਸਟੱਡੀ ਸੀ ਮੈਂ ਜਿਹੜੀਆਂ ਮੈਨੂੰ ਪ੍ਰੋਪਰਟੀ ਇਨਵੈਸਟਮੈਂਟ ਦੀਆਂ ਕਿਤਾਬਾਂ ਮਿਲੀਆਂ ਉਹ ਅਮੈਰੀਕਾ ਦੀਆਂ ਮਿਲੀਆਂ ਸੀ ਜੀ ਹਾਲੇ ਕਿ ਮੈਂ ਉਹਨਾਂ ਤੋਂ ਕਾਫੀ ਇੰਸਪਾਇਰ ਹੋ ਗਿਆ ਪਰ ਉਹਦੇ ਵਿੱਚ ਜਿਹੜੇ ਅਮੈਰੀਕਾ ਦੇ ਲਾਅ ਬਾਰੇ ਗੱਲਬਾਤ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਕਿ ਆਪਾਂ ਜੇ ਨਿਊਜ਼ੀਲੈਂਡ 'ਚ ਇਹ ਕੰਮ ਕਰਨਾ ਹੈ ਤਾਂ ਆਪਾਂ ਨੂੰ ਇੱਥੇ ਦੇ ਲਾਅ ਪੜ੍ਹਨ ਦੀ ਲੋੜ ਆ ਅਤੇ ਫਿਰ ਮੈਂ ਉਹ ਜਿਹੜਾ ਨੌਲੇਜ ਹੈਗਾ ਆ ਉਹਨੂੰ ਨਿਊਜ਼ੀਲੈਂਡ ਦੇ ਨੌਲੇਜ ਦੇ ਨਾਲ ਕਨਵਰਟ ਕਰਕੇ ਫਿਰ ਉਹਨੂੰ ਇੱਥੇ ਪ੍ਰੈਕਟੀਕਲੀ ਸ਼ੁਰੂ ਕੀਤਾ ਇਸ ਕਰਕੇ ਆਪਾਂ ਕਹਿ ਸਕਦੇ ਵੀ ਇੱਕ ਕੰਟਰੀ ਦਾ ਨੌਲੇਜ ਗੇਨ ਕਰਨ ਦੀ ਲੋੜ ਨਹੀਂ ਆਪਾਂ ਨੂੰ ਅਲੱਗ ਅਲੱਗ ਕੰਟਰੀਆਂ ਦੇ ਜਿਹੜੇ ਇਨਵੈਸਟਰ ਆ ਉਹਨਾਂ ਤੋਂ ਨੌਲੇਜ ਮਿਲਦਾ ਤੇ ਪਰ ਹੈਰਾਨੀ ਦੀ ਗੱਲ ਇਹ ਹੈਗੀ ਕਿ ਜਿਸ ਵੇਲੇ ਉਹ ਤੁਸੀਂ ਨੌਲੇਜ ਨੂੰ ਪ੍ਰੈਕਟੀਕਲੀ ਤੌਰ ਦੇ ਉੱਤੇ ਅਪਣਾਉਣ ਲੱਗ ਪੈਂਦੇ ਆ ਤਾਂ ਤੁਹਾਨੂੰ ਕਿੰਨੀਆਂ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਵੀ ਜਿਹੜੀਆਂ ਤੁਸੀਂ ਖੁਦ ਕ੍ਰੀਏਟ ਕਰ ਲੈਂਦੇ ਆ ਜਿਹੜੀਆਂ ਕਿਸੇ ਕਿਤਾਬ 'ਚ ਵੀ ਨਹੀਂ ਆਈਆਂ ਹੁੰਦੀਆਂ ਤੇ ਉਹਨੂੰ ਦੇਖ ਕੇ ਜਿੱਦਾਂ ਮੈਂ ਆਪ ਵੀ ਇੰਸਪਾਇਰ ਹੋਇਆ ਤੇ ਦੂਸਰਿਆਂ ਨੂੰ ਵੀ ਕੀਤਾ ਬੜੀ ਇੰਟਰਸਟਿੰਗ ਸਰ ਤੁਸੀਂ ਵੀ ਪੰਜਾਬ ਤੋਂ ਨੈਚੁਰਲੀ ਜਿਹੜਾ ਆਪਣਾ ਸਫ਼ਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਕੀਤਾ ਪਰਿਵਾਰ ਦੇ ਵਿੱਚ ਤੁਸੀਂ ਨੈਚੁਰਲੀ ਇੱਥੇ ਜਿਹੜੀ ਹੈ ਮਿਹਨਤ ਕਰਕੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਅਤੇ ਪਾਪਟੋਈ ਤੁਹਾਡਾ ਘਰ ਹੈ ਤੁਹਾਡਾ ਇੱਥੇ ਜਲ ਪਾਣੀ ਸਾਰਾ ਕੁਛ ਤੁਹਾਡਾ ਅਤੇ ਰਿਜ਼ਕ ਵੀ ਇਸ ਜਗ੍ਹਾ ਦੇ ਨਾਲ ਜੁੜਿਆ ਹੋਇਆ ਸੋ ਤੁਹਾਡਾ ਰੀਅਲ ਸਟੇਟ ਦੇ ਪੱਖੋਂ ਸਫ਼ਰ ਜਿਹੜਾ ਇਸ ਦੇ ਬਾਰੇ ਵੀ ਥੋੜ੍ਹਾ ਜ਼ਰੂਰ ਦੱਸ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਸਾਰਿਆਂ ਨੂੰ ਬਹੁਤ ਬਹੁਤ ਰੱਖੜੀ ਦੀ ਵਧਾਈ ਆ ਜੀ ਰੀਅਲ ਸਟੇਟ ਜਿਹੜਾ ਸ਼ੁਰੂ ਹੋਇਆ ਸੀਗਾ ਜੀ ਮੇਰਾ 2005 'ਚ ਸ਼ੁਰੂ ਹੋਇਆ ਸੀਗਾ ਜੀ ਸੋ ਉਦੋਂ ਜਦੋਂ ਕੰਮ ਕਰਦੇ ਸੀ ਵਧੀਆ ਇਨਕਮ ਹੁੰਦੀ ਸੀਗੀ ਅਤੇ ਬੈਂਕ ਵੀ ਲੋਨ ਈਜ਼ੀਲੀ ਦੇ ਦਿੰਦੇ ਸੀ ਬੈਂਕ ਘਰੇ ਬੈਠੇ ਹੁੰਦੇ ਸੀ ਵਿੱਚ ਲੈ ਲਓ ਅਤੇ ਬਟ ਇੰਨਾ ਜ਼ਿਆਦਾ ਤਾਂ ਫਿਰ ਫਿਲਹਾਲ ਨਹੀਂ ਕਰ ਪਾਏ ਸਟਰਗਲਿੰਗ ਰਿਹਾ ਕਾਫੀ ਕੁਛ ਬਟ ਥੋੜ੍ਹੀ ਬਹੁਤ ਪ੍ਰੋਪਰਟੀਜ਼ ਹੈਗੀਆਂ ਨੇ ਬਟ ਨੋਟ ਟੂ ਮੈਨੀ ਜੀ ਸੋ ਉਹੀ ਅਜੇ ਕਰੇ ਜਾਂਦੇ ਜੀ ਹਾਂਜੀ ਜੀ ਸੋ ਪ੍ਰੋਪਰਟੀਜ਼ ਦੇ ਵਿੱਚ ਜਿਹੜੀ ਇੱਕ ਆਮ ਨੈਚੁਰਲੀ ਰਵਾਇਤ ਹੈ ਕਿ ਜਿਵੇਂ ਤੁਸੀਂ ਤਾਰ ਸਿੰਘ ਜੀ ਕਿਹਾ ਕਿ ਦੋ ਆਪਸ਼ਨਸ ਨੇ ਤੁਸੀਂ ਖੁਦ ਪ੍ਰੋਪਰਟੀ ਨੂੰ ਮੈਨੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਰੈਂਟਲ ਮੈਨੇਜਰ ਜਿਹੜਾ ਉਹਨਾਂ ਨੂੰ ਦੇ ਦਿਓ ਸੋ ਇਸ ਆਪਸ਼ਨਸ ਦੇ ਵਿੱਚ ਆਮ ਤੌਰ ਦੇ ਉੱਤੇ ਉਹਨਾਂ ਦੇ ਖਰਚੇ ਵੀ ਨੇ ਫਿਰ ਰੈਂਟਲ ਮੈਨੇਜਰਸ ਦੇ ਉਹ ਹਰ ਹਫ਼ਤੇ ਤੁਹਾਨੂੰ ਮੇਰੇ ਖਿਆਲ ਜੇ ਮੈਂ ਰੋਂਗ ਨਹੀਂ $25 ਤੋਂ ਸ਼ੁਰੂ ਹੁੰਦੇ ਨੇ $50 $100 ਤੱਕ ਵੀ ਕਈ ਜਿਹੜੇ ਅਪ ਮਾਰਕੀਟ ਪ੍ਰੋਪਰਟੀ ਮੇਨਟੇਨੈਂਸ ਵੀ ਹੈਗੀ ਆ ਸੋ ਉਹ ਵੀ ਖਰਚਾ ਨਾਲ ਵੱਜਿਆ ਹੋਇਆ ਉਸ ਦੇ ਸੋ ਅਤੇ ਜਿਹੜੀ ਪ੍ਰੋਪਰਟੀ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਸਿਰਫ ਸਾਹਿਬ ਇਹ ਪ੍ਰੋਪਰਟੀ ਦੇ ਵਿੱਚ ਮੈਨੂੰ ਯਾਦ ਹੈ ਤੁਸੀਂ ਖੁਦ ਵੀ ਕਾਫੀ ਦੇਰ ਰਹੇ ਹੋ ਹਾਂਜੀ ਜਿਹੜੀ ਪਾਪਟੋਈ ਦੇ ਵਿੱਚ ਪ੍ਰੋਪਰਟੀ ਆ ਸੋ ਇਸ ਪ੍ਰੋਪਰਟੀ ਨੂੰ ਕਿੰਨੀ ਕੁ ਦੇਰ ਦਾ ਤੁਸੀਂ ਜਿਹੜਾ ਰੈਂਟ ਦੇ ਉੱਤੇ ਚਾੜਿਆ ਹੋਇਆ ਸੀਗਾ ਹਾਂਜੀ ਲਾਸਟ ਪ੍ਰੋਪਰਟੀ ਜਿਹੜੀ ਬਾਏ ਹੋਈ ਸੀਗੀ 2005 ਦੇ ਵਿੱਚ ਹੋਈ ਸੀਗੀ ਜੀ 2005 ਤੋਂ ਲੈ ਕੇ 2013 ਤੱਕ ਇਹ ਪ੍ਰੋਪਰਟੀ ਜਿਹੜੀ ਸੀਗੀ ਰੈਂਟ 'ਤੇ ਰਹੀ ਹੈ ਇੱਕ ਹੀ ਫੈਮਿਲੀ ਕੋਲ ਰਹੀ ਹੈ ਮੋਰੀ ਫੈਮਿਲੀ ਕੋਲ ਰਹੀ ਹੈ ਦੇ ਲੁੱਕਡ ਆਫਟਰ ਵੈਰੀ ਵੈਲ ਮੋਰੀ ਫੈਮਿਲੀ ਸੀ ਜੀ ਸੋ 13 ਤੋਂ ਬਾਅਦ ਉਹ ਜਿਹੜੇ ਕਿ ਉਹ ਆਪਣੇ ਹੋਰ ਐਕਸਟੈਂਡਡ ਫੈਮਿਲੀ ਦੇ ਨਾਲ ਮੂਵ ਹੋਣਾ ਚਾਹੁੰਦੇ ਸੀਗੇ ਅਤੇ ਉਹ ਤੋਂ ਬਾਅਦ ਫਿਰ ਅਸੀਂ ਇਸ ਘਰ ਦੇ ਵਿੱਚ ਆਪ ਮੂਵ ਕਰ ਗਏ ਅਤੇ 13 ਤੋਂ ਬਾਅਦ 16 ਤੱਕ ਅਸੀਂ ਇਸ ਘਰ ਦੇ ਵਿੱਚ ਰਹੇ ਨੇ ਅਤੇ ਪੂਰਾ ਇਹਨੂੰ ਪ੍ਰੋਪਰ ਜਿਹੜਾ ਕਿ ਨਿਊਲੀ ਰੈਨੋਵੇਟ ਐਵਰੀਥਿੰਗ ਕੀਤਾ ਸੀਗਾ ਐਂਡ 16 ਤੋਂ ਬਾਅਦ ਇਹ ਦੁਬਾਰਾ ਫਿਰ ਪ੍ਰੋਪਰਟੀ ਜਿਹੜੀ ਕਿ ਟਾਈਮ ਟੂ ਟਾਈਮ ਰੈਂਟ 'ਤੇ ਰਹਿੰਦੀ ਰਹੀ ਹੈ ਜੀ ਸੋ ਲੇਟਲੀ ਜਿਹੜਾ ਇੰਸੀਡੈਂਟ ਹੋਇਆ ਨੈਚੁਰਲੀ ਉਸ ਦੇ ਵਿੱਚ ਫੋਟੋ ਸਾਰਿਆਂ ਨੇ ਇੰਟਰਨੈਟ ਉੱਤੇ ਵੀ ਦੇਖੀਆਂ ਹੈਰਾਨ ਰਹਿ ਗਏ ਸਾਰੇ ਨੈਚੁਰਲੀ ਆਮ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਪ੍ਰੋਪਰਟੀਜ਼ ਦੇ ਉੱਤੇ ਥੋੜ੍ਹੀ ਬਹੁਤੀ ਡੈਮੇਜ ਹੁੰਦੀ ਹੈ ਨੈਚੁਰਲ ਹੈ ਹਾਂਜੀ ਐਂਡ ਐਂਡ ਵੀਅਰ ਐਂਡ ਟੀਅਰ ਹੈ ਇਹ ਪ੍ਰੋਪਰਟੀ ਦੀ ਯੂਸੇਜ ਹੈ ਉਸ ਦੇ ਵਿੱਚ ਤੁਸੀਂ ਜਦੋਂ ਘੁੰਮਦੇ ਫਿਰਦੇ ਹੋ ਅਤੇ ਪਰਿਵਾਰਾਂ ਦੇ ਵਿੱਚ ਜਾਂ ਰਹਿੰਦੇ ਹਾਂ ਇਹ ਥੋੜ੍ਹੀ ਬਹੁਤੀ ਹੋ ਜਾਂਦੀ ਜਦੋਂ ਤੁਸੀਂ ਨੈਕਸਟ ਪ੍ਰੋਪਰਟੀ ਜਿਹੜੇ ਤੁਹਾਡੇ ਰੈਂਟਰ ਨੇ ਉਹਨਾਂ ਨੂੰ ਜਦੋਂ ਤੁਸੀਂ ਦੇਣੀ ਹੁੰਦੀ ਹੈ ਪ੍ਰੋਪਰਟੀ ਫਿਰ ਤੁਸੀਂ ਥੋੜ੍ਹੀ ਬਹੁਤੀ ਮੁਰੰਮਤ ਵੀ ਨੈਚੁਰਲੀ ਕਰਕੇ ਦਿੰਦੇ ਹੋ ਸੋ ਇਹ ਨੈਚੁਰਲ ਪ੍ਰੋਸੈਸ ਹੈ ਸਾਰਿਆਂ ਦੇ ਨਾਲ ਅਤੇ ਜੇ ਰੈਂਟ ਮੈਨੇਜਰ ਹੈ ਜੀ ਉਹਨੇ ਆ ਕੇ ਤੁਹਾਨੂੰ ਲਿਸਟ ਬਣਾ ਦੇਣੀ ਹੈ ਅਤੇ ਉਹਨੇ ਕਹਿਣਾ ਆਹ 4-5 ਚੀਜ਼ਾਂ ਜੀ ਕਰਾ ਦਿਓ
ਤੇ ਆਪਾਂ ਪ੍ਰੋਪਰਟੀ ਜਿਹੜੀ ਆ ਅੱਗੇ ਕਰ ਦਿੰਦੇ ਹਾਂ। ਸੋ ਤੁਸੀਂ ਮੈਨੂੰ ਇਸ ਇੰਸੀਡੈਂਟ ਦੇ ਪੱਖੋਂ ਥੋੜ੍ਹਾ ਦੱਸਣਾ ਕਿ ਜਿਹੜੀ ਪ੍ਰੋਪਰਟੀ ਹੈ ਇਸ ਨੂੰ ਲੈ ਕੇ ਜਿਹੜਾ ਇਹ ਸਟੇਟ ਤੱਕ ਜਿਹੜਾ ਆਉਣਾ ਇਹਦੇ ਬਾਰੇ ਥੋੜ੍ਹਾ ਬਰੀਫਲੀ ਤੁਸੀਂ ਦੱਸਣਾ ਕਿ ਮਤਲਬ ਇਹਦਾ ਜੋ ਨੁਕਸਾਨ ਹੋਇਆ ਲੋਸ ਹੋਇਆ ਜੀ। ਫਸਟ ਆਫ ਆਲ ਤਾਂ ਮੈਂ ਸਾਰਾ ਨੂੰ ਮਤਲਬ ਕਿ ਇੱਕ ਗੱਲ ਬਿਲਕੁਲ ਕਲੀਅਰ ਕਰਨਾ ਚਾਹੂੰਗਾ ਔਰ ਈਵਨ ਕਿ ਮੈਂ ਹੱਥ ਜੋੜ ਕੇ ਮਾਫ਼ੀ ਮੰਗਣਾ ਚਾਹੂੰਗਾ ਜੇ ਕਿਸੇ ਨੂੰ ਪਰਸਨਲੀ ਇਹ ਚੀਜ਼ ਦਾ ਲੱਗਿਆ ਕਿ ਇੱਕ ਪਰਸਨਲ ਕਮਿਊਨਿਟੀ ਨੂੰ ਇੱਕ ਪਰਸਨਲ ਗਰੁੱਪ ਨੂੰ ਜੇ ਫੋਕਸ ਕੀਤਾ ਇੱਦਾਂ ਦਾ ਕੁਛ ਨਹੀਂ ਸੀਗਾ ਜੀ। ਇਟ ਵਾਜ਼ ਦਾ ਮੇਨ ਬਿਟਵੀਨ ਟੈਨੈਂਟ ਐਂਡ ਟੈਨੈਂਟ ਲੈਂਡਲੋਰਡ ਐਂਡ ਬਿਟਵੀਨ ਟੈਨੈਂਟਸ ਇਟਸ ਅ ਟੈਨੈਂਸੀ ਮੈਟਰ ਜੀ। ਸੋ ਜਿਹੜਾ ਕਿ ਜਿਸ ਤਰੀਕੇ ਨਾਲ ਵਾਇਰਲ ਹੋਇਆ ਆਈ ਮੀਨ ਇਟਸ ਰੀਅਲੀ ਨੋਟ ਐਕਸੈਪਟੇਬਲ ਤੇ ਔਰ ਇਸੇ ਕਰਕੇ ਹੀ ਆ ਜਿਹੜੀ ਚੀਜ਼ ਸੀਗੀ ਕਮਿਊਨਿਟੀ ਦੇ ਵਿੱਚ ਹੀ ਰੱਖੀ ਗਈ ਸੀਗੀ। ਅਦਰਵਾਈਜ਼ ਜੇ ਤੁਸੀਂ ਹੋਰ ਨਿਊਜ਼ ਦੇਖੋ ਕਿ ਕਿਸੇ ਨੇ ਕਾਰਪੇਟ ਤੇ ਕਿਸ ਕਰਤਾ ਤਾਂ ਉਹ ਵੀ ਸਟਫ ਦੇ ਵਿੱਚ ਨਿਊਜ਼ ਆ ਰਹੀ ਹੈ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਤੁਸੀਂ ਲੈ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਬੇਸਿਕਲੀ ਨਿਊਜ਼ ਐਂਡ ਹੈਰਲਡ ਜਾਂ ਤੁਸੀਂ ਉਹਨਾਂ ਨੂੰ ਨਹੀਂ ਅਪਰੋਚ ਕੀਤਾ, ਇੱਕ ਪੰਜਾਬੀ ਮੀਡੀਆ ਨੂੰ ਤੁਸੀਂ ਨੈਚੁਰਲ ਟੱਚ ਕੀਤਾ ਤੇ ਉਸਦੇ ਵਿੱਚ ਜਿਹੜੀ ਵਰਡਿੰਗ ਆ ਉਹ ਵੀ ਪੰਜਾਬੀ ਚ ਜੀ। ਈਵਨ ਕਿ ਪ੍ਰੋਪਰਟੀ ਦੇ ਸਾਹਮਣੇ ਜਿਹੜੇ ਪਰਿਵਾਰ ਰਹਿੰਦੇ ਨੇ ਗੋਰਿਆਂ ਦੇ ਪਰਿਵਾਰ ਰਹਿੰਦੇ ਨੇ ਉੱਥੇ ਉਹਨਾਂ ਨੇ ਮੈਨੂੰ ਹੈਵੀਲੀ ਇਨਸਿਸਟ ਕੀਤਾ ਕਿ ਅਸੀਂ ਨਿਊਜ਼ੀਲੈਂਡ ਹੈਰਲਡ ਉਸ ਸਟਫ ਨੂੰ ਉਸ ਲੈ ਕੇ ਆਉਂਦੇ ਹਾਂ ਐਂਡ ਇਟਸ ਰੀਅਲੀ 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 ਮੈਸ। ਬਟ ਮੈਂ ਪਰਸਨਲੀ ਚੂਜ਼ ਕੀਤਾ ਕਿ ਆਪਣੀ ਕਮਿਊਨਿਟੀ ਹੈ ਆਪਣਾ ਪਰਿਵਾਰ ਹੈ ਕਿ ਵੀ ਡੋਨਟ ਵਾਂਟ ਟੂ ਮੇਕ ਇਟ ਅ ਬਿਗ ਥਿੰਗ ਜੀ। ਬਟ ਹਾਂ ਮੈਂ ਡਿਵੈਸਟੇਟਿਡ ਸੀਗਾ ਫਰਸਟ੍ਰੇਟਿਡ ਸੀਗਾ ਬਿਕੋਜ਼ ਮੇਰਾ ਫਾਈਨੈਂਸ਼ਲੀ ਵੀ ਲੋਸ ਬਹੁਤ ਜ਼ਿਆਦਾ ਹੋਇਆ ਅਤੇ ਪ੍ਰੋਪਰਟੀ ਦਾ ਵੀ ਲੋਸ ਬਹੁਤ ਜ਼ਿਆਦਾ ਹੋਇਆ ਹੈ। ਇੱਥੇ ਰੁਕਿਓ ਸਰ ਸਾਹਿਬ, ਮੈਂ ਤੁਹਾਡੇ ਤੋਂ ਨੈਚੁਰਲੀ ਇਹ ਸਵਾਲ ਪੁੱਛਣਾ ਚਾਹਾਂਗੇ ਜੇ ਤੁਸੀਂ ਡਿਸਕਲੋਜ਼ ਕਰਨਾ ਚਾਹੁੰਦੇ ਹਾਂ ਥਿੰਕ ਇਟਸ ਇੰਪੋਰਟੈਂਟ ਕਿ ਆਪਾਂ ਇਸ ਨੂੰ ਕਹੀਏ ਕਿਉਂਕਿ ਫਿਗਰ ਜਿਹੜੇ ਆ ਜੋ ਤੁਸੀਂ ਸਾਨੂੰ ਦੱਸਿਆ ਕੋਈ ਛੋਟੇ ਫਿਗਰ ਨਹੀਂ ਹੈਗੇ। ਸੋ ਕਿੰਨਾ ਕੁ ਰੈਂਟ ਅਰੀਅਰਸ ਹੈਗਾ, ਪਹਿਲਾਂ ਰੈਂਟ ਦੀ ਆਪਾਂ ਗੱਲ ਕਰਦੇ ਹਾਂ। ਓਨਲੀ ਜੇ ਮੈਂ ਰੈਂਟ ਦੀ ਗੱਲ ਕਰਾਂ ਤੇ ਰੈਂਟ ਤੇ ਜਿਹੜੇ ਵਾਟਰ ਬਿਲਸ ਜਿਸ ਐਕਸਪੈਂਸ ਜਿਹੜਾ ਮਤਲਬ ਫਾਈਨੈਂਸ ਦੀ ਗੱਲ ਕਰਾਂ ਤੇ $10,200 ਸਮਥਿੰਗ ਹੈਗਾ ਵਾ। $10,000 ਜੀ ਜੀ $600 ਪ੍ਰੋਪਰਟੀ ਦਾ ਪਰ ਵੀਕ ਰੈਂਟ ਸੀਗਾ ਜੀ ਜੀ। ਤੇ ਆਈ ਵਾਂਟ ਟੂ ਕਲੀਅਰ ਬਿਕੋਜ਼ ਕਾਫੀ ਕੁਐਸਚਨਸ ਲੋਕਾਂ ਦੇ ਮਨ ਚ ਆ ਰਹੇ ਨੇ ਵੀ $10,000 ਕਿੱਦਾਂ ਹੋ ਗਿਆ। ਬਿਕੋਜ਼ ਕੋਵਿਡ ਤੋਂ ਪਹਿਲੇ ਜੀ ਰੈਂਟ ਵਾਸ ਸਹੀ ਆ ਰਿਹਾ ਸੀਗਾ ਜੀ ਜੀ। 29th ਆਫ ਮਾਰਚ ਤੋਂ ਬਾਅਦ ਰੈਂਟ ਆਉਣਾ ਬੰਦ ਹੋ ਗਿਆ। ਜਦੋਂ ਕਿ ਲਾਸਟ ਦਿਨ ਸੀ ਆਪਣੇ 27-28 ਨੂੰ ਆਪਾਂ ਸਾਰੇ ਅੰਦਰ ਵੜ ਗਏ ਤੇ ਉਹਦੇ ਬਾਅਦ ਚੋਂ ਰੈਂਟ ਤੁਹਾਡੇ ਅਕਾਊਂਟ ਚ ਆਉਣਾ ਬੰਦ ਹੋ ਗਿਆ ਜੀ। ਉਸ ਤੋਂ ਪਹਿਲਾਂ ਦਾ ਜਿਹੜਾ ਏਰੀਆ ਸੀਗਾ ਇਟ ਵਾਸ ਅਰਾਊਂਡ $2,300 ਸਮਥਿੰਗ ਡਾਲਰ। ਤੋਂ ਅੱਜ ਦੀ ਰੇਟ ਦੇ ਵਿੱਚ ਸਾਰਾ ਪਲੱਸ ਮਾਈਨਸ ਐਡ ਕੀਤਾ ਕਿ ਜਿਹੜਾ ਉਹਨਾਂ ਨੇ ਬੱਚਿਆਂ ਦੇ ਪੈਸੇ ਪੇ ਵੀ ਕੀਤੇ ਨੇ ਜਾਂ ਘੱਟ ਪੇ ਕੀਤੇ ਵੱਧ ਕੀਤੇ ਪਲੱਸ ਮਾਈਨਸ ਕਰਕੇ ਜਿਹੜਾ ਸਾਰਾ ਮੈਂ ਸੋਫਟਵੇਅਰ ਦਾ ਰਾਹੀਂ ਆਪਣਾ ਕੱਢਿਆ ਹੈ ਤਾਂ ਇੰਨਾ ਮੇਰਾ ਹੋਇਆ ਜਿਹਦੇ ਵਿੱਚ ਮੈਂ ਕੋਈ ਵੀ ਰਿਪੇਅਰ ਦਾ ਖਰਚਾ ਕੁਛ ਨਹੀਂ ਮੈਂ ਉਹਦੇ ਵਿੱਚ ਸ਼ਾਮਿਲ ਕੀਤਾ ਹੈਗਾ। ਇਨਫੈਕਟ ਦੇ ਆਰ ਸਟਿਲ ਲੋਟ ਆਫ ਰਿਪੇਅਰਸ ਨੀਡ ਟੂ ਬੀ ਡਨ ਪਰ ਉਹਦੇ 'ਚ ਮੈਂ ਕੁਛ ਨਹੀਂ ਕੀਤਾ ਹੈਗਾ। ਐਂਡ ਲੋਟ ਆਫ ਪੀਪਲ ਆਸਕਿੰਗ ਮੀ ਕਿ ਇੰਸ਼ੋਰੈਂਸ ਤੋਂ ਕਲੇਮ ਕਰੋ, ਇੱਦਾਂ ਦੇ ਕਲੇਮ ਇੰਸ਼ੋਰੈਂਸ ਨਹੀਂ ਕਰਦੀ ਹੈਗੀ ਹੈ। ਇਸ ਦਾ ਵੀ ਤੁਸੀਂ ਕਾਰਨ ਦੱਸਿਆ ਸੀ ਜਦੋਂ ਮੈਂ ਤੁਹਾਡੇ ਤੋਂ ਨੈਚੁਰਲੀ ਸੁਭਾਵਿਕ ਇਹ ਸਵਾਲ ਪੁੱਛਿਆ, ਸੋ ਵੀ ਕਲੀਅਰ ਕਰ ਜੀ। ਹਾਂਜੀ, ਤੇ ਇਦਾਂ ਦੇ ਕਲੇਮ ਇੰਸ਼ੋਰੈਂਸ ਨਹੀਂ ਕਰਦੀ ਹੈਗੀ। ਇੰਸ਼ੋਰੈਂਸ ਕਲੇਮਸ ਈਚ ਇਵੈਂਟ ਕਾਲ ਲਾਈਕ ਈਚ ਡੈਮੇਜ ਕਾਲ ਵਨ ਇਵੈਂਟ ਲਾਈਕ ਜੇ ਇਸ ਵਾਲ ਦੇ ਵਿੱਚ ਇੱਥੇ ਪੰਚ ਹੈਗਾ ਵਾਰ ਟੁੱਟੀ ਹੈਗੀ ਇਟ ਵਿਲ ਬੀ ਕਲਾਸੀਫਾਈਡ ਐਜ਼ ਅ ਵਨ ਇਵੈਂਟ ਇਟ ਕੋਸਟ $400 ਐਕਸੈਸ ਫਾਰ ਵਨ ਇਵੈਂਟ। ਆਈ ਥਿੰਕ ਅਵਤਾਰ ਭਾਜੀ ਨੂੰ ਬੜਾ ਕਲੀਅਰ ਕਰਨਗੇ ਇਸ ਚੀਜ਼ ਨੂੰ, ਠੀਕ ਹੈ। ਸੋ ਇਫ ਯੂ ਲੁੱਕ ਐਟ ਦਾ ਹੋਲ ਸਿਨੈਰੀਓ ਜੇ ਮੈਂ ਇੰਸ਼ੋਰੈਂਸ ਵਾਈਜ਼ ਜਾਵਾਂ ਆਈ ਵੁੱਡ ਹੈਵ ਪੇ ਲਾਈਕ ਮੋਰ ਦੈਨ $40,000 ਜਸਟ ਐਕਸੈਸ ਫਾਰ ਦਾ ਪ੍ਰੋਪਰਟੀ। ਸੋ ਵਾਈ ਆਈ ਸ਼ੁੱਡ ਚੂਜ਼ ਦੈਟ ਪਾਰਟ ਐਂਡ ਤੇ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਆਪ ਲੱਗ ਕੇ ਟੂ ਬੀ ਨੈਸਟ ਟਾਲੈਸਲੀ ਉਹਦੇ 'ਚ ਕੰਮ ਕੀਤਾ ਗਿਆ। ਮੇਰੇ ਬੇਟੇ ਨੇ ਮੇਰੇ ਨਾਲ ਹੈਲਪ ਕੀਤੀ ਹੈ ਐਂਡ ਦੈਨ ਮੇਰੀ ਫੈਮਿਲੀ ਨੇ ਮੇਰੀ ਹੈਲਪ ਕੀਤੀ ਹੈ, ਮੇਰੀ ਮੰਮ ਨੇ ਹੈਲਪ ਕੀਤੀ ਹੈ, ਮੇਰੀ ਸਿਸਟਰ ਨੇ ਹੈਲਪ ਕੀਤੀ ਐਂਡ ਵੀ ਡਨ ਐਂਡ ਸਮ ਮੇਰੇ ਟ੍ਰੇਨ ਪੀਪਲ ਮੇਰੇ ਨਾਲ ਸੀਗੇ ਐਂਡ ਵੀ ਡਨ ਇਨਕ੍ਰੀਡਿਬਲੀ। ਇੱਕ ਥੋੜ੍ਹਾ ਜਿਹਾ ਲਿੰਕ ਮਿਸਿੰਗ ਆ ਜੇ ਆਪਾਂ ਉਹ ਵੀ ਸਪਸ਼ਟ ਕਰ ਦਈਏ। ਅਸੀਂ ਵੈਸੇ ਜਾਣਨਾ ਚਾਹੁੰਦੇ ਹਾਂ ਕਿਉਂਕਿ ਆਪਣੀ ਗੱਲ ਜਦੋਂ ਹੋਈ ਸੀ ਮੇਰੀ ਪਰਸਨਲੀ ਇੱਛਾ ਸੀ ਕਿ ਜਿਹੜਾ ਪੇਪਰ ਵਰਕ ਆ ਉਹ ਜ਼ਰੂਰ ਹੋਣਾ ਚਾਹੀਦਾ ਆ, ਕਿ ਇਹਦੇ ਵਿੱਚ ਟੀਨੈਂਸੀ ਐਗਰੀਮੈਂਟ ਜਿਹੜਾ ਉਹ ਇਨ ਪਲੇਸ ਹੈਗਾ ਜੀ, ਉਹ ਜ਼ਰੂਰ ਆਪਾਂ ਸਪਸ਼ਟ ਮੈਂ ਕਹਿੰਦਾ ਜ਼ਰੂਰ ਹੋਣਾ ਚਾਹੀਦਾ। ਬਿਲਕੁਲ ਹਾਂਜੀ ਪ੍ਰਮਿੰਦਰ ਭਾਈ, ਟੈਨੈਂਸੀ ਐਗਰੀਮੈਂਟ ਬਿਲਕੁਲ ਹੈਗਾ। ਇਨਫੈਕਟ ਮੇਰੇ ਕੋਲ ਇੱਥੇ ਹੀ ਕਾਪੀਸ ਪਈਆਂ ਨੇ, ਜਸਟ ਫੋਰ ਪ੍ਰਾਈਵੇਸੀ ਮੇ ਵੀ ਮੈਂ ਨਹੀਂ ਸ਼ੋਅ ਕਰ ਸਕਦਾ ਹੈਗਾ। ਬਟ ਜੇ ਕਿਸੇ ਨੇ ਵੀ ਸ਼ੱਕ, ਮੈਨੂੰ ਕਾਫੀ ਇਸ ਟਾਈਪ ਦੇ ਕੁਐਸਚਨਸ ਵੀ ਆਏ ਨੇ ਕਿ ਜੀ ਤੁਸੀਂ ਰੈਂਟਲ ਐਗਰੀਮੈਂਟ ਕੀਤਾ ਸੀਗਾ, ਯੈਸ ਦੇਰ ਇਜ਼ ਰੈਂਟਲ ਐਗਰੀਮੈਂਟ ਇਨ ਪਲੇਸ। ਇੰਸਪੈਕਸ਼ਨ ਕੀਤੀ ਸੀਗੀ, ਯੈਸ ਇੰਸਪੈਕਸ਼ਨ ਇਨ ਪਲੇਸ, ਐਵਰੀਥਿੰਗ ਸਾਈਨ ਐਂਡ ਡਾਕੂਮੈਂਟਡ ਹੈਗਾ ਵਾ ਜੀ। ਔਰ ਇੱਕ ਹੋਰ ਕਿਸੇ ਨੇ ਕਮੈਂਟ ਕੀਤਾ ਸੀ ਜੀ ਪੰਜਾਬੀ ਦੋ ਬੈਡਰੂਮ ਪ੍ਰੋਪਰਟੀ ਦੇ ਵਿੱਚ 6-6 ਬੰਦੇ ਰੱਖ ਦਿੰਦੇ ਨੇ। ਸੋ ਉਹ ਵੀ ਮੈਂ ਕਲੀਅਰ ਕਰਨਾ ਚਾਹੁੰਦਾ ਜੀ, ਇਸ ਟਾਈਪ ਦਾ ਕੁਛ ਨਹੀਂ ਸੀਗਾ। ਇਟ ਵਾਸ ਅ 4-bedroom ਹਾਊਸ, $600 ਉਹਦਾ ਰੈਂਟ ਸੀਗਾ ਤੇ ਉਹ 6-7 ਪੀਪਲ ਉਹਦੇ 'ਚ ਰਹਿਣੇ ਅਲਾਊਡ ਸੀਗੇ ਕਿ ਇੰਨੇ ਬੰਦੇ ਇਸ ਘਰ 'ਚ ਰਹਿ ਸਕਦੇ। ਸੋ ਮੈਂ ਜਦੋਂ ਤੁਸੀਂ ਬੁਲਾਇਆ ਨੈਚੁਰਲੀ ਕਾਲ ਕੀਤੀ ਤੇ ਮੈਂ ਗਿਆ ਪ੍ਰੋਪਰਟੀ ਦੇ ਉੱਤੇ, ਮੈਂ ਇੱਕ ਚੀਜ਼ ਦੇਖੀ ਕਿ ਘਰ ਬਹੁਤ ਵੱਡਾ ਜੀ ਤੁਹਾਡਾ,
ਤੇ ਸੁੱਖ ਦੇ ਨਾਲ ਜਿਹੜਾ ਥੱਲੇ ਨੂੰ ਤੇ ਬਹੁਤ ਵਧੀਆ ਖੁੱਲਾ ਡੁੱਲਾ, ਖਾਸ ਕਰਕੇ ਜੇ ਤੁਸੀਂ ਕਿਚਨ ਤੋਂ ਓਵਰ ਲੁੱਕ ਕਰਦੇ ਆ, ਸੋ ਚਾਰ ਬੈਡਰੂਮ ਦੇ ਨਾਲ ਘਰ ਵੈਸੇ ਵੀ ਖੁੱਲਾ। $5 ਦੀ ਚੀਜ਼ ਤਾਂ ਹੈ ਨੀ, ਹਾਂਜੀ ਇਹ ਕਹਿੰਦੇ ਹੁੰਦੇ ਹਜ਼ਾਰਾਂ ਦੇ ਖਰਚੇ ਨੇ ਇਹਦੇ ਉੱਤੇ। ਜਦੋਂ ਕਿਤੇ ਇੰਸ਼ੋਰੈਂਸ ਵਾਲਿਆਂ ਨੂੰ ਤੁਸੀਂ ਜਾ ਕੇ ਫੜ ਲਓ ਜਾਂ ਆਪਣੇ ਮੋਰਗੇਜ ਵਾਲੇ ਕਹਿੰਦੇ ਨੇ ਕਿ ਵੀ ਤੇਰਾ ਮੋਰਗੇਜ ਮੈਂ ਚੇਂਜ ਕਰਨ ਲੱਗਾ, ਉਹ 2% ਜਿਹੜਾ $25,000 ਚ ਪਹੁੰਚ ਜਾਂਦਾ ਕਿ ਨਹੀਂ ਅਫਸਰ ਸਿੰਘ? ਅੱਜ ਦੀ ਡੇਟ ਦੇ ਵਿੱਚ ਆਪਾਂ $1,000,000 ਜਿਹੜਾ ਅੱਜ ਆਕਲੈਂਡ ਦੇ ਵਿੱਚ ਐਵਰੇਜ ਮੀਡੀਅਮ ਪ੍ਰਾਈਸ ਹੈ, ਅਵਤਾਰ ਸਿੰਘ ਜੀ ਗੱਲ ਸਹੀ ਹੈ ਜੀ? ਹਾਂਜੀ ਬਿਲਕੁਲ ਬਿਲਕੁਲ। ਸੋ $1,000,000 ਦੇ ਘਰ ਦੇ ਉੱਤੇ ਐਨ ਗੱਪ ਦੇ ਵਿੱਚ ਪੈਪਰ ਟੂਈ ਦੇ ਵਿੱਚ ਜਿਹੜਾ ਘਰ ਹੈ ਜੀ। ਤੇ ਭਾਈ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ ਸਾਰੇ ਆਡੀਅੰਸ ਦੇ ਸਾਹਮਣੇ, ਮੈਨੂੰ ਇਦਾਂ ਦੇ ਕਮੈਂਟ ਵੀ ਆਏ ਕਿ ਵੀ ਘਰ ਬਹੁਤ ਮਾੜਾ ਲੱਗਦਾ ਹੈ ਜੀ, ਇਟਸ ਨਾਟ ਅ ਹੈਲਥੀ ਹਾਊਸ। ਠੀਕ ਹੈ, ਮੈਂ ਘਰ ਦੀ ਅਸੈਸਮੈਂਟ ਆਲਰੇਡੀ ਕਰਾ ਚੁੱਕਿਆ ਜੀ, ਹਾਊਸਿੰਗ ਨਿਊਜ਼ੀਲੈਂਡ ਨੇ ਘਰ ਦੀ ਅਸੈਸਮੈਂਟ ਕਰ ਲਈ ਹੈ ਐਂਡ ਦੇ ਪਾਸਡ ਇਟ। ਮੈਨੂੰ ਤੁਸੀਂ ਦਿਖਾ ਲਿਆ ਕਿ ਆਪਣੇ ਬੀਅਰ ਦੀਆਂ ਬੋਤਲਾਂ ਜਿਹੜੀਆਂ ਕਾ ਗੋਡੇ ਗੋਡੇ ਚੜਿਆ ਸੀ, ਹਾਂਜੀ, ਤੇ ਅੰਦਰਲੇ ਪਾਸੇ ਸਭ ਕੁਛ ਜਿਹੜਾ ਖਿਲ ਰਿਹਾ ਪਿਆ ਸੀ, ਹਾਂਜੀ, ਤੇ ਬਾਹਰ ਜਿਹੜੀ ਟੇਕਣ ਲੱਗੀ ਹੋਈ ਸੀਗੀ ਉਹ ਜਿੱਦਾਂ ਕਹਿ ਦਈਏ ਕਿ ਊਂਠ ਨੂੰ ਉੱਤੇ ਚਾੜਨਾ ਹੋਵੇ ਆਪਾਂ ਕਿਸੇ ਮਾਊਂਟਨ ਦੇ ਉੱਤੇ, ਉਹ ਏਡੀ ਵੱਡੀ ਲੱਗ ਰਹੀ ਸੀ। ਸੋ ਏਡਾ ਵੱਡਾ ਪਿੱਛੇ ਕਿਵੇਂ ਜਿਹੜਾ ਉਹ ਸਭ ਕੁਛ ਛੱਡ ਗਿਆ ਜੀ? ਹਾਂਜੀ, ਕਿਉਂਕਿ ਦੇਖੋ ਮੈਂ ਫਿਰ ਮੈਂ ਗੱਲ ਕਲੀਅਰ ਕਹਾਂਗਾ, ਉੱਥੇ ਜਿਹੜੇ ਰਹਿੰਦੇ ਸੀਗੇ ਮੇਰੇ ਲਈ ਮੇਰੇ ਬੱਚਿਆਂ ਵਰਗੇ ਹੈਗੇ ਆ, ਹੈ ਨਾ, ਮੇਰੇ ਬੱਚੇ ਕਦੇ ਕਿਸੇ ਦੂਜੀ ਕੰਟਰੀ ਪੜ੍ਹਨ ਜਾਊਂਗੇ ਤੇ ਓਬਵੀਅਸਲੀ ਆਈ ਵਿਲ ਥਿੰਕ ਕਿ ਮੇਰੇ ਬੱਚੇ ਚੰਗੀ ਤਰ੍ਹਾਂ ਰਹਿਣ, ਉਹਨਾਂ ਕੋਈ ਪ੍ਰੋਬਲਮ ਨਾ ਹੋਵੇ, ਕੁਛ ਨਾ ਹੋਵੇ। ਜਿੰਨੇ ਵੀ ਉੱਥੇ ਬੋਇਜ਼ ਰਹਿੰਦੇ ਸੀਗੇ ਉਹ ਮੇਰੇ ਲਈ ਬੱਚਿਆਂ ਲਈ ਸੀਗੇ, ਮੈਂ ਸਾਰਿਆਂ ਨੂੰ ਬਹੁਤ ਪਿਆਰ ਕੀਤਾ ਆ। ਇਨਫੈਕਟ ਕਿ ਦੋਵਾਂ ਦੀ ਤਾਂ ਮੈਂ ਰੈਫਰੈਂਸ ਪਾ ਕੇ ਜੋਬ ਦੇ ਵਿੱਚ ਵੀ ਉਹਨਾਂ ਨੂੰ ਮੈਂ ਲਵਾਇਆ ਆ। ਜੇ ਪਰਸਨਲੀ ਮੇਰੀ ਇੰਟੈਂਸ਼ਨ ਹੋਈ ਕਿ ਮੈਂ ਇਹਨਾਂ ਬੱਚਿਆਂ ਨੂੰ ਗਲਤ ਕਰਨਾ ਆ, ਦੈਨ ਆਈ ਕੁਡ ਹੈਵ ਡਨ ਐਵਰੀਥਿੰਗ, ਬਟ ਮੈਂ ਅੱਜ ਵੀ ਮੈਂ ਉਹ ਮੇਰੇ ਟੱਚ ਦੇ ਵਿੱਚ ਹੈਗੇ ਨੇ ਬੱਚੇ ਸਾਰੇ ਜਿਹੜੇ ਉੱਥੇ ਰਹਿ ਕੇ ਗਏ ਨੇ ਮੇਰੇ ਟੱਚ 'ਚ ਹੈਗੇ ਨੇ। And we are sitting together and we are resolving it how they going to pay for it. ਬਹੁਤ ਵਧੀਆ ਜੀ, ਬਹੁਤ ਆਸ ਦੀ ਕਰਨ ਹੈਗੀ ਆ ਜੀ ਸਰ ਸਾਹਿਬ, ਤੁਸੀਂ ਦੱਸਿਆ। ਪਰ ਅਗੇਨ ਮੈਂ ਇੱਕ ਚੀਜ਼ ਮੈਂ ਹੁਣ ਕਹਿੰਦਾ ਕਿ ਮੈਂ ਚਲੋ ਜੇ ਪ੍ਰੋਪਰਟੀ ਡੈਮੇਜ ਹੋਇਆ ਹੈ ਕੁਛ ਵੀ ਹੋਇਆ, ਕਿਉਂਕਿ ਉਹਨਾਂ ਨੇ ਵੀ ਵਿਚਾਰਿਆਂ ਨੇ ਕਿੱਥੋਂ ਮਤਲਬ ਕਰਨਾ ਹੈ, ਓਬਵੀਅਸਲੀ ਮੈਂ ਸਮਝ ਸਕਦਾ ਕਿ ਹਰ ਬੰਦਾ ਹਾਰਡ ਵਰਕ ਕਰਦਾ ਹੈ। ਆਲ ਆਈ ਵਾਂਟ ਕਿ ਜਿਹੜਾ ਮੇਰਾ ਫਾਈਨੈਂਸ਼ੀਅਲ ਲੋਸ ਹੋਇਆ, ਮੇਰਾ ਰੈਂਟ ਟੁੱਟਿਆ ਹੈ ਜਾਂ ਮੇਰਾ ਪਾਣੀ ਦਾ ਬਿੱਲ ਨਹੀਂ ਪੇ ਕੀਤਾ ਹੈਗਾ, ਸਿਰਫ ਉਹੀ ਮੈਂ ਉਹਨਾਂ ਤੋਂ ਕਲੇਮ ਕਰ ਰਿਹਾ ਜੀ। ਮੈਂ ਕਲੀਅਰ ਕਰਨਾ ਚਾਹੁੰਦਾ ਸਾਰਿਆਂ ਸਾਹਮਣੇ ਕੱਲ ਦੇ ਲਈ ਕਿ ਜਿਹੜਾ ਮੇਰਾ ਰਵਿਸ਼ ਬਿਨ ਆਪਣੇ ਤੁਹਾਡੇ ਬੰਦਿਆਂ ਨੇ ਆ ਕੇ ਪਹਿਲਾਂ ਟੀਪ ਕਰਨੀ ਹੈ, ਟੀਪ ਕਰਕੇ ਉੱਤੇ ਰੰਗ ਕਰਕੇ ਉਹਦੇ ਉੱਤੇ ਸਾਰਾ ਕੁਛ ਕਰਕੇ ਫਿਰ ਅੰਦਰਲੇ ਪਾਸੇ ਸਿੰਕਾਂ ਸਾਰੀਆਂ ਬਣਾਉਣੀਆਂ, ਫਿਰ ਘਰ ਦੀ ਜਿਹੜੀ ਆ ਨੈਚੁਰਲੀ ਅਵਤਾਰ ਸਿੰਘ ਜੀ ਤੁਸੀਂ ਵੀ ਜਾਣਦੇ ਹੋ ਆਪਾਂ ਡੂਆ ਪ੍ਰੋਪਰਟੀਜ਼ ਤੁਸੀਂ ਬਹੁਤ ਕੀਤੀਆਂ, ਹਾਂਜੀ, ਅਤੇ ਇਹ ਕੋਈ ਇੱਕ ਦਿਨ ਦਾ ਕੰਮ ਤਾਂ ਹੈ ਨਹੀਂ। ਮੇਰਾ ਸੀਗਾ ਕਿ ਤੁਹਾਡਾ ਓਵਰਆਲ ਰੈਂਟ ਨੂੰ ਛੱਡ ਕੇ ਕਿੰਨਾ ਖਰਚਾ ਹੋਇਆ ਹੋਵੇਗਾ? ਇਟਸ ਵੈਰੀ ਵੈਰੀ ਹਾਰਡ ਟੂ ਸੇ, ਬਟ ਇਨ ਲਾਸਟ ਵਨ ਵੀਕ ਜਿਹੜਾ ਕਿ ਜਦੋਂ ਖਾਲੀ ਕਰਕੇ ਗਏ ਨੇ ਤਾਂ ਹੁਣ ਤੱਕ ਮੈਂ ਨੀਅਰਲੀ $10,000 ਜਿਹੜਾ ਹੈਗਾ ਉਹ ਸਿਰਫ ਰਿਪੇਅਰਿੰਗ ਦੇ ਉੱਪਰ ਹੀ ਖਰਚ ਕਰ ਚੁੱਕਿਆ ਜੀ। ਕਿਉਂਕਿ ਨੌਜਵਾਨ ਵਰਗ ਜਿਹੜਾ ਸਾਡਾ ਸਾਡਾ ਆਪਣਾ ਹੀ ਭਾਈਚਾਰਾ ਹੈ। ਇੱਕ ਗੱਲ ਹੋਰ ਕਲੀਅਰ ਕਰ ਦਈਏ, ਸਾਡੇ ਤੋਂ ਵੀ ਪੁੱਛਿਆ ਗਿਆ
ਪੰਜਾਬੀ ਸਟੂਡੈਂਟ ਜਿਹੜੇ ਨੇ ਸਾਡੇ 99% ਇੱਥੇ ਬਹੁਤ ਵਧੀਆ ਸੈਟਲ ਹੋ ਰਹੇ ਨੇ, ਇਹ ਆਪਾਂ ਸਾਰਿਆਂ ਨੂੰ ਪਤਾ। ਠੀਕ ਹੈ ਜੀ, ਆਪਾਂ ਖੁਦ ਦੀ ਕੋਸ਼ਿਸ਼ ਰਹਿ ਰਹੀ ਹੈ, ਜਿਹਦਾ ਤੁਸੀਂ ਦੱਸਿਆ ਕਿ ਆਪਣੇ ਲਿੰਕ ਦੇ ਵਿੱਚ ਕੋਈ ਵੀ ਆਉਂਦਾ ਅਤੇ ਉਹਨੂੰ ਆਪਾਂ ਜਿਹੜਾ ਆ ਇੱਥੇ ਸੈਟਲ ਕਰਾਉਣ ਦੀ ਵਧੀਆ ਜਿਹੜਾ ਆਪਣੇ ਜਿਹੜੇ ਚੰਗੇ ਲੋਕ ਨੇ ਉਹ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜਾ ਵਰਗ ਆਂਸਰ ਨਹੀਂ ਠੀਕ, ਹਾਂਜੀ ਸਾਡਾ ਫਰਜ਼ ਬਣਦਾ ਉਸ ਨੂੰ ਵੀ ਪੁਆਇੰਟ ਕਰਕੇ ਸਹੀ ਰਾਹੇ ਪਾਉਣਾ। ਠੀਕ ਹੈ ਜੀ, ਇਸ ਪ੍ਰੋਗਰਾਮ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਤੇ ਇੰਟਰਨੈਟ ਦੇ ਉੱਤੇ ਜਿਹੜੀ ਸੀ ਕਿ ਸਾਰਿਆਂ ਨੂੰ ਥੋੜ੍ਹਾ ਆਪਾਂ ਐਜੂਕੇਸ਼ਨ ਵੱਲ ਨੂੰ ਲੈ ਕੇ ਜਾਈਏ, ਸੁਚੇਤ ਕਰੀਏ, ਨਾਲ ਦੇ ਨਾਲ ਚੰਗਾ ਆਪਣਾ ਭਾਈਚਾਰਾ ਇੱਥੇ ਵਰਤੀਏ, ਇਸ ਤੋਂ ਪਹਿਲਾਂ ਕਿ ਸਾਰੇ ਜਿਹੜੇ ਮੇਨ ਸਟ੍ਰੀਮ ਦੇ ਜਿਹੜੇ ਮੀਡੀਆ ਨੇ ਉਹ ਚੱਕ ਕੇ ਕਹਿੰਦੇ ਹੁੰਦੇ, ਉਹ ਤਾਂ ਅੱਗੇ ਖੜੇ ਨੇ, ਉਹ ਤਾਂ ਜਦੋਂ ਆਪਾਂ ਸ਼ਹਿਰ ਦੇ ਇੱਥੇ ਹੱਦ ਟੱਪ ਜਾਈਦੀ ਆ ਪੈਪਟੋਈ ਦੀ, ਸਾਨੂੰ ਦੇਖ ਕੇ ਉੱਦਾਂ ਹੀ ਖੁਸ਼। ਜਿੱਥੇ ਵੀ ਉੱਥੇ ਬੱਚੇ ਸੀਗੇ ਰਹਿੰਦੇ ਤੇ ਠੀਕ ਹੈ, ਨੁਕਸਾਨ ਹੋਇਆ, ਆਈ ਮੀਨ ਉਹਨਾਂ ਨੇ ਵੀ ਐਕਸੈਪਟ ਕੀਤਾ ਹੈ ਤੇ, ਬਟ ਬਾਅਦ ਦੇ ਵਿੱਚ ਜਿਹੜੇ ਬੱਚੇ ਉੱਥੇ ਮਤਲਬ ਆਏ ਉਹਨੇ ਆ ਕੇ ਕਲੀਨਿੰਗ ਵੀ ਕੀਤੀ ਹੈ, ਮੇਰਾ ਸਾਥ ਵੀ ਦਿੱਤਾ ਹੈ, ਮੈਂ ਇਸ ਚੀਜ਼ ਤੋਂ ਡਿਨਾਈ ਨਹੀਂ ਕਰਦਾ ਕਿ ਉਹ ਟੋਟਲੀ ਮੈਨੂੰ ਇੱਦਾਂ ਕਰਕੇ ਚਲੇ ਗਏ। ਉਹਦੇ ਵਿੱਚ ਦੋ ਤਿੰਨ ਬੋਇਜ਼ ਇੱਦਾਂ ਸੀਗੇ ਕਿ ਜਿਹਨਾਂ ਨੇ ਮੇਰੀ ਬਾਅਦ ਦੇ ਵਿੱਚ ਮੇਰੀ ਗੱਲ ਵੀ ਸੁਣੀ, ਮੈਨੂੰ ਹੈਲਪ ਵੀ ਕੀਤੀ ਹੈ। ਸੋ ਆਈ ਡੋਨਟ ਵਾਂਟ ਟੂ ਸੇ ਕਿ ਲਾਈਕ ਐਵਰੀਥਿੰਗ ਵਾਸ ਟੋਟਲੀ ਬੈਡ। ਅਸੀਂ, ਮੈਨੂੰ ਪਤਾ ਤੁਸੀਂ ਨਹੀਂ ਡਿਸਕਲੋਜ਼ ਕਰਨਾ, ਪਰ ਸਾਡਾ ਫਰਜ਼ ਬਣਦਾ ਇਸ ਨੂੰ ਡਿਸਕਲੋਜ਼ ਕਰਨ ਦਾ। ਇੱਕ ਬੜਾ ਅਨਫੋਰਚੁਨੇਟ ਇੰਸੀਡੈਂਟ ਵੀ ਇਸ ਜਿਹੜੇ ਤੁਹਾਡੇ ਆਪਣੇ ਰੈਂਟ ਦੇ ਨਾਲ ਜਿਹੜੇ ਰਹਿ ਰਹੇ ਸੀਗੇ ਤੁਹਾਡੇ ਬੱਚੇ ਉਹਨਾਂ ਦੇ ਨਾਲ ਫੋਨ ਨਿਬੜਿਆ, ਜਿਹੜੀ ਕਿ ਕਲੋਵਰ ਪਾਰਕ ਦੀ ਲੜਾਈ ਹੋਈ ਆ ਉਸ ਦੇ ਵਿੱਚ ਇਹ ਜਿਹੜੇ ਨੌਜਵਾਨ ਵੀ ਇਸ ਦੇ ਵਿੱਚ ਇਨਵੋਲਵ ਸੀ। ਅਨਫੋਰਚੁਨੇਟ ਇੱਕ ਬੱਚਾ ਜਿਹੜਾ ਉੱਥੇ ਇਸ ਟਾਈਮ ਆਪਣੀ ਜ਼ਿੰਦਗੀ ਦੇ ਨਾਲ ਰਲ ਰਿਹਾ, ਜਿਹੜਾ ਕਿ ਕੋਮੇ ਦੇ ਵਿੱਚ ਪਿਆ, ਜਿਹਦੀ ਮਾਂ ਜਿਹੜੀ ਆ ਉੱਥੇ ਉਹਨੂੰ ਇਸ ਕਰਕੇ ਨਹੀਂ ਸੀ ਭੇਜਿਆ ਉਹਨੇ ਕਿ ਇੱਥੇ ਆ ਕੇ ਪੁੱਤ ਜਿਹੜਾ ਆਪਣੇ ਜਿਹੜਾ ਆ ਇਸ ਤਰ੍ਹਾਂ ਆਪਣੇ ਲੜਾਈਆਂ ਦੇ ਵਿੱਚ ਜਾਂ ਹੋਵੇ, ਬੰਦ ਕਰੀਏ ਇਹੋ ਚੀਜ਼ਾਂ, ਕਿਸੇ ਨੂੰ ਦਿਖਾਲਣ ਦੀ ਜ਼ਰੂਰਤ ਨਹੀਂ ਆਪਾਂ ਨੂੰ ਕਿ ਅਸੀਂ ਬਹੁਤ ਕਹਿੰਦੇ ਹੁੰਦੇ ਮਹਾਨ ਆ, ਸਿਰਫ ਰਿਜਕ ਪਾਲੀਏ, ਇਹਨਾਂ ਮੁਰਖਾਂ ਦੇ ਵਿੱਚ ਬੈਠ ਕੇ ਪਹਿਲੋਂ ਆਪਣਾ ਪੈਰ ਲਾਈਏ। $200 ਵਾਲਾ ਸਾਡਾ ਅੱਜ ਇੱਥੇ ਜਿਹੜਾ ਸਟੂਡੀਓ ਦੇ ਵਿੱਚ ਬੈਠਾ ਬੰਦਾ ਅੱਜ 70 ਪ੍ਰਾਪਰਟੀਆਂ ਦਾ ਮਾਲਕ ਹੈ, ਕਿਉਂਕਿ ਉਸ ਨੇ ਸਹੀ ਢੰਗ ਦੇ ਨਾਲ ਇਸ ਮੁਲਕ ਦੇ ਵਿੱਚ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਸਫਲ ਬਣਾਉਣ ਤੱਕ ਜਿਹੜਾ ਸਫਰ ਕੀਤਾ। ਸੋ ਇਹ ਆਪਾਂ ਕੋਸ਼ਿਸ਼ ਕਰੀਏ, ਮੈਂ ਕਹਿੰਦਾ ਕਿ ਸਮਾਜ ਦੇ ਵਿੱਚ ਸਿਰਜਿਆ ਆਪਾਂ ਇੱਥੇ ਹਜੇ ਸਮੇਟ ਲਈਏ, ਜਿਹੜਾ ਕਿ ਨਹੀਂ ਸਹੀ ਚੰਗਾ ਆਪਾਂ ਕਰੀਏ। ਇੱਕ ਚੀਜ਼ ਨਵਦੇਵ ਜੀ ਹੈਗੀ ਆ ਜਿਹੜੀ ਮੈਂ ਮਹਿਸੂਸ ਕਰਦਾ, ਕਈ ਵਾਰੀ ਜਦੋਂ ਨਵਾਂ ਮਾਈਗ੍ਰੈਂਟ ਕੋਈ ਵੀ ਆਉਂਦਾ, ਚਾਹੇ ਸਿੱਧਾ ਪੱਕਾ ਆਉਂਦਾ, ਚਾਹੇ ਵਰਕ ਪਰਮਿਟ ਤੇ ਆਉਂਦਾ, ਚਾਹੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ਦੇ ਉੱਤੇ ਆਉਂਦਾ, ਕਈ ਚੀਜ਼ਾਂ ਦੀ ਅਵੇਅਰਨੈਸ ਨਹੀਂ ਹੁੰਦੀ। ਆਪਾਂ ਬੈਨੀਫਿਟ ਆਫ ਦਾ ਡਾਊਟ ਜਿਹੜਾ ਕੁਛ ਹੱਦ ਤੱਕ ਦਿੰਦੇ ਹਾਂ, ਜਿਹੜੇ ਪੱਕੇ ਬੰਦੇ ਉਹ ਵੀ ਸਾਰੇ ਚੰਗੇ ਨਹੀਂ ਹੈਗੇ, ਉਹਨਾਂ ਵਿੱਚੋਂ ਵੀ ਕਈ ਜਿਹੜੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਆ, ਸਾਡੇ ਵਿਸ਼ੇ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਮਸਲਾ ਇਹ ਆ ਵੀ ਜੇਕਰ ਦੋਨੇ ਤਰ੍ਹਾਂ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਤੁਹਾਡੀਆਂ ਓਬਲੀਗੇਸ਼ਨਸ ਨੇ, ਜਿਹੜੇ ਤੁਹਾਡੇ ਫਰਜ਼ ਆ, ਜੇ ਉਹਨਾਂ ਦੀ ਅਦਾਇਗੀ ਨਹੀਂ ਕਰਦੀਆਂ, ਸਿਰਫ ਹੱਕ ਦੀ ਦੁਹਾਈ ਦਿੰਦੀਆਂ, ਉਹ ਵੀ ਕੋਈ ਬਹੁਤੀ ਸਿਆਣੀ ਗੱਲ ਨਹੀਂ। ਦੂਜੀ ਗੱਲ ਆ ਜਿਹੜਾ ਮੈਂ ਦੇਖ ਰਿਹਾ ਸੀ ਹੁਣੇ ਇੱਕ ਦੋ ਸਾਡੇ ਨਿੱਕੇ ਵੀਰਾਂ ਦੇ ਕਮੈਂਟ ਆਏ, ਉਹ ਕਹਿੰਦੇ ਵੀ ਸਾਡਾ ਅਸਲ ਦੇ ਵਿੱਚ ਮੁੱਦਾ ਇਹ ਸੀ ਕਿ ਉਹ 'ਚ ਸਟੂਡੈਂਟਸ ਲਫ਼ਜ਼ ਜਿਹੜਾ ਉਹ ਮਾਲਕ ਮਕਾਨ ਨੇ ਮੀਡੀਆ ਨੂੰ ਨਹੀਂ ਦੱਸਿਆ। ਸੋ ਮੈਂ ਥੋੜ੍ਹਾ ਕਲੀਅਰ ਕਰਨਾ ਚਾਹੁੰਦਾ ਜਗੀ ਸਿੱਧੂ ਜੀ, ਤੁਸੀਂ ਜਦੋਂ ਨਵਤੇਜ ਹੋਣਾ ਨੂੰ ਤੁਹਾਡੀ ਗੱਲ ਹੋਈ, ਤੁਸੀਂ ਇਹ ਦੱਸਿਆ ਸੀ ਕਿ ਪੰਜਾਬੀ ਸਟੂਡੈਂਟਸ ਸੀਗੇ ਜਿਹਨਾਂ ਨੂੰ ਤੁਸੀਂ ਮਕਾਨ ਕਿਰਾਏ 'ਤੇ ਦਿੱਤਾ। ਦੇਖੋ ਜਿੱਦਾਂ ਆਪਣਾ ਪਹਿਲੇ ਗੱਲ ਹੋ ਚੁੱਕੀ ਹੈ ਕਿ ਜੇ ਉਹਨੂੰ ਮੈਂ ਨੈਸ਼ਨਲ ਪੱਧਰ 'ਤੇ ਲੈ ਕੇ ਜਾਂਦਾ, ਜਿੱਦਾਂ ਕਿ ਮੈਨੂੰ ਕਿਹਾ ਕਿ ਨਿਊਜ਼ੀਲੈਂਡ ਹੈਲਥ ਦੇ ਖਬਰ ਦੇ ਵਿੱਚ ਲੈ ਕੇ ਜਾਓ, ਅਤੇ ਉਹ ਡਿਫਰੈਂਟ ਸਟੋਰੀ ਹੋਣੀ ਸੀ। ਫਿਰ ਮੈਨੂੰ ਲੱਗਦਾ ਨਹੀਂ ਵੀ ਕਿਸੇ ਨੇ ਇੰਨੇ ਜ਼ਿਆਦਾ ਇਹਨੂੰ ਕਰਨਾ ਵੀ ਸੀਗਾ ਵੀ ਆਹ ਚੀਜ਼ ਗਲਤ ਹੋ ਗਈ ਹੈ, ਸਿੱਖਣ ਨੂੰ ਆਪਾਂ ਨੂੰ ਕੁਛ ਨਹੀਂ ਸੀ ਮਿਲਣਾ, ਅਤੇ ਇਸੇ ਕਰਕੇ ਇਹਨੂੰ ਆਪਣੇ ਘਰੇ ਰੱਖਿਆ ਗਿਆ, ਆਪਣੀ ਕਮਿਊਨਿਟੀ 'ਚ ਰੱਖਿਆ ਗਿਆ। ਅਤੇ ਜਦੋਂ ਨਵਤੇਜ ਭਾਜੀ ਨੂੰ ਆਏ ਇੱਥੇ, ਕੁਦਰਤੀ ਇਹਨਾਂ ਦਾ ਮੈਨੂੰ ਫੋਨ ਆਇਆ ਕਿੱਥੇ, ਮੈਂ ਕਿਹਾ ਮੈਂ ਪ੍ਰੋਪਰਟੀ 'ਤੇ ਹੈਗਾ ਕਿ ਆਹ ਕੁਛ ਹੋ ਗਿਆ, ਕਹਿੰਦੇ ਚਲੋ ਮੈਂ ਆਉਣਾ ਆ। ਸੋ ਯਸ ਦੇ ਵਾਜ਼ ਠੀਕ ਕਿ ਆਪਣੇ ਇੰਡੀਅਨ ਸੀਗੇ, ਇੰਡੀਅਨ ਸਟੂਡੈਂਟਸ ਸੀਗੇ, ਬਟ ਪਰ ਇੰਟੈਂਸ਼ਨਸ ਜਿਹੜੀ ਨਹੀਂ ਬੈਠ ਸੀਗੀ ਬੇਸਿਕਲੀ, ਕਿ ਮੈਂ ਕਿਸੇ ਜੇ ਇੰਡੀਅਨ ਸਟੂਡੈਂਟ ਹੈਗੇ ਉਹ ਸਾਡੇ ਬੱਚੇ ਹੀ ਹੈ, ਮਤਲਬ ਮੈਂ ਕਹਿੰਦਾ ਦੇ ਆਰ ਪਾਰਟ ਆਫ ਆਵਰ ਫੈਮਿਲੀ। ਸਰ ਸਾਹਿਬ ਦੇਖੋ, ਇੱਕ ਬੜੀ ਸਿੰਪਲ ਜੀ ਗੱਲ ਹੈ, ਜਦੋਂ ਸਾਨੂੰ ਮਾਣ ਹੁੰਦਾ ਜਦੋਂ ਕਿ ਇੱਕ ਦਸਤਾਰਧਾਰੀ ਸਾਡਾ ਪੰਜਾਬੀ ਸਟੂਡੈਂਟ ਜਿਹੜਾ ਉਹ ਜਦੋਂ ਕਿਤੇ ਕੋਈ ਐਕਸੀਡੈਂਟ ਹੁੰਦਾ ਅਤੇ ਆਪਣੀ ਪੱਗ ਜਿਹੜੀ ਹੈ ਖੂਨ ਵਗਣ ਤੋਂ ਰੋਕ ਦਿੰਦਾ, ਠੀਕ ਹੈ ਜੀ, ਮਾਣ ਦੇ ਨਾਲ ਆਪਾਂ ਲਿਖਦੇ ਹਾਂ ਹੈਡਿੰਗ ਸਾਰੇ, ਪੰਜਾਬੀ ਸਟੂਡੈਂਟ ਜਿਹੜਾ ਸਾਡਾ ਜਿਹੜਾ ਉਸਨੇ ਜ਼ਿੰਦਗੀ ਬਚਾਈ। ਮੈਨੂੰ ਯਾਦ ਹੈ ਭਾਜੀ ਹਰਮਨਪ੍ਰੀਤ, ਤੇ ਉਸ ਨੂੰ ਐਕਨੋਲੇਜ ਵੀ ਕੀਤਾ, ਸਨਮਾਨਿਤ ਕੀਤਾ, ਹਾਂਜੀ, ਕਿੰਨਾ ਫਖਰ ਵਾਲੀ ਗੱਲ ਹੈ। ਸੋ ਨਾਲੇ ਆਪਾਂ ਕਹਿ ਚੁੱਕੇ ਹਾਂ ਤੇ ਆਪਾਂ ਵੀ ਜਾਣਦੇ ਹਾਂ ਸਾਰੇ, 99% ਸਾਡੇ ਸਟੂਡੈਂਟ ਬੜੀ ਮਿਹਨਤ ਕਰ ਰਹੇ ਆ, ਮਿਹਨਤ ਕਰਕੇ ਆਪਣਾ ਇੱਥੇ ਵਸੀਲਾ ਬਣਾ ਰਹੇ ਆ, ਠੀਕ ਹੈ ਜੀ।
इन टर्म्स ऑफ एक जिहड़ा थोड़ा वर्ग है उस नूं भी आपां चाहुंदे आ कि वह मेन स्ट्रीम दे विच आ के इस मुल्क दा होवे, ते बहुत जरूरी है। मैं हमेशा हैप्पी है चंगे राय पाते इनफैक्ट आप जिहड़े बच्चे मेरे हुण भी मतलब लिंक दे विच हैगे ने, मैं उन्हां नूं बिलकुल उन्हां दी लाइफ दे विच हर चीज़ नूं मैं गाइड कर रहा हां। मेरी किसी नाल पर्सनली किसी ना कुछ भी नहीं हैगा भाई जी, जस्ट इस बारे कम्युनिटी मैटर एंड इट्स हैपन इज हैपन दैट्स ऑल। असीं वाहिगुरु अगे अरदास करदे आं जी कि थोड़े ते उन्हां जिहड़े बच्चे ने उन्हां दे जिहड़े रिलेशन सुखामे होण, न्यूजीलैंड दा माहौल एक पिंड वांग इत्थे एक दूजे नूं मिलदे वरतदे आ, एक दूजे दे मूंह मत्थे लगदे आ, विचारधारा वक्री हो सकदी आ, ओह कोई वड्डी गल नहीं है, ओह एक घर दे विच रहिंदे दो भरावां दे विच वी विचारां दा वखरेवां हो सकदा, पोलिटिकल जां बाकी मुद्दिआं दे उत्ते विचार वक्रे हो सकदे तुहाडे, पर हाँ जी ओवरऑल मैं महसूस करदा इहदे च दोनों धिरां नूं वध जागरूकता की जरूरत है। कानून के मद्देनज़र जो जो प्रोविजन हैगियां वो दोनों धिरां अपने फर्ज भी पछाणन ते हक भी तां मंगण, सो ज़्यादा वधिया कुछ स्रोते साडे नाल आ जी। ते तार सिंह जी तुहाडे नाल बड़ी इंट्रस्टिंग एक गल करनी है, मैनूं याद है तुसीं रेंटल प्रॉपर्टी दी बुक कीती सी, रेडियो स्पाइस दे ते स्वागत है जी, जी आयां नूं सर, पूरा नाम जी तुहाडा की है? मनप्रीत सिंह जी, जी आयान रेडियो स्पाइस ਦੇ ਅੰਦਰ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਕੰਮ ਕਰਦੇ ਹੋ ਕਮਿਊਨਿਟੀ ਵਾਸਤੇ। ਸ਼ੁਕਰੀਆ। ਕੋਈ ਇਸ਼ੂ ਨਹੀਂ ਦਾ, ਕੋਈ ਇਹੋ ਜੀ ਗੱਲ ਨਹੀਂ ਹੈਗੀ, ਆਪਾਂ ਕੋਈ ਜਿਹੜੀ ਦੋ ਚਾਰ ਪੁਆਇੰਟ ਸੀਗੇ ਉਹ ਮੈਂ ਆਪਣੇ ਰੱਖੇ ਸੀ ਕਮੈਂਟ ਦੇ ਵਿੱਚ, ਤੇ ਉਹਨਾਂ ਦੇ ਵਿੱਚ ਮੈਂ ਜਾਣਨਾ ਚਾਹੁੰਦਾ ਕਿ ਇਹੋ ਜਿਹਾ ਕਿਹੜਾ ਪੁਆਇੰਟ ਸੀਗਾ ਜਿਹਦੇ ਕਰਕੇ ਮੈਨੂੰ ਬਲੌਕ ਕੀਤਾ ਗਿਆ ਪੇਜ ਦੇ ਉੱਤੋਂ, ਤੇ ਮੈਨੂੰ ਨਤੇਜ ਭਾਈ ਤੁਸੀਂ ਕੀਤਾ ਬਲੌਕ। हाँ जी, जिहड़ी साढ़े प्रोटोकॉल्स ने जी इन टर्म्स ऑफ पेज के पक्षों, सो असी उसनों मोनीटर करते हैं, जिस दे विच जे डिसाइड होवे कि ये अनसखावे नहीं है तो वधिया गुड जिहड़ी उत्थे जिहड़ी खास करके इनवायरमेंट है नहीं क्रिएट करते। तुसी इस दे विच बाटी भाजी आप जिहड़ा चल रहा हैगा आ मुद्दा, जे तुसी इस दे पक्षों गल करना चाहते आप कर सकते हैं इन टर्म्स ऑफ ए जिहड़ा मुद्दा आ, क्योंकि ए एयर टाइम है। वीर जी वीर जी वीर जी मैं हुण तुहानूं कट्टणा वीर जी, मैं हुण तुहानूं कट्टणा क्योंकि साडे लई इह सब तों इंपोर्टेंट है कि इस दे विचों सिख्या की है। जे तुसीं सोचदे हो कि इत्थे दो जिहड़ियां शख्सीयतां बैठियां ने उहनां दे पक्खों उहनां दा टाइम जिहड़ा इंपोर्टेंट नहीं है, नहीं वीर जी इह नहीं, इह राइट नहीं हैगा, उहनां दा टाइम है इंपोर्टेंट, ते असीं जी सो वीर जी आपां जिहड़े आए हुए मेहमान ने, माफ करना एक सैकेंड रुकना वीर जी मैं कहना चाहवांगा कि ये बड़ा इंपोर्टेंट है, माफ़ करना असी आए हुए मेहमान का पूरा सत्कार करते एक बार फिर दोबारा थोड़ा टाइम जी असी इस दे विच चाहे उन्होंने परसनल व्यू से ठीक है जी, लेकिन जो आप डिस्कस कर रहे हैं बहुत इंपोर्टेंट है। मैं तार सिंह जी ये नैचुरली सवाल थोड़े तो पूछना चाहवांगा कि रेंटल प्रॉपर्टीज़ के पक्षों जिहड़े आम तौर के उत्ते जो तुसी खुद भी मैनेज किया इसनों ਕਿਹੜੇ ਪ੍ਰੋਟੋਕੋਲਸ ਤੁਸੀਂ ਸੋਚਦੇ ਆ ਕਿ ਉਹ ਫੋਲੋ ਕਰਨੇ ਚਾਹੀਦੇ ਆ? ਬਿਲਕੁਲ ਜੀ, ਪਹਿਲਾਂ ਤਾਂ ਪ੍ਰੋਸੀਜਰ ਇਹ ਹੈਗਾ ਵੀ ਮੈਂ ਸੋਚਦਾ ਵੀ ਜੇ ਪ੍ਰੋਪਰਟੀ ਬਾਰੇ ਸਾਨੂੰ ਨੌਲੇਜ ਨਹੀਂ ਹੈਗਾ, ਖਾਸ ਤੌਰ 'ਤੇ ਜਿਸ ਵੇਲੇ ਸਾਡੇ ਕੋਲ ਪਹਿਲੀ ਜਾਂ ਦੂਜੀ ਪ੍ਰੋਪਰਟੀ ਹੁੰਦੀ ਹੈ ਉਸ ਵੇਲੇ ਸਾਨੂੰ ਇੱਕ ਇਹਦੇ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ, ਅਤੇ ਉਸ ਵੇਲੇ ਕੀ ਹੈਗਾ ਵੀ ਜ਼ਿਆਦਾ ਵਧੀਆ ਵੀ ਜੇ ਅਸੀਂ ਪ੍ਰੋਫੈਸ਼ਨਲ ਮੈਨੇਜਰ ਯੂਜ਼ ਕਰ ਲਈਏ ਜੀ, ਜਦ ਤਾਈਂ ਅਸੀਂ ਆਪਣਾ ਜਿਹੜਾ ਨੌਲੇਜ ਗੇਨ ਕਰਦੇ ਹਾਂ ਹੋਰ, ਅਤੇ ਉਸ ਤੋਂ ਬਾਅਦ ਜਿਸ ਵੇਲੇ ਸਾਨੂੰ ਗਿਆਨ ਹੋ ਜਾਂਦਾ ਵੀ ਅਸੀਂ ਇਹਨੂੰ ਕਿੱਦਾਂ ਮੈਨੇਜ ਕਰ ਸਕਦੇ ਹਾਂ, ਤਾਂ ਫਿਰ ਅਸੀਂ ਇਹਦੀ ਕੋਸ਼ਿਸ਼ ਕਰ ਸਕਦੇ ਹਾਂ ਵੀ ਅਸੀਂ ਇਹਨੂੰ ਆਪ ਮੈਨੇਜ ਕਰੀਏ ਜੀ। ਅਤੇ ਪਰ ਜਿਹੜੇ ਨੋਰਮਲ ਸਾਡਾ ਪ੍ਰੋਸੀਜਰ ਹੈਗਾ ਆ ਵੀ ਅਸੀਂ ਜਿਸ ਵੇਲੇ ਕੋਈ ਟੈਨੈਂਟ ਚੂਜ਼ ਕਰਨਾ ਹੈਗਾ ਤਾਂ ਉਸ ਵੇਲੇ ਪਹਿਲਾਂ ਅਸੀਂ ਐਪਲੀਕੇਸ਼ਨ ਫਾਰਮ ਭਰਾਉਂਦੇ ਹਾਂ ਉਹਦੇ ਕੋਲੋਂ ਜੀ,
ਉਹ ਆਪਣੀ ਜਿਹੜੀ ਸਾਰੀ ਡਿਟੇਲ ਆ ਐਪਲੀਕੇਸ਼ਨ ਫਾਰਮ ਦੇ ਵਿੱਚ ਭਰਦਾ, ਉਹਦੇ ਵਿੱਚ ਕਿਰਾਇਆ ਹੁੰਦਾ, ਕਿੰਨਾ ਕਿਰਾਇਆ ਦੇ ਸਕਦਾ, ਜਿਹੜੀਆਂ ਉਹਦੀਆਂ ਰੈਫਰੈਂਸਿਸ ਹੁੰਦੀਆਂ ਉਹ ਆ, ਉਹ ਤੋਂ ਬਾਅਦ ਅਸੀਂ ਐਪਲੀਕੇਸ਼ਨ ਜਿਹੜਾ ਸਾਡੀ ਮੈਨੇਜਰ ਹੈਗੀ ਆ ਪ੍ਰੋਸੈਸ ਕਰਦੀ ਆ ਜੀ, ਤੇ ਉਸ ਵੇਲੇ ਜਿਹੜੀ ਇੱਕ ਐਪਲੀਕੇਸ਼ਨ ਜਿਹੜੀ ਐਕਸੈਪਟ ਕਰ ਲਈ ਜਾਂਦੀ ਹੈਗੀ ਆ, ਉਸ ਤੋਂ ਬਾਅਦ ਫਿਰ ਉਹਨਾਂ ਤੋਂ ਹੋਰ ਇਨਫੋਰਮੇਸ਼ਨ ਮੰਗੀ ਜਾਂਦੀ ਆ, ਜਿੱਦਾਂ ਡਰਾਈਵਰ ਲਾਇਸੈਂਸ ਦੀ ਕਾਪੀ, ਆਈਡੀਜ਼ ਹੋ ਗਈਆਂ, ਉਹਨਾਂ ਨੂੰ ਪੁੱਛਣਾ ਵੀ ਤੁਸੀਂ ਇੰਨਾ ਬੌਂਡ ਦੇ ਸਕਦੇ ਆ, ਤਾਂ ਫਿਰ ਟੈਨੈਂਸੀ ਐਗਰੀਮੈਂਟ ਤੱਕ ਗੱਲ ਜਾਂਦੀ ਆ, ਤਾਂ ਉਸ ਦੌਰਾਨ ਉਹ ਤੋਂ ਪਹਿਲਾਂ ਅਸੀਂ ਪ੍ਰੋਪਰਟੀ ਉਹਨਾਂ ਨੂੰ ਦਿਖਾ ਦਿੰਦੇ ਹਾਂ ਕਿ ਉਹਨਾਂ ਨੂੰ ਪਸੰਦ ਆ ਜੀ, ਜ਼ਿਆਦਾ ਲੋਕ ਅੱਜ ਕੱਲ੍ਹ ਔਨਲਾਈਨ ਹੀ ਪ੍ਰੋਪਰਟੀ ਪਸੰਦ ਕਰਨ ਲੱਗ ਪਏ ਆ, ਪਰ ਫਿਰ ਵੀ ਅਸੀਂ ਉਹਨਾਂ ਨੂੰ ਦਿਖਾ ਦਿੰਦੇ ਹਾਂ, ਤੇ ਨੋਰਮਲ ਪ੍ਰੋਸੈਸ ਹੈਗਾ ਸਾਡਾ ਜੀ ਲੈਣਾ ਚੂਜ਼ ਕਰਨ ਦਾ। ਇੱਕ ਬੜਾ ਇੰਟਰਸਟਿੰਗ ਪੁਆਇੰਟ ਆਇਆ ਤਾਰ ਸਿੰਘ ਜੀ, ਜਿਹਦੇ ਵਿੱਚ ਜਿੱਦਾਂ ਭਾਜੀ ਹੁਣਾਂ ਨੇ ਕਿਹਾ ਕਿ ਸਾਡੇ ਕੋਲ ਹੋਰ ਵੀ ਕਾਫੀ ਜਿਹੜੇ ਸਨ ਲੈਂਡਲੋਰਡਸ, ਉਹਨਾਂ ਨੇ ਫੀਡਬੈਕ ਥੋੜੀ ਦਿੱਤੀ ਹੈ ਕਿ ਕੋਵਿਡ 19 ਦੇ ਦੌਰਾਨ ਜਿਹੜੇ ਰੈਂਟ ਅਰੀਅਰਸ ਬਹੁਤ ਆਏ, ਹੁਣ ਤੁਸੀਂ 70 ਪ੍ਰੋਪਰਟੀਜ਼ ਨੈਚੁਰਲੀ ਜਿਹੜੀਆਂ ਉਹ ਉਸ 'ਤੇ ਕਰੀਬ ਉਸਨੂੰ ਮੈਨੇਜ ਕਰਦੇ ਹੋ, ਤੁਸੀਂ ਇਹ ਮਹਿਸੂਸ ਕੀਤਾ? ਦੇਖੋ ਜੀ, ਵੀ ਮੈਂ ਇੱਕ ਪ੍ਰੋਪਰਟੀ ਓਨਰ ਦੇ ਨਾਲ ਨਾਲ ਵੀ ਮੈਂ ਕਮਿਊਨਿਟੀ ਵਰਕ ਵੀ ਬਹੁਤ ਕਰਦਾ, ਮੈਂ ਇਸ ਚੀਜ਼ ਨੂੰ ਵੱਖਰੀ ਤਰ੍ਹਾਂ ਹੈਂਡਲ ਕੀਤਾ ਜੀ, ਜਿਹੜਾ ਕਿ ਇਹਦਾ ਭਾਵ ਇਹ ਨਹੀਂ ਵੀ ਮੈਂ ਦੂਸਰਿਆਂ ਨੂੰ ਰਿਕਮੈਂਡ ਕਰਦਾ ਇੱਦਾਂ ਕਰੋ, ਕਿਉਂਕਿ ਮੈਂ ਇੱਕ ਬਿਜ਼ਨਸਮੈਨ ਦੇ ਤੌਰ 'ਤੇ ਮੈਂ ਇਨਸਾਨੀਅਤ ਦੇ ਪੱਖੋਂ ਵੀ ਲੋਕਾਂ ਦੇ ਨਾਲ ਵੱਧ ਜੁੜਿਆ ਹਾਂ, ਅਤੇ ਜਿਸ ਵੇਲੇ ਇੱਥੇ ਲੋਕਡਾਊਨ ਸ਼ੁਰੂ ਹੋਇਆ ਸੀਗਾ, ਸਰਕਾਰ ਨੇ ਇਹ ਬਾਅਦ ਵਿੱਚ ਕਿਹਾ ਵੀ ਤੁਸੀਂ ਭਾਵੇਂ ਲੋਕਡਾਊਨ ਦੌਰਾਨ ਕਿਰਾਇਆ ਜੇ ਨਹੀਂ ਦੇ ਹੁੰਦਾ ਤੁਹਾਨੂੰ ਟੈਨੈਂਟ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਜੀ, ਪਰ ਉਸ ਤੋਂ ਪਹਿਲਾਂ ਮੈਂ ਆਪਣੇ ਟੈਨੈਂਟਸ ਨੂੰ ਕੰਟੈਕਟ ਕਰਕੇ ਮੈਨੇਜਰਾਂ ਦੇ ਥਰੂ ਕਹਿ ਦਿੱਤਾ ਸੀਗਾ ਵੀ ਅਗਰ ਲੋਕਡਾਊਨ ਹੋ ਗਿਆ, ਕਿਸੇ ਨੂੰ ਰੋਟੀ ਪਾਣੀ ਦੀ ਲੋੜ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ, ਅਗਰ ਕਿਸੇ ਤੋਂ ਕਿਰਾਇਆ ਨਹੀਂ ਦੇ ਹੁੰਦਾ ਉਹ ਸਾਨੂੰ ਦੱਸ ਦੇਵੇ ਮੈਂ ਕਿੰਨਾ ਦੇ ਸਕਦਾ, ਜਿਹਦੇ ਕੋਲ ਬਿਲਕੁਲ ਨਹੀਂ ਦੇ ਹੁੰਦਾ ਉਹ ਵੀ ਸਾਨੂੰ ਦੱਸ ਦੇਵੇ, ਵਾਹ, ਅਤੇ ਉਹਨੂੰ ਬਿਲਕੁਲ ਅਸੀਂ ਫੋਰਸ ਨਹੀਂ ਕਰਾਂਗੇ, ਉਹਨੂੰ ਅਸੀਂ ਬਿਲਕੁਲ ਕੱਢਾਂਗੇ ਨਹੀਂ, ਜੇ ਉਹਨੂੰ ਖਾਣੇ ਦੀ ਲੋੜ ਆ ਅਸੀਂ ਉਹਨਾਂ ਨੂੰ ਖਾਣਾ ਵੀ ਦੇਵਾਂਗੇ। ਇਸ ਤੋਂ ਇਲਾਵਾ ਜਿਹੜੇ ਆਪਣੀ ਕਮਿਊਨਿਟੀ ਦੇ ਬੰਦੇ ਮੇਰੇ ਨਾਲ ਟ੍ਰੇਡਸ ਪੀਪਲ ਦੇ ਤੌਰ 'ਤੇ ਕੰਮ ਕਰਦੇ ਸੀ ਜੀ, ਮੈਂ ਉਹਨਾਂ ਨੂੰ ਟੈਕਸਟ ਕੀਤੇ, ਮੈਂ ਕਿਹਾ ਵੀ ਤੁਹਾਡੇ ਵੀ ਕੰਮ ਰੁਕ ਗਏ ਆ, ਭਾਵੇਂ ਤੁਸੀਂ ਬਿਜ਼ਨਸ ਪੀਪਲ ਆ ਜੀ, ਜੇ ਤੁਹਾਨੂੰ ਫੂਡ ਦੀ ਤੰਗੀ ਆਉਂਦੀ ਆ ਤਾਂ ਉਹ ਵੀ ਅਸੀਂ ਪ੍ਰੋਵਾਈਡ ਕਰਾਂਗੇ। ਅਤੇ ਉਹਦੇ ਨਾਲ ਕੀ ਹੋਇਆ ਵੀ ਜਿੱਦਾਂ ਉਹਨਾਂ ਦੇ ਜਿਹੜੇ ਢਹਿ ਉਹ ਹੌਂਸਲੇ ਸੀ ਸਾਰਿਆਂ ਦੇ ਕਾਇਮ ਹੋ ਗਏ, ਅਤੇ ਉਹ ਇੱਦਾਂ ਦੀ ਕਹਿ ਲਓ ਵੀ ਪਹਿਲਾ ਪ੍ਰੋਸੀਜਰ ਸੀ ਵੀ ਜੇ ਕਿਸੇ ਬੰਦੇ ਨੇ ਸਾਡੇ ਨਾਲ ਕੋਂਟੈਕਟ ਕੀਤਾ ਵੀ ਅਸੀਂ ਕਿਰਾਇਆ ਨਹੀਂ ਦੇ ਸਕਦੇ ਜਾਂ ਘੱਟ ਦੇ ਸਕਦੇ, ਪਹਿਲਾ ਸੁਝਾਅ ਉਹਨਾਂ ਨੂੰ ਕਿਹਾ ਵੀ ਵਰਕ ਐਂਡ ਇਨਕਮ ਨਾਲ ਗੱਲ ਕਰੋ, ਪਹਿਲੇ ਨੰਬਰ 'ਤੇ ਗੌਰਮੈਂਟ ਦਾ ਕੰਮ ਹੁੰਦਾ ਮਦਦ ਕਰਨੀ ਜੀ, ਬਿਲਕੁਲ, ਕਿਉਂਕਿ ਟੈਕਸ ਉਹ ਲੈਂਦੇ ਆ, ਅਸੀਂ ਨਹੀਂ ਟੈਕਸ ਲੈਂਦੇ, ਅਤੇ ਜੇ ਗੌਰਮੈਂਟ ਉਹਨਾਂ ਨੂੰ ਜਵਾਬ ਦੇ ਦਿੰਦੀ ਆ ਵੀ ਅਸੀਂ ਤੁਹਾਡੀ ਮਦਦ ਨਹੀਂ ਕਰਨੀ ਕਿਸੇ ਵੀ ਵਜ੍ਹਾ ਕਰਕੇ, ਤਾਂ ਉਸ ਵੇਲੇ ਪਹਿਲੇ ਨੰਬਰ 'ਤੇ ਮੈਂ ਖੜਾ, ਅਤੇ ਸਾਨੂੰ ਬਿਲਕੁਲ ਤੰਗੀ ਨਹੀਂ ਹੋਈ, ਇੱਕ ਦੋ ਕੇਸਿਸ ਦੇ ਵਿੱਚ ਹੋਏ ਆ ਉਹ ਵੀ ਸਾਰਾ ਸੋਰਟ ਆਊਟ ਹੋ ਗਿਆ। ਸੋ ਜੀ, ਮੈਂ ਥੋੜ੍ਹੀ ਜਿਹੀ ਇੱਥੇ ਜ਼ਿਕਰ ਛੇੜਨਾ ਚਾਹੂੰਗਾ, ਜਿਵੇਂ ਵੈਸੇ ਜਗਜੀਤ ਹੋਣਾ ਨੇ ਜਿਵੇਂ ਪਹਿਲਾਂ ਜ਼ਿਕਰ ਕੀਤਾ, ਜਗਜੀਤ ਜੀ ਤੁਸੀਂ ਖੁਦ ਮੰਨਿਆ ਕਿ 30 ਮਾਰਚ ਤੋਂ ਬਾਅਦ ਸ਼ਾਇਦ ਰੈਂਟ ਜਿਹੜਾ ਨਹੀਂ ਪੇ ਹੋਇਆ, ਉਸ ਦੌਰਾਨ ਕੋਵਿਡ-19 ਦਾ ਲੋਕਡਾਊਨ ਰਿਹਾ, ਕੀ ਤੁਹਾਨੂੰ ਮੌਕਾ ਮਿਲਿਆ ਉਸ ਦੌਰਾਨ ਤੁਸੀਂ ਉਸ ਪ੍ਰੋਪਰਟੀ ਦੇ ਉੱਤੇ ਨਜ਼ਰ ਰੱਖਦੇ, ਕਿਉਂਕਿ ਆਫਕੋਰਸ ਜਿੱਦਾਂ ਪ੍ਰੋਪਰਟੀ ਮੈਨੇਜਮੈਂਟ ਦੀ ਗੱਲ ਹੋਈ ਅਵਤਾਰ ਹੋਣਾ ਵੱਲੋਂ, ਤੁਸੀਂ ਉਸ ਤਰੀਕੇ ਨਾਲ ਹੀ ਬਲਕਿ ਖੁਦ ਹੈਂਡਲ ਕਰ ਰਹੇ ਸੀ, ਇੱਦਾਂ ਹੀ ਸੀ ਨਾ? ਹਾਂਜੀ, ਪ੍ਰੋਪਰਟੀ ਆਪ ਹੀ ਹੈਂਡਲ, ਤੁਸੀਂ ਫਿਰ ਨਿਗਾਹ ਰੱਖੀ, ਇੰਸਪੈਕਸ਼ਨ ਹੋਈ ਉਸ ਦੌਰਾਨ? ਆਪ ਹੀ ਹੈਂਡਲ ਹੋ ਰਹੀ ਸੀ, ਬਿਲਕੁਲ ਠੀਕ, ਪਰ ਕੋਵਿਡ ਟਾਈਮ ਦੇ ਵਿੱਚ ਇੰਸਪੈਕਸ਼ਨ ਵੀ ਨਹੀਂ ਕਰ ਪਾਏ ਨਾ ਜੀ ਡਿਊਰਿੰਗ ਦੈਟ ਮੰਥ, ਸੋ ਫਾਈਲ ਅਪ ਹੋ ਗਈ। ਹਾਂਜੀ, ਉਸ ਕਰਕੇ ਉਹ ਜਿਹੜੇ ਏਰੀਆਸ ਵੱਧਦੇ ਚਲੇ ਗਏ ਅਤੇ ਉਹ ਡਾਊਨਫਾਲ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਜੀ। ਸੋ ਕਾਇੰਡ ਆਫ ਇਹ ਇੰਟਰਸਟਿੰਗਲੀ ਜਿਹੜਾ ਸਿਨਾਰੀਓ ਹੈ ਤਾਰ ਸਿੰਘ ਜੀ, ਮੈਂ ਕਾਫੀ ਜਿਹੜੇ ਜਿਹਨਾਂ ਦੇ ਫੋਟੋਜ਼ ਵੀ ਤਿੰਨ ਮਾਲਕ ਮਕਾਨ ਨੇ ਇਹ ਭੇਜਿਆ, ਸੋ ਅਨਫੋਰਚੁਨੇਟ ਟਾਈਮ ਸੀਗਾ ਲਾਈਫ ਦੇ ਵਿੱਚ ਜੀ, ਹਾਰਡਸ਼ਿਪ ਆਉਂਦੀ ਹੈ। ਮੈਂ ਇਹਨੂੰ ਇਸ ਪੱਖੋਂ ਵੀ ਦੇਖਦਾ ਕਿ ਉਹ ਵੀ ਜਿਹੜੇ ਨੇ ਨੈਚੁਰਲੀ ਜਿਹੜਾ ਸਟੂਡੈਂਟ ਅਤੇ ਸਾਡਾ ਜਿਹੜਾ ਨਵਾਂ ਮਾਈਗ੍ਰੈਂਟ ਵਰਗ ਹੈ, ਉਹਨਾਂ ਨੇ ਵੀ ਤਾਂ ਕੰਮ ਕਰਨਾ ਸੀ ਨੈਚੁਰਲੀ ਜੀ, ਜੇ ਕੰਮ ਹੀ ਬੰਦ ਹੋ ਗਏ ਤਾਂ ਉਹ ਕਿੱਥੋਂ ਕੰਮ ਕਰਨੇ। ਹਾਂਜੀ, ਸੋ ਸਬਸਿਡੀ ਦਾ ਵੀ ਐਬਸੋਲਿਊਟ ਜਿਹੜੇ ਸੋ ਇਹ ਸੁਭਾਵਕ ਹੈ। ਸੋ ਇਸ ਸਮੇਂ ਦੇ ਵਿੱਚ ਇੱਦਾਂ ਦੇ ਟਾਈਮ ਦੇ ਉੱਤੇ ਸਾਨੂੰ ਕਾਫੀ ਜਿਹੜੇ ਫੀਡਬੈਕ ਆਈ। ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਜਦੋਂ ਅਸੀਂ ਫੋਟੋਜ਼ ਅਤੇ ਟੋਕ ਬੈਕ ਦੀ ਵੀ ਗੱਲ ਕੀਤੀ, ਪਰ ਉਸ ਤੋਂ ਪਹਿਲਾਂ ਜਦੋਂ ਅਸੀਂ ਫੋਟੋਜ਼ ਪਾਈਆਂ ਸਾਰੀਆਂ, ਇੰਨੀ ਡਿਸਕਸ਼ਨ ਜਿਹੜੀ ਆ ਕੰਸਟਰਕਟਿਵ ਜਿਹੜੀ ਇਸ ਦੇ ਵਿੱਚ ਆਈ ਕੀ ਕਰ ਸਕਦੇ ਨੇ ਖਾਸ ਕਰਕੇ ਐਜ਼ ਅ ਲੈਂਡਲੋਰਡ, ਅਤੇ ਕੀ ਪ੍ਰੋਸੀਜਰ ਸੈੱਟ ਹੋਣਾ ਚਾਹੀਦਾ। ਸੋ ਮੈਂ ਤਾਰ ਸਿੰਘ ਜੀ ਤੁਹਾਡੇ ਤੋਂ ਇਹ ਜ਼ਰੂਰ ਪੁੱਛਣਾ ਚਾਹੂੰਗਾ, ਕਿਉਂਕਿ ਤੁਸੀਂ ਇੰਨੀਆਂ ਪ੍ਰੋਪਰਟੀਜ਼ ਓਨ ਕਰਦੇ ਹੋ, ਤੁਹਾਡੇ ਨਾਲ ਨੈਚੁਰਲੀ ਨੋਨ ਪੇਇੰਗ ਟੈਨੈਂਟ ਤਾਂ ਆਉਂਦੇ ਹੋਣਗੇ, ਕਿਉਂਕਿ ਖਾਸ ਕਰਕੇ ਕਈ ਇਲਾਕਿਆਂ ਦੇ ਵਿੱਚ ਤਾਂ ਇਹ ਐਪੀਡੈਮਿਕ ਹੈ, ਅਤੇ ਮੈਂ ਪੁੱਛਣਾ ਚਾਹੂੰਗਾ ਤੁਸੀਂ ਕਿ ਤੁਸੀਂ ਕਿੱਦਾਂ ਹੈਂਡਲ ਕਰਦੇ ਹੋ ਇਸ ਤਰ੍ਹਾਂ?
हाँ जो सा मैनेजर है वो डेली बेसिस के उत्ते किराया मोनीटर करते हैं तो जेडे दिन वो ड्यू हैगा उस दिन आ जाता तो जे वो एक दिन भी लेट हो गया तो नैक्सट डे उन्होंने पहला असी टैक्सट मैसेज करके इनफॉर्म करते हैं टेनेंट नूं भी तू कल पे करना सी रेंट तो तुसी रेंट नहीं पे किया। अच्छा तो ज्यादा टेनेंट है कॉन्टैक्ट कर लेंगे किसी की कह लो कि वेजिस नहीं आई सी अकाउंट से जां होर वजह करके मिस पेमेंट हो गई ज किसी ने चेता नहीं रहा जिन्हें ऑफिस दे विच जा के पे करना सीगा जी ते तकरीबन 95% जिहड़े आ टेनेंट रिस्पोंड करदे आ ते जिहड़े नहीं करदे दो तीन दिन दे के तो उस तो बाद उन्हां नूं लिखती लैटर पाया जांदा ते उन्हां नाल दस्सिया जांदा भी जे तुसीं इहनूं सॉर्ट आउट नहीं करदे तां असीं टेनेंसी ट्रिब्यूनल दे विच उह जिहड़ा केस लैके जावांगे ते वर्स केस सिनारियो च फिर सानूं टेनेंसी ट्रिब्यूनल दे विच लिजाणा पैंदा ते पर बहुत थोड़े केस आ जिहड़े टेनेंसी ट्रिब्यूनल च जांदे उहदे विच मैनूं नहीं जाना पैंदा ते सिर्फ मैनेजर जांदे हैगे आ जे जे उत्ते मान लो असीं उह जिहड़ा साडा रेंट एग्री हो जांदे आ ते तुहानूं पे करना ते उस तों बाद जिहड़ी टेनेंसी ट्रिब्यूनल दी फीस आ उह वी टेनेंट ने ही देनी हुंदी आ। हां जी ते इस करके वधिया गल आ कि टेनेंट पहलां सॉर्ट आउट कर लवे जे इस वेले टेनेंसी ट्रिब्यूनल तक जाण लग पैंदे आ तो कॉस्ट टेनेंट वास्ते वी वध जांदी आ ते मालिक दा वी टाइम खराब हुंदा ते रिलेशनशिप वी अपनी बिगड़दी आ जी। सो एक दो जिहड़े जिवें आपां देखिए कि लैंडलॉर्ड दीआं जिहड़ियां रिस्पोंसिबिलिटीज़ ने मैं सीधा टेनेंसी गवर्नमेंट govt.nz तों पढ़ रहा जी उस दे विच लिखा है कि मेक श्योर द प्रॉपर्टी इज़ इन अ रीजनेबल कंडीशन चाण तो पहलो नैचुरली सो उस हिसाब तुसीं प्रॉपर्टी वन नैक्स चाहन दी आ सो रीजनेबल कंडीशन दे विच उसनू तुसीं करोगे तां प्रॉपर्टी जिहड़ी चाढ़ोगे जी। सो ये कंडीशन है जी ये लीगल कंडीशन है बिल्कुल अवतार सिंह जी कि आपां इदां नहीं कि फिर इसनू थोड़ा जिहा पैचअप करके प्रॉपर हुण इंसुलेशन भी आ गई है जी। आपां जिहड़ी हुण साडी असीं प्रॉपर्टी रेंट आउट करन तों पहलां जी असीं तकरीबन 2 घंटे साडी प्रॉपर्टी इंस्पैक्शन हुंदी है एक खाली प्रॉपर्टी उस दे उत्ते 1.5 to 2 घंटे जिहड़ी मैनेजर उत्थे उहदियां फोटो खिंचदी है निक्के निक्के डैमेज होए दीआं ओके उहनां दी असीं रिकॉर्डिंग करदे आ साडे कोल रिकॉर्ड रहिंदा उस तो बाद जिस वेले टेनेंट साडा मूव हुंदा उत्थे जिहड़े डैमेज एग्जिस्टिंग डैमेज हैगे आ बल तां असीं रेक्टीफाई कर दिंदे आ जी पर जिहड़ा असीं डैमेज रेक्टीफाई नहीं कीता फॉर एग्जांपल पे उत्थे पेन होल्स हैगे आ जां कोई स्क्रैच लगी हुआ ते उह असीं फार्म दे उत्ते उह तों लिखा लैंदे आ उस तों बाद असीं टेनेंट नूं फार्म दे दिंदे आ तूं हफ्ता उहदे विच रहि वी ला जी ते जे तैनूं बाद विच वी कोई उहदे विच नुक्स दिखदा तां तूं फार्म ते लिखा दे ਜਿਸ ਵੇਲੇ ਉਹ ਤੂੰ ਫਾਰਮ ਸਾਨੂੰ ਵਾਪਸ ਦੇ ਦਿੱਤਾ ਉਹ ਤੋਂ ਬਾਅਦ ਜੇ ਤੂੰ ਐਕਸਟਰਾ ਡੈਮੇਜ ਕਰੇਗਾ ਤਾਂ ਉਹ ਸਾਬਤ ਇਹ ਹੁੰਦਾ ਵੀ ਤੈਅ ਕੀਤਾ ਤੇ ਉਹਦਾ ਤੂੰ ਰਿਸਪੋਂਸੀਬਲ ਆ ਤਾਂ ਇੱਦਾਂ ਨਹੀਂ ਹੈ ਵੀ ਅਸੀਂ ਕੋਈ ਆਪਣੇ ਪਹਿਲੇ ਡੈਮੇਜ ਜਿਹੜੇ ਆ ਕਿਰਾਏਦਾਰ ਦੇ ਸਿਰ ਪਾ ਦਈਏ ਜੀ ਔਰ ਸਾਡਾ ਕਦੇ ਵੀ ਕਹਿ ਲਓ ਵੀ ਉਹਨਾਂ ਦੇ ਨਾਲ ਇਸ ਗੱਲ ਪਿੱਛੇ ਝਗੜਾ ਨਹੀਂ ਹੋਇਆ ਕਿਸੇ ਟੈਨੈਂਟ ਦੇ ਨਾਲ ਤੇ ਉਹ ਕਹੇ ਵੀ ਇਹ ਤੁਸੀਂ ਕੀਤਾ ਸੀ ਜਾਂ ਇਹ ਪਹਿਲਾਂ ਹੀ ਸੀ ਇੱਦਾਂ ਕਦੇ ਨਹੀਂ ਹੋਈ ਜੀ। ਇਸ ਦੇ ਵਿੱਚ ਇੱਕ ਹੋਰ ਆਉਂਦਾ ਹੈਂਡਲ ਐਨੀ ਅਬੈਂਡਨਡ ਗੁੱਡਸ ਇਨ ਅ ਕਰੈਕਟ ਵੇ ਤੇ ਇਨਫੋਰਮ ਦ ਟੈਨੈਂਟ ਆਫ ਦ ਪ੍ਰੋਪਰਟੀਜ਼ ਫੋਰ ਸੇਲ ਇਹ ਵੀ ਇੱਕ ਬੜਾ ਇੰਟਰਸਟਿੰਗ ਪੁਆਇੰਟ ਹੈ ਕਿ ਸੋ ਜੇ ਤੁਸੀਂ ਕਿਸੇ ਨੂੰ ਪ੍ਰੋਪਰਟੀ ਦੇਣ ਲੱਗੇ ਹੋ ਸੋ ਤੇ ਉਹ ਰੈਂਟ ਕਰ ਲੱਗਾ ਤੇ ਤੁਸੀਂ ਪ੍ਰੋਪਰਟੀ ਮਾਰਕੀਟ ਤੇ ਲੈ ਕੇ ਜਾਣੀ ਹੈ ਤੇ ਤੁਹਾਡਾ ਫਰਜ਼ ਬਣਦਾ ਤੇ ਉਹਨਾਂ ਦਾ ਰਾਈਟ ਹੈ ਕਿ ਉਹ ਜਾਣਨ ਕਿ ਪ੍ਰੋਪਰਟੀ ਤੁਸੀਂ ਸ਼ਾਇਦ ਸੇਲ ਦੇ ਉੱਤੇ ਲੈ ਲੈਣੀ ਹੈ। ਇਸ ਤੋਂ ਪਿੱਛੋਂ ਇੱਕ ਜ਼ਰੂਰ ਮੈਂ ਪੁੱਛਣਾ ਚਾਹਾਂਗਾ ਇੱਕ ਬੜਾ ਇੰਪੋਰਟੈਂਟ ਇੰਸਟਰੂਮੈਂਟ ਹੈ ਜਿਹੜਾ ਕਿ ਮੈਕਨਿਜ਼ਮ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਪਰਟੀ ਵਰਲਡ ਦੇ ਵਿੱਚ ਯੂਜ਼ ਕੀਤਾ ਜਾਂਦਾ ਉਹ ਹੈ ਬੌਂਡ ਦਾ। ਹਾਂਜੀ ਹਾਂਜੀ ਬੌਂਡ ਜਿਹੜਾ ਆਪਾਂ ਰੱਖਦੇ ਹਾਂ ਕਿ ਬਈ ਸੋ ਤੁਸੀਂ ਥੋੜ੍ਹਾ ਦੱਸੋਗੇ ਇਸ ਦੇ ਪੱਖੋਂ ਕੀ ਰਿਕੁਆਇਰਮੈਂਟ ਹੈ ਨੋਰਮਲ ਬੌਂਡ ਦੇ। ਹਾਂਜੀ ਅਸੀਂ ਜਿਹੜਾ 4 ਵੀਕ ਦਾ ਬੌਂਡ ਲੈਂਦੇ ਹਾਂ ਪਰ 3 ਵੀਕ ਦਾ ਵੀ ਐਕਸੈਪਟੇਬਲ ਹੈਗਾ ਪਰ ਜਿਹੜਾ ਸਾਡੀਆਂ ਸਾਰੀਆਂ ਪ੍ਰੋਪਰਟੀਆਂ ਦਾ 4 ਵੀਕ ਦਾ ਬੌਂਡ ਹੁੰਦਾ। 4 ਵੀਕ ਦਾ ਬੌਂਡ ਕੀ ਭਾਵ ਹੈਗਾ ਵੀ ਜਿੰਨਾ 1 ਵੀਕ ਦਾ ਰੈਂਟ ਹੈਗਾ ਜੇ $500 ਰੈਂਟ ਹੈਗਾ ਆ ਤਾਂ 5 × 20 ਤੇ $2000 ਜਿਹੜਾ ਉਹਦਾ ਬੌਂਡ ਹੋ ਗਿਆ ਜੀ। ਤੇ ਇੱਥੇ ਵੀ ਇੱਕ ਬਹੁਤ ਕਨਫਿਊਜ਼ਨ ਆ ਵੀ ਜਿਹੜੇ ਆਪਣੇ ਕੁਛ ਲੈਂਡਲੋਰਡ ਹੈਗੇ ਆ ਆਪਣੀ ਕਮਿਊਨਿਟੀ ਦੇ ਵਿੱਚੋਂ ਗਿਆਨ ਘੱਟ ਹੋਣ ਦੇ ਕਰਕੇ ਉਹ ਬੌਂਡ ਕਈ ਵਾਰ ਆਪਣੇ ਕੋਲ ਰੱਖ ਲੈਂਦੇ ਆ ਉਹ ਬੌਂਡ ਸੈਂਟਰ 'ਚ ਜਮ੍ਹਾਂ ਕਰਾਉਣਾ ਹੁੰਦਾ ਬੌਂਡ ਸੈਂਟਰ ਦੇ ਵਿੱਚ। ਹਾਂਜੀ ਜੀ ਤੇ ਉਹ ਆਪਣੇ ਕੋਲ ਨਹੀਂ ਰੱਖਣਾ ਹੁੰਦਾ ਤੇ ਉਹ ਜਿਸ ਵੇਲੇ ਦੋਨੋਂ ਧਿਰਾਂ ਜਿਸ ਵੇਲੇ ਟੈਨੈਂਟ ਛੱਡ ਕੇ ਜਾਂਦਾ ਜਿਸ ਵੇਲੇ ਦੋਨੋਂ ਧਿਰਾਂ ਐਗਰੀ ਹੁੰਦੀਆਂ ਵੀ ਪ੍ਰੋਪਰਟੀ ਦੇ ਵਿੱਚ ਕੋਈ ਨਵਾਂ ਜਿਹੜਾ ਡੈਮੇਜ ਨਹੀਂ ਹੋਇਆ ਤੇ ਕਿਰਾਇਆ ਸਾਰਾ ਅਪ ਟੂ ਡੇਟ ਹੈਗਾ ਤੇ ਫਿਰ ਉਹ ਬੌਂਡ ਜਿਹੜਾ ਰਿਫੰਡ ਹੋ ਜਾਂਦਾ ਟੈਨੈਂਟ ਨੂੰ ਉਹ ਨਾ ਮਾਲਕ ਨੂੰ ਮਿਲਦਾ ਨਾ ਉਹ ਪਰ ਜੇ ਕੋਈ ਉਹਦੇ ਵਿੱਚ ਟੈਨੈਂਟ ਨੇ ਡੈਮੇਜ ਕਰ ਦਿੱਤਾ ਉਹ ਫਿਰ ਉਹਨੇ ਪੈਸੇ ਵਿੱਚੋਂ ਕੱਟ ਲਏ ਜਾਂਦੇ ਆ ਤੇ ਬਾਕੀ ਟੈਨੈਂਟ ਨੂੰ ਮਿਲ ਜਾਂਦੇ ਆ ਜੀ। ਮੈਂ ਥੋੜ੍ਹਾ ਜਿਹਾ ਇੱਥੇ
ਕਹਿਣਾ ਚਾਹੂੰਗਾ ਕਿ ਘਰੇ ਇਹਨਾਂ ਦਾ ਪਰਿਵਾਰ ਵੇਟ ਕਰ ਰਿਹਾ ਜਗਦੀਤ ਹੁਣਾਂ ਦਾ ਅੱਜ ਕਿਉਂਕਿ ਤਿਉਹਾਰ ਹੈ ਸੋ ਸਭ ਤੁਸੀਂ ਜਾ ਸਕਦੇ ਹੋ ਇਹਨਾਂ ਕੁ ਜ਼ਰੂਰ ਪੁੱਛ ਲਈਏ ਵੀ ਇਹਨਾਂ ਨੇ ਜਦੋਂ ਇਹ ਸਾਰਾ ਨੁਕਸਾਨ ਦਾ ਜਾਂ ਬਾਕੀ ਸਾਰੀਆਂ ਚੀਜ਼ਾਂ ਇਹਨਾਂ ਨੇ ਅਸੈਸ ਕਰਵਾਈਆਂ ਜਾਂ ਇੰਸ਼ੋਰੈਂਸ ਕੰਪਨੀ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਸੋ ਸਰ ਤੁਸੀਂ ਟੀਐਨਐਸਸੀ ਟ੍ਰਿਬਿਊਨਲ ਦੇ ਵਿੱਚ ਜਾਣ ਦਾ ਨਿਰਣਾ ਲਿਆ ਜਾਂ ਨਹੀਂ ਜਾਂ ਜਾ ਰਹੇ ਹੋ ਨਹੀਂ ਜਿੱਦਾਂ ਮੈਂ ਕਹਿ ਕੇ ਜਿਹੜੇ ਉੱਥੇ ਟੈਨੈਂਟਸ ਰਹਿ ਕੇ ਗਏ ਨੇ ਉਹਨਾਂ ਦੇ ਨਾਲ ਇਸ ਟਾਈਮ ਨੈਗੋਸ਼ੀਏਸ਼ਨ ਚੱਲ ਰਹੀ ਹੈ ਉਹ ਮੈਨੂੰ ਕੋਆਪਰੇਟ ਕਰ ਰਹੇ ਨੇ ਜੀ ਅਤੇ ਉਹ ਮਿਲਣਾ ਚਾਹੁੰਦੇ ਨੇ ਅਤੇ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਟੈਨੈਂਟਸੀ ਟ੍ਰਿਬਿਊਨਲ ਜਾਣ ਦੀ ਲੋੜ ਪੈਗੀ ਬਿਕੋਜ਼ ਲਾਈਫ ਦੇ ਵਿੱਚ ਸਾਡੇ ਸਾਰਿਆਂ ਦੇ ਲਈ ਲਰਨਿੰਗ ਸਟੇਜ ਆਉਂਦੀ ਹੈ ਅਤੇ ਆਈ ਥਿੰਕ ਆਈ ਲਰਨ ਅਲੋਟ ਇਨ ਦਿਸ ਐਕਸਰਸਾਈਜ਼ ਅਤੇ ਉਹਨਾਂ ਨੇ ਵਿਚਾਰੇ ਨੇ ਬਹੁਤ ਕੁਛ ਲਰਨ ਕੀਤਾ ਹੈ ਕਈ ਵਾਰ ਹੁੰਦਾ ਹੈ ਕਿ ਜਿਹੜੇ ਮੁੰਡੇ ਰਹਿ ਗਏ ਸ਼ਾਇਦ ਉਹਨਾਂ ਨੇ ਨੁਕਸਾਨ ਇਹ ਵੀ ਕੀਤਾ ਹੈਗਾ ਅਤੇ ਬਹੁਤ ਵਧੀਆ ਪੋਜ਼ਿਟਿਵ ਆਊਟਕਮ ਹੈ ਬੜੀ ਖੁਸ਼ੀ ਮਿਲੀ ਇਹ ਗੱਲ ਸੁਣ ਕੇ ਕਿ ਇਹ ਪੋਜ਼ਿਟਿਵ ਪਾਸੇ ਨੂੰ ਜਿਹੜਾ ਆ ਆਪਾਂ ਇਸ ਨੂੰ ਮੋੜ ਦੇ ਰਹੇ ਅਤੇ ਕੋਆਪਰੇਸ਼ਨ ਦੇ ਨਾਲ ਆਪਣੇ ਭਾਈਚਾਰਕ ਤੌਰ ਦੇ ਉੱਤੇ ਆਪਾਂ ਇਹਨੂੰ ਜਿਹੜਾ ਸੋਲਵ ਕਰ ਰਹੇ ਹਾਂ ਮੈਂ ਤੁਹਾਨੂੰ ਵਧਾਈ ਦਿੰਦਾ ਅਤੇ ਜਿਹੜੇ ਕੋਆਪਰੇਟ ਕਰ ਰਹੇ ਆ ਜੀ ਨੌਜਵਾਨ ਉਹਨਾਂ ਨੂੰ ਮੈਂ ਵਧਾਈ ਦਿੰਦਾ ਕਿੰਨੀ ਵਧੀਆ ਆਊਟਕਮ ਹੈ ਜੀ ਕਿ ਇਸ ਨੂੰ ਆਪਾਂ ਸੋਲਵ ਜਿਹੜਾ ਭਾਈਚਾਰਕ ਤੌਰ ਦੇ ਉੱਤੇ ਐਂਡ ਆਫ ਦਾ ਡੇ ਜੀ ਕੋਈ ਵੀ ਇੰਟੈਂਸ਼ਨ ਨਹੀਂ ਹੈਗੀ ਵੀ ਕਿਸੇ ਦਾ ਕੋਈ ਫਿਊਚਰ ਖਰਾਬ ਹੋਵੇ ਜਾਂ ਕਿਸੇ ਦੀ ਕੋਈ ਮਤਲਬ ਕਿਸੇ ਦੀ ਲਾਈਫ ਖਰਾਬ ਹੋਵੇ ਬਿਕੋਜ਼ ਅਸੀਂ ਸਾਰੇ ਕੰਟਰੀ 'ਚ ਆ ਕੇ ਸਟਰਗਲ ਕੀਤਾ ਆ ਅਤੇ ਇਨਫੈਕਟ ਕਿ ਹੁਣ ਵੀ ਮੇਰਾ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈਗਾ ਜਿਹੜੇ ਜਿਹਨੂੰ ਲਾਈਫ ਦੇ ਵਿੱਚ ਕੁਛ ਮੈਂਟਿੰਗ ਚਾਹੀਦੀ ਹੈ ਕੁਛ ਪ੍ਰੋਫੈਸ਼ਨਲ ਹੈਲਪ ਚਾਹੀਦੀ ਹੈ ਕਿ ਕਿਸ ਪਾਸੇ ਨੂੰ ਤੁਰਨਾ ਚਾਹੀਦਾ ਕੀ ਹੈ ਵੀ ਆਰ ਹੇਅਰ ਟੂ ਹੈਲਪ ਦੈਮ ਇਟਸ ਨੋਟ ਕਿ ਅਸੀਂ ਇਹਨਾਂ ਚੀਜ਼ਾਂ 'ਚ ਫਸੇ ਰਹੀਏ ਇਹਨਾਂ ਤੋਂ ਬਾਹਰ ਨਿਕਲ ਕੇ ਲਾਈਫ ਇਜ਼ ਸੋ ਬਿਊਟੀਫੁਲ ਐਂਡ ਈਜ਼ੀ ਟੂ ਥਿੰਕ ਅਬਾਊਟ ਸਰ ਸਰ ਤੁਸੀਂ ਬਹੁਤ ਮਦਦ ਕਰਦੇ ਹੋ ਕਮਿਊਨਿਟੀ ਆਪਣੀ ਪੰਜਾਬੀ ਕਮਿਊਨਿਟੀ ਤੋਂ ਬਾਹਰ ਵੀ ਮੈਨੂੰ ਪਤਾ ਖਾਸ ਕਰਕੇ ਕਦੀ ਵੀ ਕੋਈ ਇਸ਼ੂ ਆ ਜਾਂਦਾ ਕਿਸੇ ਦੇ ਨਾਲ ਹਾਰਡਸ਼ਿਪ ਦੇ ਪੱਖੋਂ ਸੋ ਇਸੇ ਕਰਕੇ ਕਮਿਊਨਿਟੀ ਵੀ ਤੁਹਾਡੇ ਨਾਲ ਨੈਚੁਰਲੀ ਖੜੀ ਹੈ ਸੋ ਮੈਨੂੰ ਪਤਾ ਜੀ ਰੱਖੜੀ ਦਾ ਤਿਉਹਾਰ ਹੈ ਅੱਜ ਅਤੇ ਜਿੱਦਾਂ ਮੈਂ ਚੀਮਾ ਸਾਹਿਬ ਨੂੰ ਕਹਿ ਰਿਹਾ ਸੀਗਾ ਉਹਨਾਂ ਦੇ ਚੜ੍ਹਨ ਲੱਗਾ ਆਪਾਂ ਜਿਹੜਾ ਮੋਕੜ ਦੇ ਉੱਤੇ ਆਇਆ ਅਤੇ ਸ਼ਾਮਾਂ ਨੂੰ ਦੇਖੋ ਕੰਮ ਆਪਾਂ ਸਾਰੇ ਕਰਦੇ ਹਾਂ ਤੇ ਸ਼ਾਮ ਦੇ ਟਾਈਮ ਇਹਨਾਂ ਟਾਈਮਾਂ 'ਚ ਹੀ ਦੇਖ ਲਓ ਭਾਜੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਰਸਮ ਅਦਾ ਕਰ ਪਾਉਂਦੇ ਹਾਂ ਸੋ ਉਹ ਚਾਰ ਜਿਹੜੇ ਰਾਤ ਨੂੰ ਕਿ ਨਹੀਂ ਅਵਤਾਰ ਭਾਜੀ ਕੀ ਸਾਡੇ ਪੂਰੇ ਹੁੰਦੇ ਆ ਥੈਂਕ ਯੂ ਫੋਰ ਕਮਿੰਗ ਭਾਜੀ ਤੇ ਅਸੀਂ ਅਵਤਾਰ ਭਾਜੀ ਤੋਂ ਕੁਝ ਇੱਕ ਸਵਾਲ ਜਿਹੜਾ ਨੈਚੁਰਲੀ ਪੁੱਛਦੇ ਰਹਿਣਾ ਸੋ ਅਵਤਾਰ ਭਾਜੀ ਇੱਕ ਬੜਾ ਇੰਟਰਸਟਿੰਗ ਪੁਆਇੰਟ ਹੈ ਜਿਹੜਾ ਕਿ ਆਮ ਤੌਰ ਦੇ ਉੱਤੇ ਮਹਿਸੂਸ ਕੀਤਾ ਜਾਂਦਾ ਆਪਣੀ ਜੇ ਆਪਾਂ ਦੇਖੀਏ ਕਿ ਜਿਹੜੀ ਪ੍ਰੋਪਰਟੀ ਦੀ ਓਨਰਸ਼ਿਪ ਹੈ ਉਸ ਦੇ ਬਾਅਦ ਕੀ ਜੇ ਤੁਸੀਂ ਪ੍ਰੋਪਰਟੀ ਮੈਨੇਜ ਕਰਦੇ ਹੋ ਜਾਂ ਤੁਸੀਂ ਜਿਹੜਾ ਇਹ ਰੈਂਟ ਦੇ ਉੱਤੇ ਦੇਖ ਕੇ ਰੈਂਟ ਮੈਨੇਜਰ ਤੋਂ ਮੈਨੇਜ ਕਰਵਾਉਂਦੇ ਹੋ ਇਸ ਦੇ ਵਿੱਚ ਕੋਈ ਇੰਸ਼ੋਰੈਂਸ ਦੀ ਕੋਈ ਓਬਲੀਗੇਸ਼ਨ ਤਾਂ ਨਹੀਂ ਘੱਟ ਜਾਂ ਵੱਧ ਜਾਂਦੀ ਦੇਖੋ ਜੀ ਦੋ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਹੈ ਇੱਕ ਤਾਂ ਹੈਗੀ ਹੈ ਆਪਣੀ ਫਾਇਰ ਐਂਡ ਥੈਫਟ ਦੀ ਕਹਿ ਲਓ ਅਤੇ ਜਿਹੜੀ ਹੁਣ ਜਿਸ ਵੇਲੇ ਪਹਿਲੀ ਜਾਂ ਦੂਜੀ ਪ੍ਰੋਪਰਟੀ ਲੈਂਦੇ ਹੋ ਉਹ ਤੋਂ ਸਭ ਤੋਂ ਜਿਹੜੀ ਜ਼ਿਆਦਾ ਜ਼ਰੂਰੀ ਇੰਸ਼ੋਰੈਂਸ ਹੈਗੀ ਹੈ ਵੀ ਜਿਸ ਵੇਲੇ ਟੈਨੈਂਟ ਕੋਈ ਡੈਮੇਜ ਕਰ ਜਾਵੇ ਉਹਦਾ ਕਵਰ ਜ਼ਰੂਰ ਹੋਣਾ ਚਾਹੀਦਾ ਜੀ ਉਹਨੂੰ ਲੈਂਡਲੋਰਡ ਐਕਸਟੈਂਸ਼ਨ ਕਹਿੰਦੇ ਆ ਲੇਕਿਨ ਉਹ ਬਹੁਤ ਥੋੜ੍ਹੇ ਲੋਕਾਂ ਨੂੰ ਪਤਾ ਇਹਦੇ ਬਾਰੇ ਅਤੇ ਉਹਦੇ ਵਿੱਚ ਕੰਪਨੀਆਂ ਕਰਦੀਆਂ ਹੈਗੀਆਂ ਪਰ ਜ਼ਿਆਦਾ ਤੌਰ 'ਤੇ ਉਹ ਬਾਹਲਾ ਗਿਆਨ ਨਹੀਂ ਦਿੰਦੀਆਂ ਆਪਾਂ ਜਿਸ ਵੇਲੇ ਇੰਸ਼ੋਰੈਂਸ ਕਰਵਾਉਣੀ ਹੁੰਦੀ ਆ ਪਹਿਲਾਂ ਆਪਾਂ ਇਕੱਲਾ ਆਪਣਾ ਘਰ ਲਿਆ ਹੁੰਦਾ ਜੀ ਜਿਸ ਵੇਲੇ ਅਸੀਂ ਦੂਜਾ ਘਰ ਲੈਂਦੇ ਐਕਚੁਲੀ ਅਸੀਂ ਐਕਸੀਡੈਂਟਲ ਲੈਂਡਲੋਰਡ ਹੁੰਦੇ ਹਾਂ ਅੱਛਾ ਹਾਂ ਉਹਨੂੰ ਐਕਸੀਡੈਂਟਲ ਲੈਂਡਲੋਰਡ ਕਹਿੰਦੇ ਆ ਤੁਸੀਂ ਕੋਈ ਪ੍ਰੋਫੈਸ਼ਨਲ ਨਹੀਂ ਹੈਗੇ ਵੀ ਤੁਸੀਂ ਲੈਂਡਲੋਰਡ ਬਣ ਗਏ ਕਈ ਗੱਲਾਂ ਨਹੀਂ ਪਤਾ ਹੁੰਦਾ ਹਾਂ ਕਿਉਂਕਿ ਪਹਿਲਾ ਘਰ ਤੁਸੀਂ ਲਿਆ ਸੀਗਾ ਉਹ ਤੋਂ ਬਾਅਦ ਤੁਸੀਂ ਵੱਡੇ ਘਰ 'ਚ ਮੂਵ ਹੋ ਗਏ ਉਹ ਐਕਸੀਡੈਂਟ ਸੀ ਵੀ ਤੁਸੀਂ ਦੂਜੀ ਪ੍ਰੋਪਰਟੀ ਵੇਚੀ ਨਹੀਂ ਤੁਸੀਂ ਦੇਖਿਆ ਵੀ ਬਹੁਤ ਸਾਰੇ ਲੋਕ ਇਹ 'ਚ ਪੈਸੇ ਬਣਾ ਰਹੇ ਆ ਵੀ ਸ਼ਾਇਦ ਇੰਨੇ ਸੌਖੇ ਬਣਦੇ ਆ ਬੜਾ ਇੰਟਰਸਟਿੰਗ ਪੁਆਇੰਟ ਆ ਤਾਂ ਜੀ ਤੇ ਉਹ ਐਕਸੀਡੈਂਟਲ ਲੈਂਡਲੋਰਡ ਸਾਡੇ ਨਾਲ ਕੁਝ ਸਕਾਲਰ ਆ ਤੁਸੀਂ ਹੋਲਡ ਤੇ ਕੀਤਾ ਹੈ ਆਪਾਂ ਉਹ ਕਾਲ ਵੀ ਲਈਏ ਨਾਲ ਅਵਤਾਰ ਭਾਜੀ ਆਪਾਂ ਕਾਲ ਲੈਣੀ ਹੈ ਕਿਉਂਕਿ ਸਿੱਧੂ ਸਾਹਿਬ ਨੂੰ ਕਾਹਲੀ ਸੀ ਇਸ ਕਰਕੇ ਅਸੀਂ ਉਸ ਦੌਰਾਨ ਕਾਲਸ ਵੱਲੋਂ ਥੋੜ੍ਹਾ ਜਿਹਾ ਰੇਡੀਓ ਸਪਾਈਸ ਸਤਿ ਸ਼੍ਰੀ ਅਕਾਲ ਮਿਹਰਬਾਨੀ ਜੀ 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 ਕੈਰੀ ਔਨ ਜੀ ਹਾਂਜੀ ਇੱਕ ਸੈਕਿੰਡ ਹੋਲਡ ਕਰਨਾ ਪੈਣ ਜੀ ਤੁਸੀਂ ਆਪਣੇ ਵੀ ਇੰਟਰੋਡਿਊਸ ਨਹੀਂ ਕੀਤਾ ਇੰਟਰੋਡਿਊਸ ਕਰੋ ਜੀ ਆਪਣੇ ਅੱਛਾ ਜੀ ਜੀ ਅਨੂਪ ਹੈ ਜੀ ਜੀ
ਕੁਛ ਕਲੀਅਰ ਨਹੀਂ ਆ ਰਹੀ ਨਹੀਂ ਠੀਕ ਹੈ ਭੈਣ ਜੀ ਤੁਹਾਡੀ ਆਵਾਜ਼ ਆ ਰਹੀ ਹੈ ਭੈਣ ਜੀ ਆ ਰਹੀ ਹੈ ਹਾਂਜੀ ਹਾਂਜੀ ਆ ਰਹੀ ਹੈ ਆ ਰਹੀ ਹੈ ਜੀ 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 जी 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 क्योंकि इंडिविजुअली तुसी जिहड़े कमेंट कीते सीगे ओह तां मेरे हिसाब नाल बेस्ट यह रहेगा कि तुसी साडे नाल टाइम लेंदे हो आपां बैठ के उन्हां कमेंट्स दे उत्ते जाने आ क्योंकि हुण जिहड़े डिलीट होए ओह कमेंट्स ने उन्हां दे उत्ते किहड़े इंडिविजुअली ने उस दे विच हरेक दे विच पै जी तुसी एक सैकेंड पै जी 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 मैं एक गल कहां मैं तुहानू बोलण दित्ता ना जी मैं थोन बिच टोकिया भैन जी एक सैकेंड एक सैकेंड आप होना सीखिए गुड लिसनर बनी है भैन जी गुड लिसनर बनी है जे असी थोनू समा दे रहे ए टाइम दा जिथे कि आप सारे दा टाइम लै रहे हैं मेरी एक रिक्वेस्ट है भैन जी कि आप इस समय नू सारे दे लई लाहेबंद रहे उस दी आप कुछ करिए सो मेरा थोड़े लई ए सीगा भैन जी कोई जदों मर्जी तुसी टाइम लैके जिहड़े पहले भी भाई सी आपां इत्थे बैठदे आ ते इस नूं आपां जिहड़ा कर सकदे आ जिहड़े जगजीत सिद्धू वाले सवाल ने जी साडा वादा असीं उहनां तक इह जिहड़े सवाल आ नैचुरली पहुंचाउंदे जावांगे हांजी मैं इक सवाल जरूर पुछणा चाहांगा मैं थोड़ा क्लीयर कर रहा सिद्धू हुणी क्योंकि जिवें आपां ज़िक्र कीता उह रखड़ी करके ना उहनां दे परिवार दे नाल कमिटमेंट सी आ जी उह तां करके चले गए हुण आपां उहनां नूं सिद्धू हुणां नूं जिद्दां लग तां उहनां नाल सिटिंग कर सकदे आ जी जी बट क्योंकि हुण स्टूडियो च नहीं हैगे प्रीत भैन जी मैं थोड़ा इहदा जी सिंपली दो गल्लां इहदे विच रखां जी थोड़ा जे कोई भी हिरख है जां इन टर्म्स ऑफ रेडियो स्पाइस दे पक्खों साडा प्रोटोकॉल इह है तुसीं प्रोटोकॉल पुछिआ भैन जी मैं प्रोटोकॉल दसदा तुहानूं जी साडा है कि नॉर्मली तुसीं साडे नाल टच हुंदे हो इह बहुत वार हो जांदा कई वार जिहड़े इशूज आउंदे ने रिलेटड टू फेसबुक ते जां साडे प्रोग्राम्स दे पक्खों वी कई बार इशूज ये आ जाते हैं साडे नाल कॉन्टैक्ट करते हैं असी जी टाइम उन्होंने नाल कढ के ना समा फीडबैक लें तो बहुत लर्निंग इस प्रोसैस के भैन जी आती है मैनू बहुत वधिया लगा कि तुसी टाइम कढ़िया तो तुसी इस कंसर्न जिहड़ा साडे नाल शेयर किया हुण भैन जी एक रिक्वेस्ट रहेगी कि आपां हुण इस दे उत्ते बैठना ते आपां बैठ के इस दी फीडबैक भी असीं जिहड़ी आ ऑन एयर ही फिर जरूर दवांगे सो साडे नाल हो के जिहड़े कंसर्न है ताकि सानू भी सिखण दे पक्खों जिहड़ी आ रहे सो थैंक यू फॉर लिसनिंग एक एक चीज मैं थोड़ी शुक्रिया शुक्रिया मैं जी थैंक यू मैं एक चीज कहना सॉरी हाँ रियलाइज नहीं किया कुदरती क्योंकि दो मेहमान से स्टूडियो दे विच मैं लगता तुसी 15 मिनट लई होल्ड किया उहदे लई असीं माफी मंगदे हां ते
ਭੈਣ ਜੀ ਇੱਕ ਚੀਜ਼ ਹੁਣ ਮੈਂ ਕਹਿਣਾ ਚਾਹਾਂਗਾ ਜਿਹੜੇ ਲਿਸਨਰਸ ਆਏ ਆ ਹੁਣ ਔਨ ਕਹਿੰਦੇ ਹੁੰਦੇ ਨਾ ਲਾਈਟ ਨੋਟ, ਕੱਲ੍ਹ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਲੋਹੜੀ ਦਾ ਸਾਡਾ ਸੀਗਾ ਉਸ ਦੇ ਵਿੱਚ ਆ ਕੇ ਸ਼ਿਰਕਤ ਕੀਤੀ। ਸੋ ਮੈਂ ਕਹਾਂਗਾ ਕਿ ਬਹੁਤ ਲੋਕਾਂ ਨੇ ਇਹ ਵੀ ਪੁੱਛਿਆ ਕਿ ਕਿਉਂਕਿ ਤੁਸੀਂ ਧੜਾਲੇਦਾਰ ਬੋਲਦੇ ਵੀ ਹੋ ਅਤੇ ਨੈਚੁਰਲੀ ਉੱਥੇ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਵਧੀਆ ਇਨਪੁੱਟ ਦਿੱਤੀ ਸੀ, ਅਸੀਂ ਧੰਨਵਾਦੀ ਹਾਂ, ਸ਼ੁਕਰੀਆ, ਥੈਂਕ ਯੂ, ਸ਼ੁਕਰੀਆ, ਸ਼ੁਕਰੀਆ। ਸੋ ਮੈਂ ਨੈਚੁਰਲੀ ਕਹਾਂਗਾ ਕਿ ਬਹੁਤ ਵਧੀਆ ਟਾਈਮ ਸੀ, ਯਾਦ ਹੈ ਇਹ ਜਿਹੜੀ ਚੀਜ਼ ਆ ਨਾ ਇਹ ਰਿਕਾਰਡ ਵੀ ਕੀਤੀ ਸੀ ਮੈਂ, ਕਿਉਂਕਿ ਸਮਾਜ ਦੇ ਵਿੱਚ ਅਸੀਂ ਇੱਕ ਸਮਾਜ ਰਹਿੰਦੇ ਹਾਂ, ਸਾਡਾ ਵੈਸੇ ਵੀ ਅਸੀਂ ਨਿੱਜੀ ਤੌਰ 'ਤੇ ਇੱਕ ਦੂਜੇ ਨੂੰ ਬਹੁਤਿਆਂ ਨੂੰ ਜਾਣਦੇ ਹਾਂ। ਮੈਨੂੰ ਲੱਗਦਾ ਹੁੰਦਾ ਵੀ ਠੀਕ ਆ ਜੇ ਕਈ ਵਾਰ ਸਾਡੇ ਤੋਂ ਵੀ ਸਲੀਕੇ ਪੱਖੋਂ ਗਲਤੀ ਹੋ ਸਕਦੀ ਆ, ਅਸੀਂ ਵੀ ਇਨਸਾਨ ਹਾਂ, ਅਸੀਂ ਰੱਬ ਨਹੀਂ ਹੈਗੇ। ਇਹਦੇ 'ਚ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਅਸੀਂ ਕਾਫ਼ੀ ਕੁਛ ਸਿੱਖਿਆ, ਮੈਂ ਨਿੱਜੀ ਤੌਰ 'ਤੇ ਮੰਨ ਕੇ ਚੱਲਦਾ ਅਸੀਂ ਵੀ ਬਹੁਤ ਕੁਛ ਸਿੱਖਿਆ, ਸਾਡੇ ਲਈ ਵੀ ਇਹ ਇੱਕ ਸਿੱਖਣ ਦੀ ਘੜੀ ਸੀ, ਇੱਦਾਂ ਦਾ ਪਹਿਲੀ ਵਾਰ ਇਸ਼ੂ ਜਿਹੜਾ ਇੱਕਦਮ ਇੰਨਾ ਬੋਇਲ ਅਪ ਹੋਇਆ ਜੀ। ਔਰ ਉਹਦੇ ਵਿੱਚ ਵੱਡੀ ਗੱਲ ਇਹ ਸੀ ਕਿ ਜਿਹੜੀ ਬਾਅਦ 'ਚ ਨਕਲ ਇੰਟਰਵਿਊ ਜਿਹੜੀ ਵੀਡੀਓ ਹੈ ਉਹ ਵੀ ਅਸੀਂ ਸ਼ੇਅਰ ਕੀਤੀ ਸੀ ਫੇਸਬੁੱਕ ਦੇ ਉੱਤੇ, ਉਹਦੇ ਵਿੱਚ ਕਾਫ਼ੀ ਗੱਲਾਂ ਮੈਨੂੰ ਪਰਸਨਲੀ ਕਾਫ਼ੀ ਗੱਲਾਂ ਕਲੀਅਰ ਹੋ ਗਈਆਂ, ਕਿਉਂਕਿ ਮੇਰੀ ਉਸ ਤੋਂ ਪਹਿਲਾਂ ਉਹਨਾਂ ਦੇ ਨਾਲ ਸਿੱਧਾ ਕੋਈ ਰਾਬਤਾ ਨਹੀਂ ਹੋਇਆ ਸੀ, ਮੈਂ ਸਿੱਧਾ ਉਹ ਵੀਡੀਓ ਦੇ ਵਿੱਚ ਹੀ ਸੁਣਿਆ ਉਹਨਾਂ ਨੂੰ ਜੀ, ਜੋ ਜੋ ਜਿੱਦਾਂ ਜਿੱਦਾਂ ਹੋਇਆ। ਇੱਕ ਗੱਲ ਜੀ ਕਲੀਅਰ ਕਰ ਦਈਏ, ਸਾਡੇ ਜਿਹੜੇ ਵਿਊਅਰਸ ਨੇ ਮਸਲੇ ਜਿਹੜੇ ਨੇ ਉਹ ਅਸੀਂ ਇੱਥੇ ਡਿਸਕਸ ਕਰਨੇ ਜਿਹੜੇ ਰੀਅਲ ਸਾਡੇ ਪੰਜਾਬੀਆਂ ਦੇ ਮਸਲੇ ਨੇ, ਐਕਸਪਲੋਇਟੇਸ਼ਨ ਵੀ ਹੋ ਸਕਦੀ ਹੈ, ਫੇਰ ਉਹਦੇ ਵਿੱਚ ਵਿਕਰਮ ਆਰ ਉਹਨਾਂ ਦਾ ਮਾਮਲਾ ਵੀ ਹੋ ਸਕਦਾ, ਰਵੀ ਕੁਮਾਰ ਅਰੋੜਾ ਉਹਨਾਂ ਦਾ ਵੀ ਹੋ ਸਕਦਾ, ਲੇਕਿਨ ਵਨ ਬਾਏ ਵਨ ਜੀ। ਸੋ ਅਸੀਂ ਜੀ ਨਵੀਂ ਇਹ ਜਿਹੜੀ ਪਿਰਤ ਪਾਈ ਹੈ ਪਿਛਲੇ 3 ਹਫ਼ਤੇ ਤੋਂ ਜਿਹੜੇ ਸਾਡੇ ਨਾਲ ਬੜੇ ਲੰਬੇ ਦੇਰ ਦੇ ਜੁੜੇ ਨੇ, ਸੋ ਟਾਕ ਬੈਕ ਜਿਹੜਾ ਇਹ ਅਸੀਂ ਸ਼ੁਰੂ ਕੀਤਾ, ਪਹਿਲਾ ਟੋਪਿਕ ਭਾਜੀ ਬੜਾ ਇੰਟਰਸਟਿੰਗ ਟੋਪਿਕ ਸੀ ਜਿਹਦੇ ਵਿੱਚ ਅਸੀਂ ਨੈਚੁਰਲੀ ਇੱਥੇ ਸ਼ੁਰੂਆਤ ਕੀਤੀ ਕਿ ਕਿਹੜੀ ਜਿਹੜੀ ਪੋਲੀਟੀਕਲ ਪਾਰਟੀ ਹੈ ਤੁਸੀਂ ਉਹਨੂੰ ਪਸੰਦ ਕਰਦੇ ਹੋ ਅਤੇ ਨਾਲ ਦੇ ਨਾਲ ਕਿਹੜੀ ਪਾਰਟੀ ਆਪਣੇ ਭਾਈਚਾਰੇ ਦੇ ਲਈ ਬੈਟਰ ਹੋ ਸਕਦੀ ਹੈ, ਬੜਾ ਇੰਟਰਸਟਿੰਗ ਪੁਆਇੰਟ ਇਸ ਦੇ ਵਿੱਚ ਵੀ ਪਲਾਨ ਆਊਟ ਕੀਤਾ ਹੈ। ਵੈਸੇ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਰੇਡੀਓ ਉੱਤੇ ਚੰਗੇ ਸੋਹਟ ਸਵਾਦ ਨੂੰ ਮੇਨਟੇਨ ਕਿਵੇਂ ਕਰਨਾ, ਉਹਦੇ ਲਈ ਵੀ ਅਸੀਂ ਫੀਡਬੈਕ ਜ਼ਰੂਰ ਲਵਾਂਗੇ, ਹੋ ਸਕਦਾ ਅਸੀਂ ਨਾ ਠੀਕ ਪ੍ਰੈਜੈਂਟੇਸ਼ਨ ਕਰ ਰਹੇ ਹੋਈਏ, ਉਹਦੇ 'ਚ ਕੋਈ ਉਹ ਨਹੀਂ ਹੈਗਾ, ਅਸੀਂ ਇਸੇ ਕਮਿਊਨਿਟੀ ਦੇ ਵਿੱਚੋਂ ਹੀ ਹਾਂ ਅਤੇ ਜੇ ਸਾਨੂੰ ਇਹ ਲੱਗਦਾ ਹੈ ਕਿ ਇੱਥੇ ਅਸੀਂ ਹੋਰ ਬਿਹਤਰੀ ਕਰ ਸਕਦੇ ਹਾਂ ਪ੍ਰੈਜੈਂਟੇਸ਼ਨ ਦੇ ਪੱਖੋਂ, ਕੰਟੈਂਟ ਦੇ ਪੱਖੋਂ, ਤਾਂ ਜ਼ਰੂਰ ਉਹਦੇ ਲਈ ਵੀ ਆਪਾਂ ਇੱਕ ਪੂਰਾ ਪ੍ਰੋਗਰਾਮ ਅਲੱਗ ਜਿਹੜਾ ਰੱਖਾਂਗੇ, ਉਹਦੇ ਵਿੱਚ ਵੀ ਅਸੀਂ ਇਨਕਰੇਜ ਕਰਾਂਗੇ ਸਾਡੇ ਜਿਹੜੇ ਭੈਣਾਂ ਭਰਾ ਨੇ ਜਿਹੜੇ ਸਾਡੇ ਨਵੇਂ ਆਏ ਪ੍ਰਵਾਸੀ ਨੇ ਚਾਹੇ ਕਿਸੇ ਵੀ ਰੂਪ ਚ ਆਏ ਨੇ, ਉਹ ਸਾਡੇ ਨਾਲ ਜ਼ਰੂਰ ਸਾਂਝ ਪਾ ਸਕਦੇ, ਕੋਈ ਇਸ਼ੂ ਨਹੀਂ ਉਹਦੇ ਵਿੱਚ ਜੀ। ਅਤੇ 2-3 ਗੱਲਾਂ ਜਿਹੜੀਆਂ ਕਲੀਅਰ ਮੇਰੇ ਖਿਆਲ ਭਾਜੀ ਕਰ ਦੇਣੀਆਂ ਚਾਹੀਦੀਆਂ, ਹਾਂਜੀ, ਇਨ ਟਰਮਸ ਆਫ ਆਪਾਂ ਖਾਸ ਕਰਕੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੱਸਦੇ ਹਾਂ, ਜਿਹੜੀਆਂ ਇਸ਼ੂਜ਼ ਆਪਾਂ ਨੂੰ ਦਰਪੇਸ਼ ਆਉਂਦੀਆਂ ਨੂੰ ਡਿਸਕਸ ਕਰੀਏ, ਮੈਚੋਰਲੀ ਡਿਸਕਸ ਕਰੀਏ, ਠੀਕ ਹੈ ਜੀ, ਅਤੇ ਇਸ ਦੇ ਵਿੱਚ ਡਿਸਕਸ ਕਰਦੇ ਹਾਂ ਜਦੋਂ ਨਵੇਂ ਪ੍ਰੋਟੋਕੋਲਸ ਸੈੱਟ ਹੁੰਦੇ ਨੇ ਉਸ ਦੇ ਵਿੱਚ ਨੈਚੁਰਲੀ ਇਨਸਾਨ ਜਿਹੜਾ ਹਰੇਕ ਪੱਖੋਂ ਕਹਿੰਦੇ ਹੁੰਦੇ ਆ ਸਿੱਖਦਾ ਜਿਹੜਾ ਸਿੱਖ ਤੱਕ ਜਾਂਦਾ, ਜਿਵੇਂ ਤੁਸੀਂ ਭਾਅ ਜੀ ਮੈਨੂੰ ਬੜਾ ਇੰਟਰਸਟਿੰਗ ਤੁਹਾਡਾ ਪੁਆਇੰਟ ਲੱਗਿਆ, ਤੁਸੀਂ ਕਿਹਾ ਕਿ ਸੈਕਿੰਡ ਵਾਰ ਤੁਸੀਂ ਐਕਸੀਡੈਂਟ ਲੈਂਡਲੋਰਡ ਹੈ ਅਸਲ ਦੇ ਵਿੱਚ ਜਿਹੜਾ ਪਹਿਲੀ ਜੀ, ਹਾਂ ਜੀ, ਰੇਡੀਓ ਸਪਾਈਸ ਦੇ ਉੱਤੇ ਸਵਾਗਤ ਹੈ, ਥੈਂਕ ਯੂ ਫੋਰ ਹੋਲਡਿੰਗ, ਸ਼ੁਕਰੀਆ ਜੀ, ਸੋਰੀ ਡਿਸਕਸ਼ਨ ਕਾਫੀ ਹੀਟਡ ਚੱਲ ਰਹੀ ਹੈ, ਸੋ ਜੀ ਹਾਂ ਨਾ ਭੈਣ ਜੀ, ਓ ਅੱਛਾ ਵੀਰ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸੋਰੀ ਮੈਂ ਮਾਫ਼ ਕਰਨਾ, ਮੈਂ ਸੋਚਿਆ ਜਿਹੜੇ ਭੈਣ ਜੀ ਨੇ ਕਾਲ ਦਿੱਤੇ, ਆਪਣਾ ਸ਼ੁਭ ਨਾਮ ਜੀ, ਅੱਛਾ ਜੀ, ਸੋ ਜੋ ਜਿਹੜੇ ਸਟੂਡੈਂਟ ਨੇ ਜੀ ਨੈਚੁਰਲੀ ਉਹ ਆਪਣਾ ਨਾਮ ਵੀ ਜ਼ਰੂਰ ਸਾਨੂੰ ਜ਼ਰੂਰ ਦੱਸ, ਪਾਸਪੋਰਟ ਦੇ ਨਾਂ ਤਾਂ ਹੁੰਦਾ ਹੀ ਆ, ਹਾਂਜੀ, ਸੋ ਭਾਜੀ ਮੈਂ ਇੱਕ ਜ਼ਰੂਰ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂੰਗਾ ਕਿ ਜਦੋਂ ਆਪਾਂ ਆਮ ਤੌਰ ਦੇ ਉੱਤੇ ਇੱਥੇ ਆਉਂਦੇ ਹਾਂ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਪ੍ਰੋਪਰਟੀ ਦੀ ਜਿਹੜੀ ਮਾਰਕੀਟ ਹੈ ਉਸ ਨੂੰ ਲੈ ਕੇ ਆਪਾਂ ਬੜੇ ਐਕਸਾਈਟਡ ਹੋ ਜਾਂਦੇ ਹਾਂ, ਐਕਸਾਈਟਡ ਹੋ ਕੇ ਆਮ ਤੌਰ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਜਲਦੀ ਜਲਦੀ ਅਸੀਂ ਜਿਹੜੀ ਆ ਕੋਈ ਨਾ ਕੋਈ ਪ੍ਰੋਪਰਟੀ ਜਿਹੜੀ ਆ ਉਹ ਬਾਏ ਕਰ ਲਈਏ, ਫਿਰ ਜਦੋਂ ਤੁਸੀਂ ਇਨਵੈਸਟਮੈਂਟ ਦੇ ਪੱਖੋਂ ਫਿਰ ਜਦੋਂ ਤੁਸੀਂ ਸੁਣਦੇ ਹਾਂ ਕਿ ਆਪਣੇ ਮੈਂ ਇੱਕ ਪ੍ਰੋਪਰਟੀ ਲਈ ਆ ਫਿਰ ਮੈਂ ਹੁਣ 2 ਲੈ ਲਵਾਂ, ਮੇਰੇ ਫਰੈਂਡ ਨੇ 2 ਲੈ ਲਈਆਂ ਮੈਂ 3 ਲੈ ਲਵਾਂ, ਸੋ ਤੁਸੀਂ ਇਸ ਨੂੰ ਆਰਟ ਦੇ ਤੌਰ ਦੇ ਉੱਤੇ ਈਵਨ ਕਮਰਸ਼ੀਅਲ ਪ੍ਰੋਪਰਟੀ 'ਚ ਕੀ ਇਨਵੈਸਟ ਕਰਦੇ ਹੋ? ਕਮਰਸ਼ੀਅਲ ਸ਼ੁਰੂਆਤੀ ਦੌਰ 'ਚ ਬਿਲਕੁਲ, ਸੋ ਤੁਸੀਂ ਮੈਨੂੰ ਮਾੜਾ ਜਿਹਾ ਥੋੜ੍ਹਾ ਦੱਸੋਗੇ ਕਿ ਇਸ ਦੇ ਵਿੱਚ ਕੀ ਸਟੈਪਸ ਜਿਹੜੇ ਇੰਪੋਰਟੈਂਟ ਨੇ, ਕਿਉਂਕਿ ਇਹ ਬੜਾ ਕ੍ਰੂਸ਼ਲ ਸਵਾਲ ਹੈ, ਕਿਉਂਕਿ ਇਹ ਜਿਹੜੀ ਇਨਵੈਸਟਮੈਂਟ ਹੈ ਇਹ ਥੋੜ੍ਹੀ ਨਹੀਂ ਹੈਗੀ, ਇਹ ਜ਼ਿੰਦਗੀ ਦੀ ਸਭ ਤੋਂ ਇੰਪੋਰਟੈਂਟ ਇਨਵੈਸਟਮੈਂਟ ਹੋ ਜਾਂਦੀ ਸਾਰੀ ਉਮਰ ਦੇ ਲਈ, ਤੁਸੀਂ ਜਿਹੜਾ ਕਿਸੇ ਦੇ ਮੌਰਗਜੀ ਹੋ ਜਾਂਦੇ ਆ ਜਿਹੜੇ ਬੈਂਕ ਦੇ ਪੱਖੋਂ, ਤੇ ਇਹ ਜਿਹੜਾ ਨੈਚੁਰਲੀ ਮੈਂ ਸਵਾਲ ਹੀ ਇੱਧਰ ਸੈਕੰਡ ਜਿਹੜਾ, ਹਾਂਜੀ, ਮੈਂ ਕਾਲਰ ਨੂੰ ਥੋੜੀ ਬੇਨਤੀ ਕਰਦਾ ਕਿਉਂਕਿ ਕਈ ਵਾਰੀ ਗੱਲ ਚੱਲਦੀ ਹੁੰਦੀ, ਗੱਲ ਪੂਰੀ ਕਰ ਲੈਂਦੇ ਹੋ ਜਦ ਤੱਕ ਆਪਾਂ ਹੋਲਡ ਕਰ ਲੈਂਦੇ ਜੀ, ਸੋ ਨੈਚੁਰਲੀ ਪਰ ਇਸ ਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਜੀ?
हाँ जी बिल्कुल, ये बहुत ज्यादा इंपोर्टेंट हैगी है। किसी दे कोल एक प्रॉपर्टी ले लैंदा जां दो ले लैंदा आ, उहनूं जिहड़ा ज्यादा वधिया पता लगना वी जिस वेले रिटायरमेंट हो जांदी ना। न्यूजीलैंड दे विच कहिंदे आ वी रिटायरमेंट बहुत वधिया पर बहुत माड़ी है जी। जे तुसीं देखो पे तुहाडा लाइफ स्टाइल 50-60 हज़ार जां लख डालर तनखाह वाला तुहाडा लाइफ स्टाइल आ, बाद विच तुहानूं 2-400 पेंशन मिलदी आ जी, ਹਾਲੇ ਕਿ ਤੁਹਾਡਾ ਭਾਵੇਂ ਘਰ ਵੀ ਫ੍ਰੀ ਹੋ ਗਿਆ ਹੋਵੇ ਜੀ। ਅਸੀਂ ਇਹ ਸਾਰੀ ਉਮਰ ਸੋਚਦੇ ਰਹਿੰਦੇ ਹਾਂ ਵੀ ਸਾਡਾ ਘਰ ਫ੍ਰੀ ਹੋ ਗਿਆ, ਵੀ ਪੈਨਸ਼ਨ ਹੋ ਜਾਣੀ ਹੈ, ਕੋਈ ਬਾਹਲਾ ਖਰਚਾ ਤਾਂ ਹੈ ਨਹੀਂ। ਪਰ ਜਿਹੜੇ ਜਵਾਨੀ ਹੁੰਦੀ ਹੈ ਉਸ ਵੇਲੇ ਇੱਕ ਚੀਜ਼ ਅਸੀਂ ਰੀਅਲਾਈਜ਼ ਨਹੀਂ ਕਰਦੇ ਵੀ ਜਦੋਂ ਬੁਢਾਪਾ ਹੋਣਾ ਉਹਦੇ ਨਾਲ ਬਿਮਾਰੀਆਂ ਵੀ ਆਉਣੀਆਂ। ਜਿਸ ਵੇਲੇ ਜਵਾਨੀ ਹੁੰਦੀ ਹੈ ਸਾਨੂੰ ਵੱਧ ਪੈਸਿਆਂ ਦੀ ਲੋੜ ਹੈ, ਅਸੀਂ ਵੱਧ ਕੰਮ ਕਰ ਲੈਂਦੇ ਹਾਂ ਜੀ। ਜਿਸ ਵੇਲੇ ਬੁਢਾਪੇ ਦੇ ਵਿੱਚ ਵੱਧ ਪੈਸਿਆਂ ਦੀ ਲੋੜ ਹੋਈ ਉਸ ਵੇਲੇ ਕੰਮ ਵਾਲੀ ਆਪਸ਼ਨ ਨਹੀਂ ਰਹਿਣੀ, ਖਰਚੇ ਦੀ ਆਪਸ਼ਨ ਉਹ ਖਰਚੇ ਦੀ ਆਪਸ਼ਨ ਆ। ਇੱਕ ਉਹਦੇ ਨਾਲ ਆਪਣੇ ਕਲਚਰ ਦੇ ਵਿੱਚ ਹੋਰ ਚੀਜ਼ ਜੁੜੀ ਹੋ ਆ ਵੀ ਜਿਸ ਵੇਲੇ ਤੁਸੀਂ ਕਹਿੰਦੇ ਵੀ ਬੁੱਢੇ ਬਾਰੇ ਸਾਡਾ ਕੋਈ ਬਾਹਲਾ ਖਰਚਾ ਨਹੀਂ ਹੋਣਾ, ਖਰਚਾ ਪਹਿਲਾਂ ਨਾਲੋਂ ਵੀ ਵਧਣਾ ਕਿਉਂਕਿ ਤੁਹਾਡੀ ਕਬੀਲਦਾਰੀ, ਤੁਹਾਡੇ ਜੇ ਨੋਹਾਂ ਪੁੱਤ ਕਿਤੇ ਨਹੀਂ ਜਾਂਦੇ ਉਹ ਵੀ ਖਰਚਾ ਤੁਹਾਨੂੰ ਹੀ ਕਰਨਾ ਪੈਣਾ, ਜਿਹੜਾ ਕਿਸੇ ਨੂੰ ਲੈਣ ਦੇਣ ਉਹ ਤੁਹਾਨੂੰ ਖੁਦ ਕਰਨਾ ਪੈਣਾ ਜੀ। ਇਸ ਕਰਕੇ ਤੁਹਾਨੂੰ ਜਵਾਨੀ ਨਾਲੋਂ ਵੱਧ ਪੈਸਿਆਂ ਦੀ ਲੋੜ ਆ, ਤੇ ਉਹ ਤਾਂ ਹੀ ਹੋ ਸਕਦਾ ਵੀ ਜੇ ਤੁਹਾਡੇ ਕੋਲ 1-2-3 ਪ੍ਰੋਪਰਟੀਆਂ ਹੈਗੀਆਂ ਤੇ ਉਹਦੇ ਉਹਦੇ ਵਿੱਚੋਂ ਤੁਹਾਨੂੰ ਘੱਟੋ ਘੱਟ ਕੁਛ ਰੈਂਟ ਆ ਰਿਹਾ ਤੇ ਉਹ ਬਹੁਤ ਜ਼ਰੂਰੀ ਆ। ਸੋ 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 ਆਪਾਂ ਕਾਲਰ ਨੂੰ ਲੈ ਲੈਣੇ, ਉਸ ਦੇ ਬਾਅਦ ਮੈਂ ਇੱਕ ਸਵਾਲ ਜ਼ਰੂਰ ਤੁਹਾਡੇ ਤੋਂ ਇਸ ਨੂੰ ਹੀ ਲੈ ਕੇ ਪੁੱਛਣਾ ਚਾਹਾਂਗਾ। ਰੇਡੀਓ ਸਪਾਈਸ ਤੇ ਸਵਾਗਤ ਹੈ ਜੀ, ਜੀਆਨ ਐਮਪੀ ਜੀ, ਐਮਪੀ ਕੌਣ ਜੀ, ਪੂਰਾ ਨਾਮ ਤੁਹਾਡਾ? ਐਮਪੀ ਜੋੜ ਜੀ, ਜੀ ਜੀਆਨ ਨੂੰ ਐਮਪੀ ਰੇਡੀਓ ਸਪਾਈਸ ਦੇ ਉੱਤੇ ਤੁਹਾਡਾ ਸਵਾਗਤ ਹੈ, ਸ਼ੁਕਰੀਆ, ਥੈਂਕ ਯੂ ਵੈਰੀ ਮੱਚ ਐਮ ਪੀ। ਸਾਡੀ ਕੋਸ਼ਿਸ਼ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਟੋਕਬੈਕ ਦਾ ਅਸੀਂ ਸ਼ੁਰੂ ਕੀਤਾ ਹੋਇਆ, ਚੰਗਾ ਲੱਗਿਆ ਤੁਸੀਂ ਵੀ ਸੁਣ ਰਹੇ ਹੋ ਕਿ ਇਸ ਦੇ ਵਿੱਚ ਸਿੱਖਣ ਦੇ ਪੱਖੋਂ ਪਿਛਲੇ ਹਫ਼ਤੇ ਦਾ ਟੋਪਿਕ ਬੜਾ ਇੰਟਰਸਟਿੰਗ ਸੀਗਾ ਇਨ ਟਰਮਸ ਆਫ ਆਪਣੇ ਜਿਹੜਾ ਅਸੀਂ ਖਾਸ ਕਰਕੇ ਆਪਣੇ ਪਾਰਟੀਜ਼ ਜਿਹੜੀਆਂ ਆ ਉਹਨਾਂ ਦੇ ਪੱਖੋਂ। ਅੱਜ ਲੈਂਡਲੋਰਡਸ ਦੇ ਪੱਖੋਂ ਸਾਡੇ ਕੋਲ ਅਵਤਾਰ ਭਾਅ ਜੀ ਹੋਣੀ ਇੱਥੇ ਆਏ ਹੋਏ ਆ, ਸੋ ਉਹਨਾਂ ਦੇ ਨਾਲ ਵੀ ਬੜੀ ਗੁਫ਼ਤਗੂ ਅਤੇ ਇਹਦਾ ਸਿੱਧੂ ਸਾਹਿਬ ਹੋਣਾ ਨਾਲ ਵੀ ਕੀਤੀ। ਮੇਰੇ ਖਿਆਲ ਤੁਸੀਂ ਸ਼ੁਰੂ ਤੋਂ ਦੇਖਿਆ ਹੋਣਾ ਪ੍ਰੋਗਰਾਮ ਹੈ ਸਾਰਾ। ਹਾਂਜੀ ਐਕਸਲੈਂਟ ਐਕਸਲੈਂਟ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਫਤਿਹ ਬੁਲਾਉਂਦੇ ਨੇ ਜੀ ਭਾਈ ਹੋਣੀ ਵੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਥੈਂਕ ਯੂ, ਸ਼ੁਕਰੀਆ। ਜੀ 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 ਥੈਂਕ ਯੂ ਐਮਪੀ। ਐਮਪੀ ਵੀਰ ਤੁਸੀਂ ਵੈਸੇ ਇਹਨੂੰ ਕਿਵੇਂ ਸੋਚਦੇ ਹੋ, ਗਾਂ ਤੋਂ ਇਹਨੂੰ ਹੋਰ ਵੀ ਬਿਹਤਰ ਹੈਂਡਲ ਕਰੀਏ, ਕਿਉਂਕਿ ਦੇਖੋ ਇੱਕ ਚੀਜ਼ ਤਾਂ ਆਊਟਕਮ ਹੈਗੀ ਜਿਹੜੀ ਤੁਸੀਂ ਮਹਿਸੂਸ ਕਰਦੇ ਹੋਵੋਗੇ ਵੀ ਪੰਜਾਬੀ ਮੀਡੀਏ ਦੇ ਵਿੱਚ ਆਫਕੋਰਸ ਜਿਉਂ ਜਿਉਂ ਹੁਣ ਸਾਡੀ ਆਬਾਦੀ ਵੱਧ ਰਹੀ ਆ, ਆਫਕੋਰਸ ਉਹਦੇ ਹਿਸਾਬ ਨਾਲ ਪ੍ਰਾਪਤੀਆਂ ਵੀ ਹੋਣੀਆਂ, ਇਸ ਤਰ੍ਹਾਂ ਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਬਦਕਿਸਮਤੀ ਨਾਲ ਘਟਨਾ ਉਹ ਵੀ ਸਾਡੇ ਸਾਹਮਣੇ ਆਉਣੀ ਆਉਣੀ ਆ, ਤੁਹਾਡੇ ਵੀ ਸਾਡੇ ਵੀ ਸੁਸਾਇਟੀ 'ਚ ਰਹਿੰਦੇ ਆ ਇਹ ਗੱਲਾਂ ਹੋਣੀਆਂ। ਆਪਾਂ ਇਹਦੇ ਲਈ ਮਾਨਸਿਕ ਤੌਰ 'ਤੇ ਨੰਬਰ ਇੱਕ ਤਿਆਰ ਰਹੀਏ, ਇਹਨੂੰ ਬਿਹਤਰ ਕਿਵੇਂ ਹੈਂਡਲ ਕੀਤਾ ਜਾ ਸਕਦਾ, ਤੁਸੀਂ ਜ਼ਰੂਰ ਉਹਦੇ ਬਾਰੇ ਆਪਣੀ ਇਨਪੁੱਟ ਦਿਓ। ਨਹੀਂ ਚਲੋ ਬਤਾ ਜ਼ਰੂਰ ਜ਼ਰੂਰ, ਹਾਂਜੀ ਹਾਂਜੀ, ਸਾਡੇ ਦੁਆਲੇ ਹੀ ਹੋ ਗਿਆ ਸਹੀ ਹੈ ਜੀ ਜੀ ਜ਼ਰੂਰ ਜ਼ਰੂਰ।
ਇੱਦਾਂ ਨਹੀਂ ਹੈ, ਤੁਸੀਂ ਚਾਹੁੰਦੇ ਆ ਕਿ ਜਿਹੜਾ ਲਫ਼ਜ਼ ਜਿਹੜਾ ਆ ਉਹ ਅੱਗੇ ਤੋਂ ਹੋਰ ਵੀ ਵਧੀਆ ਵਰਤੇ ਜਾ ਸਕਦੇ, ਕੈਪਸ਼ਨ ਦੇ ਵਿੱਚ ਜਿਹੜਾ ਲਫ਼ਜ਼ ਹੈ ਕਿਸੇ ਇੱਕ ਫਿਰਕੇ ਨੂੰ ਸੰਬੋਧਨ ਨਾ ਹੋਵੇ। ਐਮ ਪੀ ਇੱਕ ਚੀਜ਼ ਜ਼ਰੂਰ ਅਸੀਂ ਪੁਆਇੰਟ ਆਊਟ ਕਰਨਾ ਚਾਹਾਂਗੇ, ਸਾਡਾ ਫਰਜ਼ ਬਣਦਾ ਕਿ ਰੇਡੀਓ ਸਪਾਈਸ ਦੇ ਅਦਾਰੇ ਦੇ ਪੱਖੋਂ ਨੈਚੁਰਲੀ ਜਦੋਂ ਤੁਹਾਨੂੰ ਚੇਤਾ ਹੋਏਗਾ ਇਮੀਗ੍ਰੇਸ਼ਨ ਦੇ ਪੇਰੈਂਟ ਕੈਟਾਗਰੀ ਤੋਂ ਲੈ ਕੇ ਇੰਨਾ ਜ਼ਿਆਦਾ ਇਹ ਵਿੰਸਟਨ ਪੀਟਰ ਦਾ ਵਾੜਾ ਆ ਗਿਆ, ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਵੀ ਫੋਲੋ ਕਰਦੇ ਹੋ, ਬਹੁਤ ਵਧੀਆ ਗੱਲ ਹੈ। ਅਤੇ ਉਦੋਂ ਅਸੀਂ ਇੱਥੇ ਕਾਨਫਰੰਸ ਨੈਚੁਰਲੀ ਆਪਣੇ ਆਯੋਜਿਤ ਕੀਤੀ ਵੂਮਨ ਕੇਅਰ ਟਰੱਸਟ ਦੇ ਉੱਪਰ, ਅਤੇ ਉਦੋਂ ਤੋਂ ਲੈ ਕੇ ਸਾਡਾ ਸੱਚੀ ਜਿੱਦਾਂ ਹੁਣ ਕਿ ਜਿਹੜਾ ਸਟੂਡੈਂਟ ਵਰਗ ਹੈ ਉਹ 99% ਸਵੇਰੇ ਤੁਸੀਂ ਦੇਖ ਲਓ, ਸਵੇਰੇ 3 ਵਜੇ 4 ਵਜੇ ਬ੍ਰੈਡ ਦੇ ਰਨ ਜਿਹੜੇ ਨੇ ਸਾਡੇ, ਰਾਤ ਦੀਆਂ ਸ਼ਿਫਟਾਂ ਜਿਹੜੀਆਂ ਸਾਡੇ ਬੰਦੇ ਲਾ ਰਹੇ ਆ, ਅਤੇ ਸਾਡੀ ਕਮਿਊਨਿਟੀ ਦੇ ਵਿੱਚ ਇਸੀ ਕਰਕੇ ਅਸੀਂ ਜਿਹੜਾ ਪਿਛਲੇ ਹਫ਼ਤੇ ਦਾ ਟੋਪਿਕ ਐਮ ਪੀ ਰੱਖਿਆ ਕਿ ਕਿਹੜੀ ਪਾਰਟੀ ਸਾਡੇ ਲਈ ਬੈਸਟ ਹੈ, ਕਿਉਂਕਿ ਜਦੋਂ ਸਾਨੂੰ ਜ਼ਰੂਰਤ ਪਈ, ਸਾਡੀ ਕਮਿਊਨਿਟੀ ਨੂੰ ਜ਼ਰੂਰਤ ਪਈ, ਠੀਕ ਹੈ, ਸਾਰੇ ਕਹਿੰਦੇ ਕਿ ਅੱਧਾ ਸ਼ਹਿਰ ਜਿਹੜਾ ਇੰਡੀਆ ਦੇ ਵਿੱਚ ਵਿਚਾਰੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਗਿਆ ਉਹ ਉੱਥੇ ਸਾਨੂੰ ਛੱਡ ਦਿੱਤਾ, ਫਿਰ ਉਹ ਕਹਿੰਦੇ ਕਿ ਤੁਹਾਨੂੰ ਇੱਥੇ ਜਿਹੜੀ ਆ ਆਪਣੇ ਵਧਾ ਕੇ ਨਹੀਂ ਅਸੀਂ ਦੇਣੀ ਜਿਹੜੀ ਹੈਗੀ, ਅਤੇ ਕੋਈ ਸਾਡਾ ਮਦਈ ਕਮਿਊਨਿਟੀ ਦੇ ਵਿੱਚ ਜਦੋਂ ਖੜ੍ਹਾ ਨਹੀਂ ਹੋਇਆ ਉਸ ਟਾਈਮ ਇੱਕ ਜਿਹੜਾ ਰੇਡੀਓ ਦਾ ਅਦਾਰਾ ਨੈਚੁਰਲੀ ਉਹਨੂੰ ਮਹਿਸੂਸ, ਤੁਸੀਂ ਸਮਝਦੇ ਆ ਨਾ ਕਿ ਜ਼ਿੰਮੇਵਾਰੀ ਤਾਂ ਸਾਡੇ ਲੀਡਰਸ ਦੀ ਹੈ ਕਿ ਇਹ ਸਾਨੂੰ ਲੀਡ ਕਰਨ ਇਸ ਪੱਖੋਂ, ਪਰ ਇੱਦਾਂ ਜ਼ਰੂਰ ਹੈ ਕਿ ਜਿਹੜੇ ਸੂਝਵਾਨ ਸਾਰੇ ਆਪਾਂ ਹੋ ਕੇ ਜਦ ਤੱਕ ਆਪਾਂ ਸੁਜੈਸਟ ਨਹੀਂ ਕਰਾਂਗੇ, ਇਹਨਾਂ ਡਿਸਕਸ਼ਨਸ ਦਾ ਹਿੱਸਾ ਨਹੀਂ ਬਣਾਂਗੇ, ਡਿਸਕਸ ਨਹੀਂ ਕਰਾਂਗੇ, ਤਦ ਤੱਕ ਹੱਲ ਨਹੀਂ ਨਿਭਣੇ ਆਪਾਂ ਨੂੰ ਮਿਲਣੇ, ਅਤੇ ਉਸ ਦੇ ਵਿੱਚ ਗਲਤੀਆਂ ਨੈਚੁਰਲੀ ਹੁੰਦੀਆਂ ਅਤੇ ਸੁਝਾਅ ਦੇ ਨਾਲ ਹੀ ਇੰਪਰੂਵ ਹੁੰਦੀਆਂ। ਮੈਂ ਇੱਕ ਗੱਲ ਦੇ ਨਾਲ ਜ਼ਰੂਰ ਤੁਹਾਨੂੰ ਮੌਕਾ ਦਊਂਗਾ ਕਿ ਬਹੁਤ ਕੁਛ ਸਿੱਖਣ ਨੂੰ ਮਿਲਿਆ ਇਸ ਦੇ ਵਿੱਚੋਂ, ਖਾਸ ਕਰਕੇ ਨੌਜਵਾਨਾਂ ਨੇ ਟ੍ਰਾਈਬਿਊਨਲ ਤੋਂ ਲੈ ਕੇ ਕੀ ਉਹਨਾਂ ਨੇ ਆਹ ਸਟੈਪ ਫੋਲੋ ਕੀਤੇ ਉਹ ਲਿਖੇ, ਮੈਨੂੰ ਬਹੁਤ ਵਧੀਆ ਲੱਗਾ, ਫਖਰ ਮਹਿਸੂਸ ਹੋਇਆ ਕਿ ਸਾਡੀ ਕਮਿਊਨਿਟੀ ਜਿਹੜੀ ਆ, ਅਤੇ ਜਿਵੇਂ ਤੁਸੀਂ ਕਿਹਾ ਕਿ 70% ਸਟੂਡੈਂਟ ਫੋਲੋ ਕਰਦੇ ਆ, ਉਹਨਾਂ ਨੇ ਇਹ ਫੀਡਬੈਕ ਦਿੱਤੀ, ਹਾਂਜੀ, ਮਤਲਬ ਕਿ ਆਪਾਂ ਇਸ ਮੁਲਕ ਦੇ ਚੰਗੇ ਨਾਗਰਿਕ ਵੱਲ ਨੂੰ ਤੁਰ ਪਏ ਹਾਂ ਜੀ। ਜੀ ਇਹ ਆਪਾਂ ਹੋਣ ਨਹੀਂ ਦੇਣਾ ਐਮ ਪੀ, ਸੋਰੀ ਟੂ ਇੰਟਰਪਟ ਜੀ 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 ਥੈਂਕ ਯੂ ਥੈਂਕ ਯੂ ਰਿਪੀਟ ਨਹੀਂ ਅਸੀਂ ਰਿਅਲਾਈਜ਼ ਕਰਦੇ ਹਾਂ ਇਸ ਗੱਲ ਨੂੰ, ਔਰ ਇਹ 'ਚ ਤੁਹਾਡੇ ਸਾਰਿਆਂ ਦੀ ਇਨਪੁੱਟ ਬੜੀ ਲਾਜ਼ਮੀ ਆ ਐਮ ਪੀ। ਇਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨੀ ਹੈ, ਤੁਸੀਂ ਕਿਉਂਕਿ ਸੂਝਵਾਨ ਹੋ, ਹੋਰ ਸਾਡੀਆਂ ਆਉਂਦੀਆਂ ਜਿਹੜੀਆਂ ਟੋਕਸ ਬੈਕਸ ਆ ਨਾ, ਆਪਣੇ ਸਾਰਿਆਂ ਨੂੰ ਤੁਸੀਂ ਇਨਕਰੇਜ ਕਰਿਆ ਕਰਨਾ ਆਪਣੇ ਪੇਜਸ ਦੇ ਵਿੱਚ ਵੀ, ਤਾਂ ਕਿ ਆਪਾਂ ਇਸ ਨੂੰ ਡਿਸਕਸ ਕਰ ਸਕੀਏ ਉਸ ਦੇ ਵਿੱਚ ਜੀ, ਤਾਂ ਕਿ ਆਪਾਂ ਹੁਣ ਅਗਲੇ ਹਫ਼ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਟੋਪਿਕ 'ਚ ਲਿਆਉਣ ਦਾ ਕਿ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਨੈਚੁਰਲੀ ਜਿਹੜੇ ਇੰਪਲੋਇਰਸ ਐਕਸਪਲੋਇਟੇਸ਼ਨ ਕਰ ਰਹੇ ਆ ਉਹ ਕਹਿੰਦੇ ਹੁੰਦੇ ਕਿੱਦਾਂ ਆਪਾਂ ਰੋਕੀਏ, ਇਹ ਬੜਾ ਇੰਪੋਰਟੈਂਟ ਹੈ, ਠੀਕ ਹੈ, ਉਸ ਦੇ ਵਿੱਚ ਹੁਣ ਅਸੀਂ ਸਾਰਿਆਂ ਨੂੰ ਹੁਣੀ ਦੱਸ ਦਈਏ ਟੋਪਿਕ, ਕਿਉਂਕਿ ਜਦ ਤੱਕ ਆਪਾਂ ਡਿਸਕਸ ਨਹੀਂ ਕਰਾਂਗੇ ਆਪਾਂ ਹੱਲ ਵੱਲ ਨੂੰ ਨਹੀਂ ਤੁਰਾਂਗੇ। ਜੀ ਥੈਂਕ ਯੂ ਜੀ 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 ਪ੍ਰੋਬਲਮ ਥੈਂਕ ਯੂ ਥੈਂਕ ਯੂ ਥੈਂਕ ਯੂ ਐਮ ਪੀ। ਸੋ ਮੇਰਾ ਸਵਾਲ ਜੀ ਉਹ ਕਹਿੰਦੇ ਹੁੰਦੇ ਨਾ ਵਾਹੇ ਅੰਦਰ ਦੇ ਵਾਸੇ ਖਾ ਰਿਹਾ ਸੀਗਾ, ਤੁਸੀਂ ਇੱਕ ਅਵਤਾਰ ਸਿੰਘ ਦੀ ਬੜੀ ਇੰਟਰਸਟਿੰਗ ਗੱਲ ਜਿਹੜੀ ਆਪਣੀ ਕਹੀ ਕਿ ਜਿਹੜੀ ਤੁਹਾਡੇ ਘਰ ਜਦੋਂ ਤੁਸੀਂ ਤੀਜਾ ਜਾਂ ਚੌਥਾ ਜਿਹੜਾ ਹੈਗਾ ਉਸ ਦੇ ਵਿੱਚ ਦੇਖਦੇ ਹੋ ਕਿ ਪੈਨਸ਼ਨਾਂ ਜਿਵੇਂ ਇੱਥੇ ਨਿਊਜ਼ੀਲੈਂਡ 'ਚ ਖਤਮ ਹੋ ਰਹੀਆਂ ਨੇ, ਆਪਾਂ ਮੇਰੇ ਖਿਆਲ ਜਦ ਤੱਕ ਆਪਾਂ ਮਿਲਣੀ ਨਾ, ਸੋ ਇਸ ਨੂੰ ਲੈ ਕੇ ਜਦੋਂ ਆਪਾਂ, ਮੇਰਾ ਸਵਾਲ ਜਿਹੜਾ ਹੈ ਕਿ ਆਪਾਂ ਇਨਵੈਸਟਮੈਂਟ ਪ੍ਰੋਪਰਟੀ ਵੱਲ ਨੂੰ ਤੁਰੇ ਜਾ ਰਹੇ ਹਾਂ, ਕਿਹੜੇ ਕਿਹੜੇ ਸਟੈਪਸ ਇੰਪੋਰਟੈਂਟ ਹੈ, ਕਿਹਨਾਂ ਤੋਂ ਆਪਾਂ ਮਦਦ ਲੈ ਸਕਦੇ ਹਾਂ? ਫੋਰ ਐਗਜ਼ਾਮਪਲ ਕਿ ਮੈਂ ਇੱਕ ਨਵਾਂ ਜਿਹੜਾ ਇੱਥੇ ਆ ਕੇ ਮਾਈਗ੍ਰੈਂਟ ਸੈਟਲ ਹੋਇਆ, ਮੈਂ ਪਹਿਲਾ ਘਰ ਲਿਆ, ਉਸ ਦੇ ਬਾਅਦ ਮੈਂ ਸੈਕਿੰਡ ਘਰ ਵੱਲ ਨੂੰ ਤੁਰ ਰਿਹਾ। ਅਤੇ ਮੈਂ ਇਹਦੇ 'ਚ ਇੱਕ ਚੀਜ਼ ਐਡ ਕਰਦਾ, ਜਿਹੜੀ ਕਹਿੰਦੇ ਅਸੀਂ ਟ੍ਰਿਬਿਊਨਲ ਵੀ ਵਾਰ ਵਾਰ ਗੱਲ ਆ ਰਹੀ ਨਾ, ਦੇਖੋ ਉਹਦੇ ਨਾਲ ਵੀ ਜਿਹੜਾ ਮਾਲਕ ਮਕਾਨ ਅਤੇ ਕਿਰਾਏਦਾਰ ਦਾ ਰਿਸ਼ਤਾ ਆ ਬੇਕਿਰਕ ਹੁੰਦਾ ਜੀ। ਚੰਗੀ ਗੱਲ ਆ, ਜਗਜੀਤ ਸਿੱਧੂ ਹੁਣੀ ਇਸ ਗੱਲ ਨੂੰ
ਇੱਥੇ ਮੰਨਿਆ ਵੀ ਬਿਹਾਈਂਡ ਦਾ ਸੀਨ ਕਿਤੇ ਨਾ ਕਿਤੇ ਆਪਾਂ ਰੀਕੌਂਸਲੇਸ਼ਨ ਹੋ ਰਹੀ ਹੈ ਵਿਚ ਇਜ਼ ਗੁੱਡ ਜੀ ਕਿਉਂਕਿ ਜੇ ਪੰਜਾਬੀ ਮੂਲ ਦੇ ਹੀ ਦੋਨੇ ਹੀ ਧਰ ਆ ਤਾਂ ਫਿਰ ਬੈਠ ਕੇ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਦੁਬਾਰਾ ਵੀ ਤੁਸੀਂ ਮੂੰਹ ਮੱਥੇ ਲੱਗਣ ਜੋਗੇ ਰਹਿ ਜਾਓ ਜੀ ਹਾਂ ਸੋ ਮੈਂ ਉਸ ਐਂਗਲ ਤੋਂ ਵੀ ਜਾਣਨਾ ਚਾਹੁੰਦਾ ਵੀ ਟ੍ਰਿਨੈਸੀ ਟ੍ਰਿਬਿਊਨਲ ਤੋਂ ਇਲਾਵਾ ਹੋਰ ਕਿਹੜੀਆਂ ਇੱਦਾਂ ਦੀਆਂ ਆਪਸ਼ਨਸ ਆ ਜਿਹੜੀਆਂ ਕਿਰਾਏਦਾਰ ਜਾਂ ਮਾਲਕ ਮਕਾਨ ਦੇ ਕੋਲ ਵਿੱਚ ਵਿਚਾਲੇ ਦਾ ਰਸਤਾ ਲੱਭਣ ਲਈ ਜੇ ਹੋਣ ਤਾਂ ਉਹ ਜ਼ਰੂਰ ਦੱਸੋ ਹਾਂਜੀ ਜਿਹੜਾ ਟੈਨੈਸੀ ਟ੍ਰਿਬਿਊਨਲ ਆ ਮੈਂ ਸੋਚਦਾ ਵੀ ਜੇ ਉੱਥੇ ਆਪਾਂ ਚਲੇ ਜਾਂਦੇ ਹਾਂ ਸਾਡੇ ਵਿੱਚੋਂ ਕੋਈ ਵੀ ਧਿਰ ਇੱਕ ਦੂਜੇ ਨੂੰ ਲੈ ਜਾਂਦੀ ਆ ਇੱਕ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਵੀ ਇੱਦਾਂ ਨਹੀਂ ਹੈਗਾ ਕਿ ਇਕੱਲੇ ਲੈਂਡਲੋਰਡ ਹੀ ਟੈਨੈਸੀ ਟ੍ਰਿਬਿਊਨਲ ਦੇ ਵਿੱਚ ਲਿਜਾ ਸਕਦੇ ਆ ਜੀ ਟੈਨੈਂਟ ਵੀ ਲਿਜਾ ਸਕਦਾ ਜੀ ਕਿਉਂਕਿ ਟੈਨੈਂਟ ਦੇ ਵਿੱਚ ਵੀ ਕਦੇ ਕਦੇ ਪ੍ਰੋਬਲਮ ਆਉਂਦੀ ਆ ਤੇ ਲੈਂਡਲੋਰਡ ਦੇ ਵਿੱਚ ਵੀ ਆਉਂਦੀ ਆ ਤੇ ਉਹ ਮੈਂ ਇੱਕ ਦੋ ਐਗਜ਼ਾਮਪਲ ਵੀ ਸ਼ੇਅਰ ਕਰੂੰਗਾ ਪਰ ਜੇ ਉਹ ਇੱਕ ਦੋ ਵਾਰ ਆਪਾਂ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਬੈਠੇ ਹਾਂ ਬਿਲਕੁਲ ਬਿਲਕੁਲ ਤੇ ਜਿਸ ਵੇਲੇ ਆਪਾਂ ਉੱਥੇ ਟੈਨੈਸੀ ਟ੍ਰਿਬਿਊਨਲ ਦੇ ਵਿੱਚ ਚਲੇ ਜਾਂਦੇ ਹਾਂ ਇੱਦਾਂ ਦੀ ਗੱਲ ਨਹੀਂ ਹੈ ਵੀ ਆਪਣੇ ਕੋਲ ਰਿਸ਼ਤੇ ਖਰਾਬ ਹੋ ਗਏ ਕਿਉਂਕਿ ਉਹਦੇ ਵਿੱਚ ਬਕਾਇਦਾ ਲਿਖਿਆ ਗਿਆ ਵੀ ਉੱਥੇ ਕਿਹੜੇ ਕਿਹੜੇ ਸਟੈਪਸ ਉਹਨਾਂ ਨੇ ਲੈਣੇ ਆ ਕਿਹੜੇ ਕਿਹੜੇ ਲੈਂਡਲੋਰਡ ਨੇ ਲੈਣੇ ਆ ਕਿਹੜੇ ਕਿਹੜੇ ਟੈਨੈਂਟ ਨੇ ਲੈਣੇ ਆ ਠੀਕ ਹੈ ਤੁਸੀਂ ਦੋਨਾਂ ਧਿਰਾਂ ਨੇ ਐਗਰੀਮੈਂਟ ਸਾਈਨ ਕੀਤਾ ਹੈ ਉਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਐਗਰੀ ਹੋਏ ਹੋ ਆ ਤੁਸੀਂ ਉਹਨਾਂ ਨੂੰ ਹੀ ਫੋਲੋ ਕਰਕੇ ਤਾਂ ਟੈਨੈਸੀ ਟ੍ਰਿਬਿਊਨਲ ਕੋਲ ਜਾ ਰਹੇ ਹਾਂ ਜੀ ਠੀਕ ਇਸ ਕਰਕੇ ਆਪਾਂ ਕਹੀਏ ਵੀ ਕਿਸੇ ਦਾ ਰਿਸ਼ਤਾ ਖਰਾਬ ਹੋ ਗਿਆ ਉਹ ਰਿਸ਼ਤਾ ਨਹੀਂ ਖਰਾਬ ਹੁੰਦਾ ਉਹ ਸਮਾਂ ਰਿਸ਼ਤਾ ਕਾਇਮ ਰਹਿ ਸਕਦਾ ਉਹਦੇ ਵਿੱਚ ਸਿਰਫ ਟੈਨੈਂਟ ਨੂੰ ਜਿਹੜੀ ਫੀਸ ਹੈ ਮਰਾ $20-25 ਹੋਣੀ ਹੈ ਟੈਨੈਸੀ ਟ੍ਰਿਬਿਊਨਲ ਦੀ ਜਿਹੜੀ ਪੈ ਸਕਦੀ ਆ ਉਹ ਕੋਈ ਬਿਗ ਡੀਲ ਨਹੀਂ ਹੈਗੀ ਪਰ ਤੁਹਾਡਾ ਮਸਲਾ ਹੱਲ ਹੋ ਜਾਂਦਾ ਕਈ ਵਾਰ ਤੁਸੀਂ ਮੰਨ ਲਓ $400-500 $300 ਪਿੱਛੇ ਰਹਿ ਗਏ ਆ ਤਾਂ ਉਹ ਕਿਸ਼ਤ ਕਰ ਲੈਂਦੇ ਆ ਤੁਸੀਂ $50 ਫਾਲਤੂ ਦੇ ਲਓ ਤੇ ਉਹ ਸੌਖਾ ਸੋਲੂਸ਼ਨ ਹੈਗਾ ਤੇ ਉਹ ਤੋਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਤੇ ਜਿਹੜੇ ਜਿਸ ਵੇਲੇ ਆਪਾਂ ਵਿੱਚ ਵਿਚਾਲੇ ਵਾਲਾ ਰਾਹ ਲੱਭਣ ਦੀ ਗੱਲ ਕਰਦੇ ਹਾਂ ਤੇ ਆਪਣੀ ਕਮਿਊਨਿਟੀ ਆਪਾਂ ਵਿੱਚ ਵਿਚਾਲੇ ਦਾ ਰਾਹ ਲੱਭ ਲਈਏ ਉਹ ਗੱਲ ਤਾਂ ਬਹੁਤ ਵਧੀਆ ਆ ਪਰ ਜਿਸ ਵੇਲੇ ਵਿੱਚ ਵਿਚਾਲੇ ਦਾ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਣੇ ਕੋਲ ਸਬੂਤ ਨਹੀਂ ਰਹਿ ਜਾਂਦੇ ਤੇ ਹੁਣ ਮੈਂ ਇੰਨੇ ਸਾਲਾਂ ਦਾ ਪ੍ਰੋਪਰਟੀ ਸੋਸ਼ਲੀ ਇੰਟਰੈਕਟ ਕਰਦੇ ਹਾਂ ਜਿਸ ਵੇਲੇ ਹੁਣ ਮੈਂ 1999 ਤੋਂ ਲੈ ਕੇ ਇਨਵੈਸਟਮੈਂਟ ਕਰਦਾ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਕਿਸੇ ਤੋਂ ਇੱਕ ਵੀ ਡਾਲਰ ਨਗਦ ਕਿਰਾਇਆ ਨਹੀਂ ਲਿਆ ਮੈਂ ਪੈਸੇ ਨੂੰ ਹੱਥ ਨਹੀਂ ਲਾਇਆ ਉੱਥੋਂ ਪੈਸਾ ਸਾਰਾ ਬੈਂਕ ਅਕਾਊਂਟ ਦੇ ਵਿੱਚ ਆਵੇ ਜੀ ਟੈਕਸ ਡਿਪਾਰਟਮੈਂਟ ਨੂੰ ਵੀ ਪਤਾ ਹੋਵੇ ਇੰਨਾ ਪੈਸਾ ਆਇਆ ਸਾਨੂੰ ਵੀ ਪਤਾ ਹੋਵੇ ਇੰਨਾ ਟੈਕਸ ਤਾਰਨਾ ਜੀ ਤੇ ਅਕਾਊਂਟੈਂਟ ਦੇ ਕੋਲ ਸਿਰਫ ਫਾਈਲ ਦੇ ਦੇਣੀ ਹੈ ਮੈਂ ਉਹਨੂੰ ਮੂੰਹੋਂ ਕੁਛ ਨਹੀਂ ਬੋਲਣਾ ਉਹ ਆਪੇ ਬੈਂਕ ਸਟੇਟਮੈਂਟਾਂ 'ਚ ਦੇਖ ਕੇ ਜੋ ਟੈਕਸ ਬਣਦਾ ਸਾਡਾ ਉਹ ਤਾਰਨਾ ਜੀ ਤੇ ਉਹਦੇ ਵਿੱਚ ਕੀ ਹੈ ਵੀ ਜਿੰਨਾ ਕਰਾਇਆ ਉਹਦਾ ਵੀ ਸਬੂਤ ਆ ਜਿਹਨੇ ਕਰਾਇਆ ਦਿੱਤਾ ਉਹਦਾ ਵੀ ਸਬੂਤ ਆ ਸਾਨੂੰ ਲੈਣ ਵਾਲਿਆਂ ਨੂੰ ਵੀ ਸਬੂਤ ਆ ਕੱਲ੍ਹ ਨੂੰ ਟੈਨੈਸੀ ਟ੍ਰਿਬਿਊਨਲ 'ਚ ਦੋਨਾਂ ਧਿਰਾਂ ਨੇ ਜਾਣਾ ਆ ਤਾਂ ਆਪੋ ਆਪਣੀ ਚੀਜ਼ ਉੱਥੇ ਪੇਸ਼ ਕਰ ਸਕਦੇ ਹਾਂ ਇੱਕ ਇੱਥੇ ਮੈਂ ਸਭ ਤੋਂ ਜ਼ਰੂਰੀ ਗੱਲ ਦੱਸਦਾ ਵੀ ਜਿਹਦਾ ਕਸੂਰ ਆ ਦੋਨਾਂ ਧਿਰਾਂ ਚੋਂ ਉਹਨੂੰ ਬਹੁਤ ਘੱਟ ਐਵੀਡੈਂਸ ਦੇਣਾ ਪੈਂਦਾ ਜਿਹੜਾ ਬੇਕਸੂਰ ਆ ਉਹਨੂੰ ਬਹੁਤ ਗੁਣਾ ਐਵੀਡੈਂਸ ਦੇਣੇ ਪੈਂਦੇ ਆ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਵੀ ਸਾਡਾ ਇੰਨੇ ਸਾਲਾਂ ਦੇ ਵਿੱਚ ਇੱਕ ਕੇਸ ਹੋਇਆ ਜਿਹੜਾ ਟੈਨੈਸੀ ਟ੍ਰਿਬਿਊਨਲ ਦੇ ਵਿੱਚ ਗਿਆ ਵੀ ਟੈਨੈਂਟ ਕਹਿੰਦੀ ਵੀ ਇਹਨਾਂ ਨੇ ਪ੍ਰੋਪਰਟੀ ਦੀ ਰਿਪੇਅਰ ਨਹੀਂ ਕਰਾਈ ਜੀ ਮੈਂ ਇੰਨੇ ਸਾਲਾਂ ਤੋਂ ਰਹਿੰਦੀ ਹਾਂ 5-6 ਸਾਲ ਤੋਂ ਰਹਿੰਦੀ ਸੀ ਹਾਲੇ ਕਿ ਔਨ ਟਾਈਮ ਰਿਪੇਅਰ ਹੋਈ ਅਸੀਂ ਤਾਂ ਜੌਬ ਦੀ ਵੇਟ ਕਰਦੇ ਰਹਿੰਦੇ ਹਾਂ ਸਾਡੀ ਅੱਜ ਤਾਈਂ ਹੁਣ ਆਪਾਂ ਬੈਠੇ ਹਾਂ ਮੇਰੇ ਕੋਲ 70 ਘਰਾਂ 'ਚ ਇੱਕ ਵੀ ਜੌਬ ਪੈਂਡਿੰਗ ਹੈ ਨਹੀਂ ਅਸੀਂ ਵੇਟ ਕਰਦੇ ਵੀ ਕੁਛ ਹੋਵੇ ਤਾਂ ਅਸੀਂ ਉਹਨੂੰ ਅਟੈਂਡ ਕਰੀਏ ਤੇ ਉਹ ਦੇਖ ਲਓ ਵੀ ਜਿਸ ਵੇਲੇ ਉੱਥੇ ਕੇਸ ਲੈ ਗਈ ਉਹ ਇੱਕ ਸਿਰਫ ਫੋਟੋ ਖਿੱਚ ਕੇ ਲਗਾਈ ਵੀ ਇੱਕ ਪਾਈਪ ਲੀਕ ਕਰ ਗਿਆ ਸੀ ਸ਼ਾਵਰ ਦਾ ਕੰਧ ਦੇ ਪਿੱਛੋਂ ਤਾਂ ਉਹਨੇ ਦਿਖਾ ਲਿਆ ਵੀ ਇਹਨਾਂ ਮੇਰਾ ਉੱਥੇ ਸਲਾਬਾ ਹੋ ਗਿਆ ਸੀ ਇਹਨੇ ਕੋਈ ਐਕਟ ਨਹੀਂ ਲਿਆ ਇਹ ਉੱਥੇ ਪਾਣੀ ਲੀਕ ਕਰਦੇ ਰਹੇ ਇੱਦਾਂ ਹੋ ਗਈ ਤਾਂ ਜਦੋਂ ਵੀ ਟੈਨੈਂਟ ਮੈਨੂੰ ਕਰਦੀ ਹੁੰਦੀ ਸੀ ਟੈਕਸਟ ਕਰਦੀ ਹੁੰਦੀ ਸੀ ਵੀ ਆਹ ਮਸਲਾ ਹੋ ਗਿਆ ਅੱਛਾ ਜਿਸ ਵੇਲੇ ਉਹ ਮੈਂ ਉਹ ਤਾਂ ਇੱਕ ਫੋਟੋ ਲੈ ਕੇ ਗਈ ਮੈਨੂੰ ਫਿਰ ਹੁਣ ਐਵੀਡੈਂਸ ਲਿਜਾਣੇ ਪੈਣੇ ਸੀ ਮੈਂ 150 ਪੇਪਰ ਐਵੀਡੈਂਸ ਦੇ ਤੌਰ 'ਤੇ ਲੈ ਕੇ ਗਿਆ ਜਿੰਨਾ ਉਹਨੇ ਕਲੇਮ ਕੀਤਾ ਸੀ ਤੇ ਉਹਨੇ ਫੋਨ ਵੀ ਬਦਲ ਲਿਆ ਸੀ ਪਹਿਲਾਂ ਉਹ ਆਪਣੇ ਬਾਪ ਨਾਲ ਰਹਿੰਦੀ ਹੁੰਦੀ ਸੀ ਉਹ ਵੀ ਮੇਰੇ ਘਰ 'ਚ ਹੀ ਰਹਿੰਦਾ ਸੀ ਜੀ ਤੇ ਜਿਹੜੇ ਫੋਨ ਉਹਨੇ ਬਦਲ ਵੀ ਲਏ ਸੀਗੇ ਮੈਂ ਉਹਨਾਂ ਦੇ ਵੀ ਟੈਕਸ ਰਿਕਾਰਡ ਕੱਢ ਕੇ ਲੈ ਗਿਆ ਟੈਕਸ ਜਿਹੜੇ ਸੀਗੇ ਤੇ ਮੈਂ ਉਹਨਾਂ ਨੂੰ ਟੈਨੈਸੀ ਟ੍ਰਿਬਿਊਨਲ ਨੂੰ 7 ਸਾਲ ਦਾ ਰਿਕਾਰਡ ਦਿੱਤਾ ਟੈਨੈਂਟ ਦਾ ਵਾਓ ਤੇ ਮੈਂ ਕਿਹਾ 7 ਸਾਲ ਦੇ ਵਿੱਚੋਂ ਵੀ ਇੱਕ ਵੀ ਤੁਸੀਂ ਟੈਕਸ ਕੱਢ ਲਓ ਵੀ ਜਿਹੜਾ ਰਿਸਪੌਂਡ ਨਾ ਹੋਇਆ ਹੋਵੇ ਜੀ ਤੇ ਜਿਹੜਾ ਅਸੀਂ ਉਸ ਤੋਂ ਬਾਅਦ ਕੰਮ ਕੀਤਾ ਉਹਦੀ ਮੈਂ ਇਨਵੋਇਸ ਪ੍ਰੋਵਾਈਡ ਕੀਤੀ ਜੀ ਤਾਂ ਮੈਂ $16,000 ਦੀਆਂ ਉਹਨਾਂ ਨੂੰ ਇਨਵੋਇਸਾਂ ਦਿੱਤੀਆਂ ਉੱਥੇ ਜਿਹੜਾ ਵੀ ਕੰਮ ਕਰਵਾਇਆ ਤੇ ਮਤਲਬ ਉਹ ਟੇਕ ਨਹੀਂ ਸਕੀ ਉਹਦੇ ਵੱਟੇ ਪਰ ਮਤਲਬ ਕਹਿਣ ਦਾ ਵੀ ਟਾਈਮ ਕਿੰਨਾ ਖਰਾਬ ਹੋਇਆ ਹਾਂ ਉਹ ਮੈਂ ਤਦੇ ਕਹਿੰਦਾ ਨਾ ਵੀ ਬੇਕਰਕੀ ਤਾਂ ਕਿਤੇ ਨਾ ਕਿਤੇ ਆਉਂਦੀ ਆ ਨਾ ਸਮੇਂ ਤੁਸੀਂ ਕਿਸੇ ਚੀਜ਼ ਨੂੰ ਸਾਂਝੇ ਤੌਰ 'ਤੇ ਸਹਿਮਤੀ ਬਣਾ ਲੈਣੀ ਸਮੇਂ ਉਹਦੇ ਲਈ ਤੁਸੀਂ ਚੈਲੰਜ ਕਰਨਾ ਕਿ ਨਹੀਂ ਨਹੀਂ ਇਹਦਾ ਐਵੀਡੈਂਸ ਲੈ ਕੇ ਆਓ ਵੀ ਮੈਂ ਨਹੀਂ ਇੱਦਾਂ ਮੰਨੂ ਫਿਰ ਜਿਹੜਾ ਟੈਨੈਸੀ ਟ੍ਰਿਬਿਊਨਲ ਹੈਗਾ ਆ ਉਹ ਕਹਿ ਲਓ ਵੀ ਬਿਲਡਰ ਥੋੜ੍ਹੋ ਹੈਗੇ ਆ ਉਹ ਉੱਥੇ ਆਫਿਸ ਦੇ ਵਿੱਚ ਬੈਠੇ ਕੰਮ ਕਰਦੇ ਆ ਨਾ ਉਹਨੇ ਹੁਣ ਜਿਸ ਵੇਲੇ ਫੋਟੋ ਦਿਖਾ ਲਈ ਹੁਣ ਪਾਈਪ ਕੰਧ ਦੇ ਪਿੱਛੋਂ ਫਟ ਗਿਆ ਸਾਨੂੰ ਉਹ ਰਿਪੇਅਰ ਕਰਨ ਵਾਸਤੇ
ਕੰਧ ਦਾ ਵੱਡਾ ਹਿੱਸਾ ਕੱਟਣਾ ਪਿਆ। ਜਿਸ ਵੇਲੇ ਟੈਨਸੀ ਟ੍ਰਿਬਿਊਨਲ ਉਹ ਦੇਖੀ ਜਾਣ ਵੀ ਖਰੇ ਲੀਕ ਹੀ ਐਡੀ ਸੀ ਜਿੱਡੀ ਕੰਧ ਪਾੜ ਲਈ ਆ, ਉਹ ਕਹਿਣ ਤਾਂ ਲੀਕ ਤਾਂ ਬਹੁਤ ਵੱਡੀ ਸੀ। ਮੈਂ ਕਿਹਾ ਪੈਪ ਤਾਂ ਵੀ ਦੋ ਉਂਗਲੀਆਂ ਜਿੰਨਾ ਮੋਟਾ ਹੁੰਦਾ, ਐਡੀ ਲੀਕ ਨੀ ਹੈਗੀ ਵੀ ਉਹਨੂੰ ਫਿਕਸ ਕਰਨ ਲਈ ਅਸੀਂ ਇਹ ਹੋਲ ਕੀਤਾ ਹੈ ਜਿਹੜਾ ਕਿ ਰਿਪੇਅਰ ਹੋ ਚੁੱਕਾ ਸੀ। ਫਿਰ ਮੈਂ ਉਹਨੂੰ ਐਵੀਡੈਂਸ ਦਿਖਾ ਲਿਆ ਜੀ, ਇੰਨੀ ਐਮਰਜੈਂਸੀ ਲੀਕ ਸੀ ਵੀ ਜਿਹੜਾ ਮੈਂ ਐਵੀਡੈਂਸ ਦੱਸਿਆ ਵੀ ਟੈਨਟ ਦਾ ਡੇਢ ਮਿੰਟ ਬਾਅਦ ਪਾਣੀ ਬੰਦ ਹੋ ਗਿਆ ਸੀ। ਉਹ ਕਹਿੰਦੀ ਮੇਰਾ ਪਾਣੀ ਦਾ ਬਿੱਲ ਬਹੁਤ ਆ ਗਿਆ, ਕਿਉਂਕਿ ਮੈਂ ਫੋਨ ਤੇ ਕਹਿਤਾ ਸੀ ਵੀ ਪਾਣੀ ਬੰਦ ਕਰ ਦਿਓ ਜੀ, ਉਹਨਾਂ ਦੱਸਤਾ ਕਿੱਥੋਂ ਆਉਂਦਾ। ਡੇਢ ਮਿੰਟ ਬਾਅਦ ਮੈਂ ਕਿਹਾ ਪਾਣੀ ਬੰਦ ਹੋ ਗਿਆ, 7 ਮਿੰਟ ਬਾਅਦ ਸਾਡਾ ਪਲੰਬਰ ਉੱਥੇ ਪਹੁੰਚ ਗਿਆ ਕਿਉਂਕਿ ਉਹ ਨੈਕਸਟ ਰੋਡ ਤੇ ਕੰਮ ਕਰਦਾ ਸੀ। ਹਾਂਜੀ, ਜਿਸ ਵੇਲੇ ਉਹ 7 ਮਿੰਟ ਬਾਅਦ ਰਿਪੇਅਰ ਦਾ ਗਿਆ ਤਾਂ ਉਹਨਾਂ ਨੇ ਉਹ ਖਾਰਜ ਕਰ ਦਿੱਤਾ ਕੇਸ ਦਿੱਤਾ ਜੀ। ਸਾਡੇ ਨਾਲ ਜੀ ਕੋਲਰ, ਸੋਰੀ ਗੱਲਾਂ ਤੁਹਾਡੀਆਂ ਦੱਸ ਜੀ ਨਹੀਂ ਦਿਲਚਸਪ ਹੋ ਜਾਂਦੀਆਂ। ਸੋ ਮੈਂ ਸਭ ਤੋਂ ਪਹਿਲਾਂ ਜੀਆਂ ਆਖਦਾ ਜੀ, ਸਾਡੇ ਇੱਕ ਹੋਰ ਜਿਹੜੇ ਕੋਲਰ ਅੱਜ ਭਾਅ ਜੀ ਬਹੁਤ ਵਧੀਆ ਲੱਗ ਰਿਹਾ ਕਿ ਕੋਲਰ ਜਿਹੜੇ ਨੇ ਸਮਾਂ ਕੱਢ ਕੇ ਨਹੀਂ, ਪਰ ਇਸ ਗੱਲੋਂ ਵਧੀਆ ਨਹੀਂ ਕਿ ਉਹਨਾਂ ਨੂੰ ਹੋਲਡ ਕਰਨਾ ਪੈ ਰਿਹਾ। ਚਲੋ ਭਾਅ ਜੀ, ਹੁਣ ਡਿਸਕਸ਼ਨ ਵੀ ਨੈਚੁਰਲੀ ਫਿਰ ਆਪਣਾ ਆਉਂਦਾ ਹੈ ਸਰ। ਸੋ ਜੀਆਂ ਜੀ, ਰੇਡੀਓ ਸਪਾਈਸ ਦੇ ਉੱਤੇ ਤੁਸੀਂ ਇਸ ਟਾਈਮ ਔਨ ਏਅਰ ਹੋ ਜੀਆਂ, ਮੇਰੇ ਖਿਆਲ ਉਹਨਾਂ ਨੂੰ ਹੈਲੋ, ਮੇਰੇ ਖਿਆਲ ਉਹਨਾਂ ਨੂੰ ਆਵਾਜ਼ ਨਹੀਂ ਸਾਡੀ। ਦੁਬਾਰਾ ਤੁਸੀਂ ਵੀਰ ਜੀ ਕਾਲ ਕਰ ਸਕਦੇ ਹੋ ਅਤੇ ਆ ਗਏ ਜੀ ਕਾਲ ਉਹਨੂੰ। ਸੋ ਰੇਡੀਓ ਸਪਾਈਸ ਦੇ ਉੱਤੇ ਜੀਆਂ ਨੂੰ ਜੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਆਪਣਾ ਸ਼ੁਭ ਨਾਮ ਵੀਰ ਜੀ, ਸੁਖਪ੍ਰੀਤ ਸਿੰਘ ਜੀ ਤੁਹਾਡਾ ਰੇਡੀਓ ਸਪਾਈਸ ਦੇ ਉੱਤੇ ਸਵਾਗਤ ਹੈ। ਅੱਜ ਦਾ ਟੋਪਿਕ ਨੈਚੁਰਲੀ ਅਸੀਂ ਜਿਹੜਾ ਲੈਂਡਲੋਰਡਸ ਅਤੇ ਆਪਣੇ ਰੈਂਟਰਸ ਜਿਹੜੇ ਨੇ ਜੀ ਉਹਨਾਂ ਦੇ ਪੱਖੋਂ ਡਿਸਕਸ਼ਨ ਜਿਹੜੀ ਚੱਲ ਰਹੀ ਹੈ, ਕੀ ਕਹਿਣਾ ਚਾਹੋਗੇ ਵੀਰ ਜੀ? ਇਸ ਦਾ ਹਾਂਜੀ, ਤੁਸੀਂ ਮੇਰੇ ਖਿਆਲ ਇਸ ਸਾਡਾ ਪ੍ਰੋਗਰਾਮ ਜੇ ਪੂਰਾ ਸੁਣੋਗੇ ਇਸਦਾ ਜਵਾਬ ਮਿਲ ਚੁੱਕਿਆ ਭਾਅ ਜੀ। ਮੈਂ ਇਸ ਦਾ ਦੁਬਾਰਾ ਜਵਾਬ ਦੇ ਦੇਣਾ ਇੱਕ ਵਾਰੀ, ਕਿਉਂਕਿ ਉਹ ਟੈਨਟ ਪੰਜਾਬੀ ਸੀ। ਸੋ ਨੈਚੁਰਲੀ ਉਸ ਦੇ ਵਿੱਚ ਜੇ ਤੁਸੀਂ ਜਿੱਦਾਂ ਆਪਾਂ ਕਿਸੇ ਨੂੰ ਐਡਰੈਸ ਕਰੀਦਾ ਜੀ ਕਿ ਆਪਣੀ ਕਮਿਊਨਿਟੀ ਦੇ ਵਿੱਚ ਕਿਸੇ ਨੇ ਜਿਹੜਾ ਕੋਈ ਸਾਰਥਕ ਰੂਪ ਦੇ ਵਿੱਚ ਕੁਛ ਅਚੀਵ ਕੀਤਾ, ਆਪਾਂ ਕਹਿੰਦੇ ਹਾਂ ਕਿ ਪੰਜਾਬੀ ਸਟੂਡੈਂਟ ਨੇ। ਉਹਦਾ ਵੀ ਇੱਕ ਜਾਣਕਾਰੀ ਦੇ ਦੇਣਾ, ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਪੋਜ਼ਿਟਿਵ ਨੋਟ ਤੇ ਕੰਕਲੂਡ ਕਰ ਲੈਣਾ। ਜਿੰਨੇ ਵੀ ਸਾਡੇ ਸਰੋਤੇ ਆਏ ਆ ਉਹਨਾਂ ਨੇ ਬਹੁਤ ਸਲੀਕੇ ਦੇ ਨਾਲ ਆਪਣੀ ਗੱਲ ਰੱਖੀ ਆ, ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਟੂਡੈਂਟ ਬੰਗਾਲੀ ਨਹੀਂ ਸੀ, ਸੀਗੇ ਹੀ ਪੰਜਾਬੀ, ਇਸ ਕਰਕੇ ਪੰਜਾਬੀ ਹੀ ਲਿਖਣਾ ਪੈਣਾ ਸੀ। ਔਰ ਮਾਨਕ ਮਕਾਨ ਨੇ ਬਕਾਇਦਾ ਜਦੋਂ ਜਾਣਕਾਰੀ ਦਿੱਤੀ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ। ਸੋ ਇਸ ਕਰਕੇ ਉਹਨੂੰ ਲਿਖਣਾ ਪਿਆ, ਕੋਈ ਜਾਣ ਬੁੱਝ ਕੇ ਜਾਂ ਇੰਟੈਂਸ਼ਨਲੀ ਇਸ ਚੀਜ਼ ਨੂੰ ਇੱਦਾਂ ਨਹੀਂ ਲਿਖਿਆ ਗਿਆ। ਜੇ ਕੱਲ੍ਹ ਨੂੰ ਮੈਂ ਕੋਈ ਗੁਨਾਹ ਕਰਦਾ ਹਾਂ ਤਾਂ ਕਾਗਜ਼ਾਂ ਦੇ ਵਿੱਚ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਹੀ ਲਿਖਿਆ ਜਾਣਾ, ਪਰਮਿੰਦਰ ਸਿੰਘ ਢਿੱਲੋਂ ਨਹੀਂ ਲਿਖਾਉਣਾ। ਸੋ ਇਹ ਇੱਕ ਸਮੱਸਿਆ ਹੈਗੀ ਆ ਜਿਹਨੂੰ ਲੈ ਕੇ ਨੈਸ਼ਨਲ ਮੀਡੀਆ ਜਾਂ ਸਾਡਾ ਮੀਡੀਆ ਜਿਹੜਾ ਉਹਦੇ ਵਿੱਚ ਹਾਲ ਦੀ ਘੜੀ, ਕਿਉਂਕਿ ਅਸੀਂ ਫੁੱਲ ਟਾਈਮਰ ਮੀਡੀਆ ਦੇ ਵਿੱਚ ਜੁੜੇ ਹੋਏ ਨਹੀਂ ਹੈਗੇ। ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਐਮ ਪੀ ਜੋੜ ਹੋਣਾ ਨਾਲ ਗੱਲ ਕਰਦੇ ਹਾਂ, ਇਹ ਜਿਹੜੀਆਂ ਗਲਤੀਆਂ ਜਾਂ ਐਰਰਸ ਆ ਇਹਨਾਂ ਦਾ ਹਾਲ ਦੀ ਘੜੀ ਸ਼ੁਰੂਆਤੀ ਦੌਰ ਦੇ ਵਿੱਚ ਇੱਦਾਂ ਹੋਣਾ ਸੁਭਾਵਿਕ ਆ। ਜੇ ਸਮਾਂ ਪਾ ਕੇ ਅਸੀਂ ਇਸ ਚੀਜ਼ ਨੂੰ ਹੋਰ ਮਚਿਓਰ ਢੰਗ ਦੇ ਨਾਲ ਹੈਂਡਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਇਹ ਸਾਡਾ ਤੁਹਾਡੇ ਨਾਲ ਵਾਅਦਾ ਆ। ਔਰ ਵੈਸੇ ਵੀ ਰਹੀ ਗੱਲ ਪੋਸਟ ਦੀ, ਇਹ ਵੀ ਅਸੀਂ ਵਾਅਦਾ ਕਰਦੇ ਹਾਂ ਦੋਨੇ ਜਿਹੜੇ ਆਪਾਂ, ਕਿਉਂਕਿ ਪ੍ਰੈਜੈਂਟਰ ਹਾਂ ਇੱਥੇ ਅੱਜ, ਇਸ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਹੋਪਫੁਲੀ 9 ਵਜੇ ਆਪਾਂ ਇਹ ਪ੍ਰੋਗਰਾਮ ਖਤਮ ਕਰ ਦੇਣਾ। ਕੋਸ਼ਿਸ਼ ਸਾਡੀ ਇਹ ਹੈ, ਉਸ ਤੋਂ ਜਿਹੜੀ ਪੋਸਟ ਆ ਉਹਨੂੰ ਅਸੀਂ ਉੱਥੋਂ ਚੱਕ ਦੇਣਾ। ਅਸੀਂ ਚਾਹੁੰਦੇ ਹਾਂ ਕਿ ਸੁਹਿਰਦ ਤਰੀਕੇ ਦੇ ਨਾਲ ਹੀ ਇਹਦੇ ਵਿੱਚ ਅਸੀਂ ਅੱਗੇ ਵਧੀਏ। ਜੇ ਅਸੀਂ ਇੱਕੋ ਜਗ੍ਹਾ ਦੇ ਉੱਤੇ ਗਰਾਰੀ ਅੜੀ ਰਹਿ ਗਈ ਜਿੱਦਾਂ ਪੰਜਾਬੀ ਦੀ ਅੜੀ ਰਹਿ ਜਾਂਦੀ ਕਈ ਵਾਰੀ, ਸੋ ਉਹਦੇ ਨਾਲ ਫਿਰ ਅੱਗੇ ਅਗਲੀ ਗੱਲ ਨਹੀਂ ਕੀਤੀ ਜਾ ਸਕਦੀ। ਅੱਗਿਓਂ ਜੇ ਅਸੀਂ ਉਹਨੂੰ ਪੋਜ਼ਿਟਿਵ ਰੱਖਣਾ ਆ ਤਾਂ ਅਸੀਂ ਇਹ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਵੀ ਅਸੀਂ 9 ਵਜੇ ਜਾਂ 9:10 ਤੇ ਜਿੱਦਾਂ ਆਪਾਂ ਆਪਣੀ ਗੱਲਬਾਤ ਖਤਮ ਕਰਦੇ ਹਾਂ ਆਪਾਂ ਜਿਹੜੀ ਪੋਸਟ ਆ ਉੱਥੋਂ ਡਿਲੀਟ ਕਰ ਦੇਣੀ ਆ। ਬਹੁਤ ਇੰਪੋਰਟੈਂਟ ਤੁਸੀਂ ਭਾਅ ਜੀ ਡਿਸਕਲੋਜ਼ਰ ਜਿਹੜਾ ਕੀਤਾ, ਤੇ ਇਨ ਟਰਮਸ ਆਫ ਜਿਵੇਂ ਅਸੀਂ ਸਾਰਿਆਂ ਨੂੰ ਦੱਸ ਕੇ ਹਟਿਆ ਕਿ ਇਹ ਟਾਕ ਬੈਕ ਕੈਰੀ ਆਨ ਰਹੇਗਾ, ਅਸੀਂ ਕਮਿਊਨਿਟੀ ਦੇ ਇਸ਼ੂਜ਼ ਹੈਡ ਆਨ ਜਿਹੜੇ ਆ ਐਕਸਪਲੋਇਟੇਸ਼ਨ ਦੇ ਵੀ ਕਾਫੀ ਚੀਜ਼ਾਂ ਆ ਗਈਆਂ। ਬਾਕੀ ਸਾਡੇ ਕੋਲ ਹੁਣ ਡੋਮੈਸਟਿਕ ਵਾਇਲੈਂਸ ਦਾ, ਭਾਅ ਜੀ ਡੋਮੈਸਟਿਕ ਵਾਇਲੈਂਸ ਦਾ, ਚਾਈਲਡ ਵਾਇਲੈਂਸ ਦਾ, ਚਾਈਲਡ ਅਬਿਊਜ਼ ਆ ਗਿਆ ਚਾਈਲਡ ਅਬਿਊਜ਼ ਦਾ ਦੇ ਵਿੱਚ। ਦੂਜੀ ਗੱਲ ਮੈਂ ਮਹਿਸੂਸ ਕਰਦਾ ਵੀ ਦੋ ਹੋਰ ਮਾਲਕ ਮਕਾਨਾਂ ਨੇ ਵੀ ਆਪਾਂ ਨੂੰ ਤਸਵੀਰਾਂ ਭੇਜੀਆਂ, ਜੇ ਸਾਡੀ ਇੰਟੈਂਸ਼ਨ ਰੋਂਗ ਹੁੰਦੀ ਅਸੀਂ ਉਹ ਦੋਨਾਂ ਮਾਲਕ ਮਕਾਨਾਂ ਦੀਆਂ ਤਸਵੀਰਾਂ ਵੀ ਨਾਲ ਦੀ ਨਾਲ ਹੀ ਹੋਰ ਸਿੱਟ ਦਿੰਦੇ। ਲੇਕਿਨ ਮੁੱਦਾ ਇਹ ਨਹੀਂ ਹੈ, ਮੁੱਦਾ ਇਹ ਹੈ ਕਿ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਇੰਟਰੋਡਿਊਸ ਕਰਾਉਣਾ ਪੈਂਦਾ। ਹਾਂ, ਇੰਟਰੋਡਿਊਸ ਕਰਾਉਣ ਲੱਗਿਆ ਉਹਦੇ ਵਿੱਚ ਸਲੀਕੇ ਦੇ ਵਿੱਚ ਕਿਤੇ ਨਾ ਕਿਤੇ ਅੱਗਾ ਪਿੱਛਾ ਹੋ ਸਕਦਾ, ਉਹ ਕੋਈ ਵੱਡੀ ਗੱਲ ਨਹੀਂ, ਉਹ ਕਿਸੇ ਵੱਲੋਂ ਵੀ ਹੋ ਸਕਦਾ। ਜੀ ਜੀ ਬਿਲਕੁਲ, ਅਤੇ ਆਪਾਂ ਸਾਰੇ ਇਨਸਾਨ ਹੈ ਜੀ, ਅਤੇ ਐਂਡ ਵੀ ਗਰੋ ਐਜ਼ ਅ ਕਮਿਊਨਿਟੀ। ਮੈਨੂੰ ਫਿਰ ਦੁਬਾਰਾ ਭਾਅ ਜੀ ਬੜੇ ਫਖਰ ਦੇ ਨਾਲ ਮੈਂ ਕਹਿ ਰਿਹਾ ਕਿ ਜਿੰਨੀ ਅੱਜ ਡਿਸਕਸ਼ਨ ਦੇ ਵਿੱਚ ਆਪਣੇ ਲਿਸਨਰਸ ਵੀ ਆ ਰਹੇ ਆ, ਅਤੇ ਇਹਦੇ ਨਾਲ ਇੱਕ ਗੱਲ ਜ਼ਰੂਰ ਹੈ, ਆਪਾਂ
कि अपनी कम्यूनिटी इस तरह दी डिस्कशन चाहती है। बिल्कुल जी। हाँ जी, तो इस दे नाल सीखने को बहुत कुछ मिलता है। बिल्कुल, सानू बहुत कुछ मिलिया। नहीं देखो, जिहड़े साडे फर्ज़ कर लो अंतरराष्ट्रीय विद्यार्थी भी जिहड़ी कैटेगरी दे विच आ रहे ने, नो डाउट इन्हां दीआं चुनौतियां बहुत ज़्यादा, लेकिन उन्हां चुनौतियां पिछे लुकियां संभावनावां नूं जे तुसीं सामभणा आ, अपना टाइम ते एनर्जी आपां नूं बड़े कैलकुलेटिव तरीके दे नाल अगे वधाउणी पैणी आ, तां कि वाइडर कम्यूनिटी दे विच जे कल नूं तुसीं अपना झंडा बुलंद करना, सानूं इह निक्की निक्की गल तों थोड़ा जिहा उत्ते उठना पैणा, समां पा के जिद्दां असीं सिख रहे हां इदां ही बाकी बंदे भी, चाहे किसी भी कैटागरी चाहे आ, कल्ले स्टूडेंट ही नहीं, उन्होंने भी इदां सिख सिख के अगे जवान होना पैणा, इस मुल्क दे हाणी बनना पैणा, चीज़ां नूं लिखण पक्खों लफ्ज़ां दा हेर फेर, मैं एक बार फिर उहदे उत्ते बेनती करूँगा कि वह लफ्ज़ां दा हेर फेर हैगा आ, ਉਹਦੇ ਵਿੱਚ ਜਿਹੜਾ ਅਸੀਂ ਅੱਗੇ ਤੋਂ ਹੋਰ ਵੀ ਖਿਆਲ ਦੇ ਨਾਲ ਹੋਰ ਵੀ ਚੰਗੇ ਤਰੀਕੇ ਨਾਲ ਉਹਨੂੰ ਹੈਂਡਲ ਕਰਾਂ। ਡਿਸਕਸ਼ਨ ਦਾ ਨਵਾਂ ਦੌਰ ਜੀ ਸ਼ੁਰੂ ਕੀਤਾ, ਮੈਂ ਕਲੀਅਰਲੀ ਦੱਸਾਂ ਇਸ ਦੇ ਵਿੱਚ ਤਾਂ ਕਿ ਚੰਗੀ, ਦੇਖੋ ਆਊਟਕਮ ਕਿੰਨੀ ਵਧੀਆ ਬਣੀ, ਮੈਨੂੰ ਇਹ ਬੜੀ ਖੁਸ਼ੀ ਮਹਿਸੂਸ ਹੋਈ ਕਿ ਆਪਾਂ ਇੱਕ ਕੋਆਪਰੇਸ਼ਨ ਵਾਲੇ ਪਾਸੇ ਇਸ ਦਾ ਜਿਹੜਾ ਅੰਜਾਮ ਸਾਰਾ ਦੇਖ ਰਹੇ ਹਾਂ। ਭਾਜੀ ਦਾ ਟੀਨੈਂਸੀ ਐਗਰੀਮੈਂਟ ਦੀ ਕਾਪੀ ਵੀ ਚੁੱਕੀ ਹੋਈ ਹੈ, ਭਾਜੀ ਦਾ ਪੂਰਾ ਪੱਟਾ ਮੈਨੂੰ ਦੇਖ ਲਾ ਗਿਆ। So, ਉਸਦੀ ਕਾਪੀ ਜਿਹੜੀ ਹੈ ਕੀ ਤੁਹਾਨੂੰ ਦੇਣੀ ਹੁੰਦੀ ਹੈ ਕਿਸੇ ਨੂੰ? ਨਹੀਂ ਜੀ, ਇੱਕ ਕਾਪੀ ਟੈਨੈਂਟ ਦੇ ਕੋਲ ਹੋ ਜਾਂਦੀ ਹੈ, ਇੱਕ ਲੈਂਡਲੋਰਡ ਕੋ ਹੋ ਜਾਂਦੀ ਹੈ ਜੀ, ਤੇ ਲੈਂਡਲੋਰਡ ਦੇ ਤੌਰ ਤੇ ਜੀ ਜੀ ਲੈਂਡਲੋਰਡ ਦੇ ਤੌਰ ਤੇ ਕਈ ਵਾਰ ਮੈਨੇਜਰ ਐਕਟ ਕਰ ਰਿਹਾ ਹੁੰਦਾ ਜੀ, ਤੇ ਉਹਨਾਂ ਦੇ ਕੋਲ ਕਈ ਵਾਰ ਰਹਿ ਜਾਂਦੀ ਹੈ ਜੀ। ਸਾਡੇ ਕਾਲਰ ਨੇ ਜੀ ਇੱਕ ਹੋਰ, ਆਪਾਂ ਉਹਨਾਂ ਨੂੰ ਲੈਣੇ, ਰੇਡੀਓ ਸਪਾਈਸ ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਪਣਾ ਸ਼ੁਭ ਨਾਮ? ਗਗਨਦੀਪ, ਰੇਡੀਓ ਸਪਾਈਸ ਤੇ ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ ਨੌਜਵਾਨ, ਜੀ ਗੱਲ ਦੇਖੇ ਵੀ ਤੁਸੀਂ ਕਿਸੇ ਹੋਰ ਪਲੈਨਟ ਤੇ ਰਹਿੰਦੇ ਲੱਗਦਾ, ਇਹ ਤਾਂ ਗੱਲ ਤਿੰਨ ਚਾਰ ਵਾਰ ਅਸੀਂ ਡਿਸਕਸ ਕਰ ਚੁੱਕੇ ਹਾਂ ਤੁਸੀਂ ਪ੍ਰੋਗਰਾਮ ਦੁਆਰਾ ਸੁਣ ਰਹੇ ਸੀ ਬਾਰ-ਬਾਰ, ਜਾਂ ਤਾਂ ਫਿਰ ਰਿਕਾਰਡ ਕਰਕੇ ਚਲਾ ਦਈਏ ਉਸ ਚੀਜ਼ ਨੂੰ, ਫੇਸਬੁੱਕ ਤੇ ਵੀ ਅਸੀਂ ਉਹੀ ਗੱਲ ਕਹਿ ਰਹੇ ਹਾਂ ਬਾਰ-ਬਾਰ, ਉਹ ਗੱਲ ਹੁਣ ਜੇ ਆਪਾਂ ਬਾਰ-ਬਾਰ ਕਰਾਂਗੇ ਆਪਾਂ ਆਪਣਾ ਤੇ ਦੂਜੇ ਸਾਰੇ ਬੰਦਿਆਂ ਦਾ ਸਮਾਂ ਖਰਾਬ ਕਰ ਰਹੇ ਹੋਵਾਂਗੇ। ਬਿਲਕੁਲ, ਸੋ ਆਈ ਥਿੰਕ ਇਹਦਾ ਜਵਾਬ ਨੈਚੁਰਲੀ ਆਪਾਂ ਦੇ ਚੁੱਕੇ ਹਾਂ, ਸੋ ਆਪਾਂ ਗਾਂ ਵਧੀਏ ਥੋੜਾ ਮੈਚੁਰਲੀ ਅਸੀਂ ਵੀ, ਤੇ ਜਿਹੜੀਆਂ ਟੌਪਿਕਸ ਆ ਉਸ ਵਾਲੇ ਪਾਸੇ ਨੂੰ ਜਿਹੜਾ ਤੁਰ ਰਿਹਾ। ਸੋ ਮੈਂ ਇੱਕ ਜਿਹੜਾ ਅਖੀਰ ਦੇ ਹੁਣ ਆਪਣੇ ਸਵਾਲ ਕੁਝ ਇੱਕ ਰਹਿ ਨੇ, ਲਾਸਟ 10 ਮਿੰਟ ਰਹਿ ਗਏ ਨੇ, ਸਾਡਾ ਬਹੁਤ ਦੂਰੋਂ ਆਇਆ ਬੁੱਕੀ ਕੋਈ ਤਾਂ। ਬਿਲਕੁਲ, ਸੋ ਮੈਂ ਭਾਜੀ ਜਿਹੜਾ ਸਵਾਲ ਇੱਕ ਲੈ ਕੇ ਕਿ ਹੁਣ ਲੇਬਰ ਦੀ ਸਰਕਾਰ ਹੈ, ਹਾਂਜੀ ਹਾਂਜੀ, ਪਿਛਲੇ 3 ਸਾਲ ਤੋਂ ਲੇਬਰ ਦੀ ਸਰਕਾਰ ਬਣੀ ਹੈ। ਬਿਲਕੁਲ, ਇਹ ਸਰਕਾਰ ਜਿਹੜੀ ਹੈ ਇਸ ਦੇ ਬਾਅਦ ਯੂਨੀਅਨ ਤੇ ਬਹੁਤ ਹੋਰ ਕਈ ਪੱਖ ਜਿਹੜੇ ਖੜੇ ਹੋਏ, ਸੋ ਇਸ ਨੂੰ ਚੱਲਦਿਆਂ ਖਾਸ ਕਰਕੇ ਜੇ ਤੁਸੀਂ ਦੇਖਦੇ ਆ ਤੇ ਆਪਣੇ ਅਸੀਂ ਹੋਲਡਰ ਦੇ ਉੱਤੇ ਪਾ ਦਿੱਤੇ ਇੱਕ ਜਿਹੜੇ ਲਿਸਨਰ ਨੇ ਤੁਹਾਡੀ ਜਿਹੜੇ ਇਸ ਜਵਾਬ ਦੇ ਬਾਅਦ ਚੋਂ, ਸੋ ਜਿਹੜੇ ਯੂਨੀਅਨ ਵਾਲੇ ਪਾਸੇ ਤੇ ਆਪਣੇ ਰਾਈਟਸ ਬਹੁਤ ਲੈਂਡਲੋਰਡ ਮਹਿਸੂਸ ਕਰ ਰਹੇ ਨੇ ਕਿ ਉਹ ਜ਼ਿਆਦਾ ਜਿਹੜਾ ਰੈਂਟ ਕਰਨ ਵਾਲਾ ਉਹਦੇ ਵੱਲ ਨੂੰ ਚਲੇ ਗਏ ਨੇ, ਤੇ ਅਸੀਂ ਪ੍ਰਾਪਰਟੀਆਂ ਜਿਹੜੀਆਂ ਇਹ ਰੱਖਣ ਦਾ ਹੁਣ ਕੁਛ ਨਹੀਂ ਹੈਗਾ, ਸਾਡਾ ਤਾਂ ਖਰਚਾ ਬਹੁਤ ਵੱਧ ਜਾਣਾ ਕੈਪੀਟਲ ਗੇਨ ਟੈਕਸ ਤੋਂ ਲੈ ਕੇ ਬਾਕੀ। ਤੁਸੀਂ ਕਿਉਂਕਿ ਇਹ ਬਹੁਤ ਵਾਰ ਹੁਣ ਡਿਸਕਸ ਹੁੰਦਾ ਸਾਡੀ ਕਮਿਊਨਿਟੀ ਦੇ ਵਿੱਚ, ਹਾਂਜੀ, ਤੇ ਆਉਂਦੀਆਂ ਇਲੈਕਸ਼ਨ ਦੇ ਵਿੱਚ ਲੱਗਦਾ ਕਿ ਲੇਬਰ ਫਿਰ ਦੁਬਾਰਾ ਜਿਹੜੀ ਨੈਚੁਰਲੀ ਵਜਾਰਤ ਵੱਲ ਤੁਰੀ ਜਾ ਰਹੀ ਹੈ। ਨਹੀਂ ਹੁਣ ਤੁਸੀਂ 70 ਮਕਾਨ ਰੱਖੀ ਕਰਦੇ ਆ, ਤੁਸੀਂ ਵੋਟ ਕਿਹਨੂੰ ਪਾਉਣੀ ਆ, ਤੁਹਾਡੇ ਹੱਕ ਕਿਹੜੀ ਭੁਗਤੂ? ਇਦਾਂ ਹੈਗਾ ਜੀ ਵੀ ਜੇ ਮੈਂ ਵੋਟ ਦੱਸ ਦਿੱਤਾ ਕਿਹਨੂੰ ਪਾਉਣੀ ਆ, ਤਾਂ ਫੇਰ ਕਹਿਣਾ ਵੀ ਵੋਟਾਂ ਦਾ ਪ੍ਰਚਾਰ ਕਰਨ ਆਇਆ ਜੀ, ਤੇ ਅਸੀਂ ਵੀ ਜਰਾਤ ਨਾਲ ਹੀ ਪੁੱਛਣਾ ਤੁਸੀਂ ਕਿਹੜਾ ਦੱਸਣਾ। ਹਾਂ, ਤੇ ਇਸ ਕਰਕੇ ਮੈਂ ਕਹਿ ਲਓ ਵੀ ਇਦਾਂ ਨਾ ਲੱਗੇ ਵੀ ਕਿਹਦਾ ਮੈਂ ਸਪੋਰਟਰ ਆ, ਪਰ ਤਾਂ ਵੈਸੇ ਆਪਾਂ ਉਦਾਂ ਚਲੋ ਮੈਂ ਸੀ ਦਿਲ ਲੱਗੀ ਗੱਲ ਵੱਖਰੀ ਆ, ਮੈਂ ਸੀਰੀਅਸਲੀ ਪੁੱਛ ਰਿਹਾ ਸੀ ਵੀ ਜਦੋਂ ਤੁਸੀਂ ਇਦਾਂ ਛੋਟੇ ਤੇ ਮੱਧਮ ਦਰਜੇ ਦੇ ਵਪਾਰੀ ਦੇ ਤੌਰ ਤੇ ਦੇਖ ਰਹੇ ਹੋ ਸਰਕਾਰ ਦੀ ਜਿਹੜੇ ਰਾਜਨੀਤਿਕ ਸਮੀਕਰਨ ਆ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਇਸ ਇਲੈਕਸ਼ਨ ਤੋਂ ਬਾਅਦ, ਕਿਉਂਕਿ COVID-19 ਦਾ ਪ੍ਰਭਾਵ ਨਜ਼ਰ ਆਉਣ ਲੱਗ ਪੈਣਾ, ਵੇਟ ਸਬਸਿਡੀ ਲੋਕਾਂ ਦੀ ਮੁੱਕ ਜਾਣੀ ਆ, ਬੇਰੁਜ਼ਗਾਰੀ ਦੀ ਦਰ ਲਗਭਗ 10% ਤੱਕ ਚਲੀ ਜਾਣੀ ਆ, ਓਵਰਆਲ ਜਿਹੜੀ ਪਿਕਚਰ ਹੈ ਨਿਊਜ਼ੀਲੈਂਡ ਦੀ ਆਰਥਿਕਤਾ ਨੂੰ ਲੈ ਕੇ, ਉਹਦੇ ਵਿੱਚ ਮਾਲਕ ਮਕਾਨ
की आस करता है, किड़ी पार्टी तो आस करता। देखो जी भी जी गल आप करते हैं भी जी लेबर दी पॉलिसियां रही लैंडलॉर्ड वास्ते बिल्कुल अगेंस्ट रही हैं। ओके। और ये एक दो पॉलिसियां दी गल नहीं हैगी जिहड़े लेबर दे साडे संपर्क दे विच हैगी आ। हाँ जी। हालांकि उन्हां दी पोजीशन बहुत स्ट्रोंग हैगी आ भी वह जित भी जाणगे हो सकदा पर सच्चाई तो सच्चाई है। सो ये इशू हैगा। हाँ भावें वह जितण चाहे हारन जिहड़ी असीं गल आ उन्हां ताईं ऐन दब के पहुंचा दी आ। 8 अगस्त नूं जेनी सलीसा ने आउणा जी शुक्रिया शुक्रिया भाजी। गरेवाल साहब मैं जानना चाहूंगा जे तुसी वो कैप्शन पाते तो किदां दी हुंदी ताकि गांह तुसी ख्याल रखिए। नहीं गरीबा साहब तुम सॉरी मैं थोड़ा कट रहा उ माफ करना मैं थोड़ा कट रहा उन्होंने क्लीयर किया मेरे ख्याल शायद तुम ना वो सुनिया नहीं उन्होंने कहा कि कोविड 19 आ गई सी सो 6 हफ्ते कर नहीं सके क्योंकि उदो तो ही उन्होंने कहा कि 29 तरीक सी मेरे ख्याल हाजी 29 मार्च उन्होंने कहा कि उदो तो रेंट भी बंद हो गया तो नैचुरली आप पता 6 हफ्ते आप घर तो बहुत नैचुरली जा नहीं सकते वो इस करके होया सी मैं कहा कि वो इतने है नहीं फिर ये फर्ज बनता साडा उस नूं क्लैरिफाई करना कैरी ऑन जी जी ये भी पॉइंट है जी। हाँ जी सो नैचुरली इस नूं लैके हुण तक उस तो 6 हफ्ते के बाद भी काफ़ी मेरे ख्याल टाइम गुजर गया सो थोड़ा इस तो लर्निंग दे पक्खों तुसी कह रहे हैं कि आपां जदों भी अपनी प्रॉपर्टीज़ कोई हैगियां आ उसी रेगुलर जिहड़ी इंस्पैक्शन है उसनू जिहड़ा लैंडलॉर्ड है वह कैरी ऑन रखे तो टाइम लैके मेरे ख्याल यही अपने अवतार भाजी भी पॉइंट इन्होंने किया वैलिड पॉइंट है भाजी थोड़ा कैरी ऑन इंस्पैक्शन करे जी जी असी ये पॉइंट नैचुरली भाजी हुणां नाल पर जे तुसी देखिया जावे आई थिंक कि उन्होंने हुण शायद तो टेनेंसी वो फिनिश हुई है सो मेरे ख्याल टाइम तकरीबन जे मार्च का एंड आप अप्रैल मई जून जुलाई काफी समा हाँ जी भी मेरे ख्याल 4 महीने का पै गया जी इस नूं जी जरूर जी ठीक है अवेलेबिलिटी भी चाहिए बिल्कुल सही है वो बिल्ट अप कर लेना तुसी रिश्ता हो जी नाले कई बारी इदा भी हो सकता अग्रेवाल भी जो मेनू महसूस होंदा ना कई बार ये होंदा कि जिदा हुण जिहड़े बंदे ने जिम्मेवारी लई आ एक किराएदार दे तौर ते वो कई बार वो हाथ भी इन्ना कंट्रोल रहिंदा नहीं फर्ज करो उत्थे आउण वाले लोग मेरे वर्गे शरारती बच्चे होण वो कई बार वो हाथ बस भी गेम रहिंदी नहीं जो मैं महसूस किया एक दो जगह जी
ਅਸੀਂ ਵੀ ਸਟੂਡੈਂਟ ਹੀ ਆਏ ਸੀ ਉਹ ਕੋਈ ਰੌਲਾ ਨਹੀਂ ਹੁੰਦਾ ਤੁਸੀਂ ਤੁਸੀਂ ਇਹ ਮਹਿਸੂਸ ਕੀਤਾ ਉਹਦੇ ਲਈ ਸਾਨੂੰ ਬਹੁਤ ਖੇਦ ਆ ਇੱਦਾਂ ਨਹੀਂ ਸੀ ਹੋਣਾ ਚਾਹੀਦਾ ਜੇ ਸਾਡੀ ਜਿਹੜੀ ਇੰਟੈਂਸ਼ਨ ਹੈ ਉਹ ਬਿਲਕੁਲ ਇੱਦਾਂ ਦੀ ਨਹੀਂ ਸੀ ਔਰ ਫਿਊਚਰ ਵਿੱਚ ਵੀ ਅਸੀਂ ਇਸ ਚੀਜ਼ ਦੀ ਤੁਹਾਨੂੰ ਤਸੱਲੀ ਦਵਾਉਂਦੇ ਹਾਂ ਯਕੀਨ ਦਵਾਉਂਦੇ ਹਾਂ ਕਿ ਇੱਦਾਂ ਦੀ ਕੋਈ ਗੱਲ ਜਿਹੜੀ ਆ ਉਹ ਸਾਡੇ ਵੱਲੋਂ ਨਹੀਂ ਹੋਏਗੀ ਸੋ ਗਰਵਾ ਸਾਹਿਬ ਮੈਂ ਇਹਦੇ ਉੱਤੇ ਫਿਨਿਸ਼ ਕਰਦਾ ਕਿ ਰੇਡੀਓ ਸਪਾਈਸ ਨੇ ਮਸਲੇ ਤੁਹਾਡੇ ਹੱਕ ਦੇ ਵਿੱਚ ਅਤੇ ਜੇ ਤੁਸੀਂ ਕੱਲ੍ਹ ਨੂੰ ਗਲਤੀ ਕਰਦੇ ਹੋ ਮੈਂ ਖੁੱਲ੍ਹ ਕੇ ਕਹਿ ਦਿੰਦਾ ਤੁਸੀਂ ਔਨ ਏਅਰ ਹੋ ਅਸੀਂ ਤੁਹਾਡੇ ਉੱਤੇ ਵੀ ਪ੍ਰੋਗਰਾਮ ਕਰਾਂਗੇ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਪਰ ਹਾਂਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਉਸ ਦੇ ਵਿੱਚ ਜਿਹੜੇ ਇਹ ਜਿਹੜੇ ਸਲੀਕੇ ਦੇ ਵਿੱਚ ਆਪਾਂ ਨਾਲ ਦੇ ਨਾਲ ਖਾਸ ਕਰਕੇ ਜਿਹੜੀਆਂ ਹੈਡਿੰਗਸ ਨੂੰ ਲੈ ਕੇ ਫੀਡਬੈਕ ਤੁਸੀਂ ਦਿੱਤੀ ਅਤੇ ਸੁਜੈਸ਼ਨਸ ਦਿੱਤੀਆਂ ਬਹੁਤ ਬਹੁਤ ਚੰਗਾ ਲੱਗਿਆ ਥੈਂਕ ਯੂ ਫੋਰ ਟੇਕਿੰਗ ਟਾਈਮ ਅਤੇ ਤੁਹਾਨੂੰ ਹੋਲਡ ਕਰਨ ਦੇ ਲਈ ਇੱਕ ਵਾਰੀ ਫਿਰ ਮਾਫੀ ਚਾਹੁੰਦੇ ਹਾਂ ਥੈਂਕ ਯੂ ਸ਼ੁਕਰੀਆ ਬੜੇ ਜੀ ਸੋ ਲਓ ਜੀ ਰੇਡੀਓ ਸਪਾਈਸ ਦੇ ਉੱਤੇ ਆਪਾਂ ਤਕਰੀਬਨ ਲਾਸਟ ਕੁਝ ਇੱਕ ਕਾਲਰ ਲਵਾਂਗੇ ਪਰ ਇਹ ਜਿਹੜਾ ਇੱਕ ਮਸਲਾ ਹੁਣੀ ਇਹਨਾਂ ਨੇ ਕੀਤਾ ਕੀ ਇਹ ਰਾਈਟ ਹੈ ਕਿ ਜੇ ਤੁਹਾਡਾ ਰਿਲੇਸ਼ਨਸ਼ਿਪ ਬਣ ਵੀ ਗਿਆ ਬਹੁਤ ਵਧੀਆ ਬਣ ਗਿਆ ਨਹੀਂ ਫਿਰ ਤੁਸੀਂ ਸੋਚਦੇ ਆ ਕਿ ਸਕਿਪ ਕਰਨਾ ਜਾਂ ਕਿ ਇਸ ਨੂੰ ਕੈਰੀ ਔਨ ਰੱਖਣਾ ਜਿਹੜਾ ਆ ਚਾਹੀਦਾ ਕਿ ਆਪਾਂ ਨੂੰ ਇਹ ਐਜ਼ ਆ ਕੈਜ਼ ਏ ਗੁੱਡਵਿਲ ਦੇ ਤੌਰ ਦੇ ਉੱਤੇ ਛੱਡ ਦੇਣਾ ਚਾਹੀਦਾ ਤੁਸੀਂ ਤਜਰਬੇ ਦੇ ਪੱਖੋਂ ਕੀ ਕਹੋਗੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਆਪਣੀ ਕਮਿਊਨਿਟੀ ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਆਪਣਾ ਭਾਈਵਾਲ ਆ ਆਪਾਂ ਕਰਦੇ ਆ ਸਾਰੇ ਕਰਦੇ ਆ ਸਾਡੇ ਪਿੰਡਾਂ ਦਾ ਮੁੰਡਾ ਆਪਾਂ ਕਈ ਵਾਰੀ ਤਾਂ ਸੋਚ ਲਈਦਾ ਜੀ ਜੀ ਬਿਲਕੁਲ ਹਾਂਜੀ ਜਿੰਨਾ ਚਿਰ ਤਾਂ ਜੀ ਸਾਰਾ ਕੁਝ ਵਧੀਆ ਚੱਲਦਾ ਰਹਿੰਦਾ ਉਹਨਾਂ ਚਿਰ ਭਾਈਚਾਰਾ ਚੱਲਦਾ ਰਹਿੰਦਾ ਜਿੱਦਣ ਕੋਈ ਪ੍ਰੋਬਲਮ ਆ ਗਈ ਜੀ ਤੇ ਉਹ ਸਾਰਾ ਕੁਝ ਫਿਰ ਖਤਮ ਹੋ ਜਾਂਦਾ ਪਹਿਲਾਂ ਸਿਸਟਮ ਜਿਹੜਾ ਇਨ ਪਲੇਸ ਨਹੀਂ ਰਿਹਾ ਹਾਂਜੀ ਹਾਂਜੀ ਤੇ ਇਸ ਕਰਕੇ ਹੈਗਾ ਦੂਸਰੀ ਇੱਕ ਜਿਹੜੀ ਜ਼ਿਆਦਾ ਜ਼ਰੂਰੀ ਮੈਂ ਗੱਲ ਦੱਸਣੀ ਚਾਹੁੰਦਾ ਵੀ ਜਿਹੜੀ ਤੁਸੀਂ ਇੰਸ਼ੋਰੈਂਸ ਕਰਾਈ ਵਾ ਜੀ ਜਿੱਦਣ ਕੋਈ ਕਲੇਮ ਹੋ ਗਿਆ ਉਹਨਾਂ ਨੇ ਤੁਹਾਡੇ ਕੋਲ ਸਾਲ ਦੀਆਂ ਇੰਸਪੈਕਸ਼ਨ ਰਿਪੋਰਟਾਂ ਮੰਗਣੀਆਂ ਜੀ ਤੇ ਜੇ ਤੁਹਾਡੇ ਕੋਲ ਹੈ ਨਹੀਂ ਤਾਂ ਉਹ ਕਲੇਮ ਤੁਹਾਨੂੰ ਮਿਲਣਾ ਨਹੀਂ ਅੱਛਾ ਜੀ ਜੋ ਮਰਜ਼ੀ ਕਰ ਲਓ ਤੁਸੀਂ ਆਪਣੀ ਫਰਜ਼ ਦੀ ਅਦਾਇਗੀ ਨਹੀਂ ਕੀਤੀ ਇੰਸਪੈਕਸ਼ਨ ਕਰਦੇ ਪੱਖੋਂ ਤੇ ਉਹਦੇ ਵਿੱਚ ਨੰਬਰ ਆਫ ਆਈਟਮਸ ਹੈਗੀਆਂ ਜਿਹੜੀਆਂ ਤੁਹਾਨੂੰ ਕਰਨੀਆਂ ਪੈਂਦੀਆਂ ਉਹ ਕਲੇਮ ਲੈਣ ਵਾਸਤੇ ਬੜੀ ਇੰਟਰਸਟਿੰਗ ਵੈਰੀ ਟੈਕਨੀਕਲ ਪੁਆਇੰਟ ਐਕਚੁਅਲੀ ਤੇ ਉਹ ਐਕਚੁਅਲੀ ਇਕੱਲੀਆਂ ਇੰਸਪੈਕਸ਼ਨ ਰਿਪੋਰਟਾਂ ਨਹੀਂ ਉਹ ਰੈਂਟ ਦਾ ਰਿਕਾਰਡ ਵੀ ਦੇਖਦੇ ਆ ਜੀ ਤੇ ਜਿਸ ਵੇਲੇ ਰੈਂਟ ਰਿਕਾਰਡ ਮਤਲਬ ਕਿਸੇ ਨੇ ਰੈਂਟ ਨਹੀਂ ਦਿੱਤਾ ਉਹਦੇ ਪ੍ਰਤੀ ਤੁਸੀਂ ਕਿਹੜੇ ਸਟੈਪਸ ਲਏ ਹੈਗੇ ਆ ਜਾਂ ਤੁਸੀਂ ਇਨ ਟੱਚ ਹੋਏ ਈਮੇਲ ਕੀਤੀ ਮੈਸੇਜ ਭੇਜਿਆ ਮੇਰਾ ਸਵਾਲ ਸੀਗਾ ਇਸ ਨੂੰ ਹੀ ਲੈ ਕੇ ਆਪਾਂ ਕਾਲਰ ਕੋਲ ਚੱਲਣਾ ਨਹੀਂ ਸਦਾ ਕੀ ਇਸ ਦੇ ਵਿੱਚ ਜਦੋਂ ਇੰਸਪੈਕਸ਼ਨ ਤੁਸੀਂ ਕਰ ਜਾਂਦੇ ਉਹਨਾਂ ਦੇ ਸਿਗਨੇਚਰ ਵੀ ਕਰਵਾਉਣੇ ਨੇ ਜੇ ਜਦੋਂ ਜਿਹੜੇ ਤੁਹਾਡੀ ਪ੍ਰੋਪਰਟੀ ਰੈਂਟ ਕਰ ਰਹੇ ਨੇ ਜੀ ਨਹੀਂ ਉਹ ਕੋਈ ਜ਼ਰੂਰੀ ਨਹੀਂ ਹੈਗਾ ਕਈ ਵਾਰ ਜਿਹੜੇ ਰੈਂਟ ਕਰ ਰਹੇ ਉੱਥੇ ਪ੍ਰੋਪਰਟੀ ਦੇ ਹੁੰਦੇ ਹੀ ਨਹੀਂ ਇੰਸਪੈਕਸ਼ਨ ਉੱਦਾਂ ਵੀ ਹੋ ਸਕਦਾ ਹਾਂਜੀ ਹਾਂਜੀ ਠੀਕ ਹੈ ਰੇਡੀਓ ਸਪਾਈਸ ਉੱਤੇ ਸਵਾਗਤ ਹੈ ਜੀ ਜੀ ਆਇਆਂ ਨੂੰ ਸਾਡੇ ਤੁਸੀਂ ਔਨ ਏਅਰ ਹੋ ਜੀ ਸਤਿ ਸ਼੍ਰੀ ਅਕਾਲ ਸਰਾ ਸਾਹਿਬ ਰੇਡੀਓ ਸਪਾਈਸ ਉੱਤੇ ਸਵਾਗਤ ਹੈ ਜੀ ਤੁਸੀਂ ਮੇਰੇ ਖਿਆਲ ਸ਼ਾਇਦ ਰੇਡੀਓ ਦੇ ਅੱਜ ਦੇ ਟਾਕ ਬੈਕ ਦੇ ਇੰਟਰਸਟਿੰਗ ਦੇ ਲਾਸਟ ਕਾਲਰ ਹੋਣੇ ਆ ਜੀ ਆਇਆਂ ਨੂੰ ਥੈਂਕ ਯੂ ਫੋਰ ਹੋਲਡਿੰਗ ਜੀ ਸ਼ੁਕਰੀਆ ਥੈਂਕ ਯੂ ਜੀ ਅਤੇ ਵੱਡੇ ਵੀਰ ਆਪਣੇ ਆਉਂਦੇ ਸਮੇਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹਰ ਹਫ਼ਤੇ ਟੋਪਿਕ ਲੈ ਕੇ ਆਉਣਾ ਸੋ ਅਗਲੇ ਹਫ਼ਤੇ ਦਾ ਬੜਾ ਇੰਟਰਸਟਿੰਗ ਟੋਪਿਕ ਹੁਣੀ ਦੱਸ ਦਈਏ ਭਾਅ ਜੀ ਜਿਹੜਾ ਸੋ ਐਕਸਪਲੋਇਟੇਸ਼ਨ ਜਿਹੜੇ ਇੰਪਲੋਈਜ਼ ਦੇ ਪੱਖੋਂ ਆ ਜੀ ਉਹ ਰੱਖਾਂਗੇ ਅਤੇ ਪਰਿਵਾਰ 'ਚ ਸਾਰੇ ਸੁਣ ਰਹੇ ਸਾਡੀ ਇਹੀ ਕੋਸ਼ਿਸ਼ ਰਹਿੰਦੀ ਆ ਕਿ ਪਰਿਵਾਰ ਦੇ ਵਿੱਚ ਬੈਠ ਕੇ ਹਰ ਜੀ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਕਿਉਂਕਿ ਆਪਾਂ ਹੁਣ ਉਸ ਸਟੇਜ ਦੇ ਵਿੱਚ ਪਹੁੰਚ ਚੁੱਕੇ ਹਾਂ ਕਿ ਜਿੱਥੇ ਗਾਣੇ ਸੁਣ ਲਿਆ ਜਿੰਨੇ ਸੁਣਨੇ ਸੀ ਆਪਾਂ ਠੀਕ ਹੈ ਜੀ ਸੁਣੀ ਜਾਂਦੇ ਹਾਂ ਹੁਣ ਆਪਾਂ ਗੱਲਾਂ ਕਰਕੇ ਇੱਕ ਦੂਜੇ ਤੋਂ ਸਿੱਖੀਏ ਤੇ ਗਾਂਹ ਵਧੀਏ ਜਿੱਥੇ ਕਿ ਕਮਿਊਨਿਟੀ ਨੇ ਗਰੋ ਕਰਨਾ ਉਸ ਵੱਲ ਨੂੰ ਆਪਾਂ ਤੁਰੀਏ ਵੈਸੇ ਵੀ ਪਰਮਿੰਦਰ ਵੀਰ ਮੇਰਾ ਇਹ ਮੰਨਣਾ ਜਿੱਦਾਂ ਹੁਣ ਜਿਹੜੇ ਬੰਦੇ ਅਵਤਾਰ ਭਾਈ ਵਰਗੇ ਪੁਰਾਣੇ ਆ ਜਿਹਨਾਂ ਨੂੰ ਇੱਕ ਕਾਰਜ ਖੇਤਰ ਦੇ ਵਿੱਚ ਜਿਹੜੇ ਮਾਹਰ ਹੋ ਗਏ ਆਪਾਂ ਇਹਨਾਂ ਤੋਂ ਯਾਰ ਇਹਨੀ ਜੋ ਸਿੱਖਿਆ ਆ ਉਹ ਹੂ ਬਹੂ ਇੱਦਾਂ ਇਹਨਾਂ ਦੀ ਨੌਲੇਜ ਸਾਡੇ ਤੱਕ ਜੇ ਆ ਗਈ ਕੱਲ੍ਹ ਨੂੰ ਰੱਬ ਸੁੱਖ ਰੱਖੇ ਜਿੱਦਣ ਅਸੀਂ ਇਸ ਕਾਬਲ ਹੋ ਗਏ ਵੀ ਅਸੀਂ ਪ੍ਰੋਪਰਟੀ ਇਨਵੈਸਟਮੈਂਟ ਜਾਂ ਕਮਰਸ਼ੀਅਲ ਪ੍ਰੋਪਰਟੀ 'ਚ ਇਨਵੈਸਟ ਕਰਕੇ ਆਪਣੇ ਪਰਿਵਾਰ ਨੂੰ ਥੋੜ੍ਹੇ ਜਿਹੇ ਸੌਖੇ ਦਿਨ ਦਿਖਾ ਸਕੀਏ ਉਹਦੇ ਲਈ ਸਾਨੂੰ ਫ੍ਰੀ 'ਚ ਨੌਲੇਜ ਦੇਈ ਜਾਂਦਾ ਬੰਦਾ ਬੁੱਕੀ ਕੋਈ ਤੋਂ ਆ ਕੇ ਆਪਾਂ ਬਹੁਤ ਨਹੀਂ ਕਰਦੇ ਜੀ ਜੀ
ਮੈਨੂੰ ਫਖਰ ਇਹ ਮਹਿਸੂਸ ਹੁੰਦਾ ਕਹਿੰਦੇ ਕਿ ਵੀ ਸਾਡੇ ਵਾਂਗੂ ਜ਼ਿਮੀਦਾਰਾਂ ਦੇ ਸਿੱਧੇ ਸਾਦੇ ਪੁੱਤ ਨੇ ਜਿਹੜੇ ਇੱਥੇ ਤੱਕ ਪਹੁੰਚੇ ਨੇ ਸੋ ਸਾਡਾ ਇਹਨਾਂ ਦੇ ਨਾਲ ਹੋਰ ਵੀ ਪਿਆਰ ਜਿਹੜਾ ਵੱਧ ਜਾਂਦਾ ਅਤੇ ਸਾਡਾ ਸਾਰਾ ਪਰਿਵਾਰ ਜੀ ਜਿਹੜਾ ਸੁਣ ਰਿਹਾ ਸਰਾਪੁਰ ਆ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਥੈਂਕ ਯੂ ਫੋਰ ਲਿਸਨਿੰਗ ਬੜੇ ਵੀਰ ਸ਼ੁਕਰੀਆ ਜੀ ਸ਼ੁਕਰੀਆ ਸੋ ਮੈਂ ਕਹਿੰਦਾ ਸ਼ਾਇਦ ਆਪਾਂ ਨੂੰ ਇੱਕ ਪ੍ਰੋਗਰਾਮ ਹੋਰ ਕਰਨਾ ਪਵੇ ਇਸ ਨੂੰ ਲੈ ਕੇ ਅਵਤਾਰ ਸਿੰਘ ਜੀ ਇਹਦੇ ਵਿੱਚ ਦੇਖੋ ਦੋ ਤਿੰਨ ਚੀਜ਼ਾਂ ਹੋ ਰਿਹਾ ਜਿਵੇਂ ਜਿਹੜੀ ਪਹਿਲਾਂ ਪ੍ਰੋਮਿਸ ਸੀਗਾ ਨਾ ਮੇਰਾ ਅਵਤਾਰ ਭਾਅ ਜੀ ਰੀਸ਼ਲੀ ਅਸੀਂ ਇਨ ਟੱਚ ਹੋਏ ਹਾਂ ਜੀ ਘਰਾਂ ਦੇ ਵਿੱਚ ਆਪਾਂ ਸਿਹਤਮੰਦ ਤਰੀਕੇ ਨਾਲ ਰਹਿਣਾ ਕਿਵੇਂ ਆ ਜੀ ਹੁਣ ਕੋਵਿਡ-19 ਦੇ ਵਿੱਚ ਮੈਂਟਲ ਹੈਲਥ ਇਸ਼ੂਜ਼ ਕਾਫੀ ਆ ਰਹੇ ਜੀ ਘਰਾਂ ਦੇ ਵਿੱਚ ਜਿਹੜੀ ਬੇਚੈਨੀ ਆ ਜਿਹੜੀ ਫਰਸਟ੍ਰੇਸ਼ਨ ਆ ਉਹ ਬਹੁਤ ਵੱਧ ਰਹੀ ਆ ਪਰਿਵਾਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਸਾਡੇ ਭੈਣਾਂ ਭਰਾ ਜਿਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਜਿਨ੍ਹਾਂ ਦੇ ਕੰਮ ਕਾਜੀ ਘੰਟੇ ਵਰਕਿੰਗ ਆਵਰਸ ਜਿਹੜੇ ਆ ਉਹ ਘਟਾ ਦਿੱਤੇ ਗਏ ਆ ਜਿਹਨੂੰ ਲੈ ਕੇ ਓਬਵੀਅਸਲੀ ਘਰਾਂ ਦੇ ਵਿੱਚੋਂ ਜਿਹੜੀ ਮੋਰਗੇਜ ਹੋਲੀਡੇ ਆ ਉਹ ਹਲੇ ਵਧਣ ਦਾ ਐਲਾਨ ਨਹੀਂ ਕੀਤਾ ਗਿਆ ਸੋ ਪ੍ਰੈਸ਼ਰ ਜਿਹੜਾ ਉਹ ਦਬਾਓ ਜਿਹੜਾ ਉਹ ਪ੍ਰਵਾਸੀ ਪਰਿਵਾਰਾਂ ਦੇ ਉੱਤੇ ਆਫਕੋਰਸ ਹੈਗਾ ਆ ਅਤੇ ਕਿਤੇ ਨਾ ਕਿਤੇ ਉਸ ਪ੍ਰੈਸ਼ਰ ਦੇ ਵਿੱਚੋਂ ਮਾਲਕ ਮਕਾਨ ਅਤੇ ਕਿਰਾਏਦਾਰ ਉਹ ਵੀ ਹੁਣ ਉਸੇ ਸੁਸਾਇਟੀ ਦਾ ਹਿੱਸਾ ਹੈ ਬਿਲਕੁਲ ਉਹ ਗੁਜ਼ਰ ਰਹੇ ਆ ਮੇਰਾ ਖਿਆਲ ਆ ਇਹਦੇ 'ਤੇ ਹੋਰ ਵੀ ਬਰੀਕ ਡਿਸਕਸ਼ਨ ਹੋਣੀ ਚਾਹੀਦੀ ਆ ਤਾਂ ਕਿ ਅਸੀਂ ਸਾਰੇ ਪੋਜ਼ਿਟਿਵ ਰਹਿ ਸਕੀਏ ਜਿਵੇਂ ਅਕਸਰ ਤੁਸੀਂ ਗੱਲ ਕਰਦੇ ਹੋ ਪੰਜਾਬੀਅਤ ਕਿਹੜੀ ਆ ਉਹ ਚੜ੍ਹਦੀ ਕਲਾ ਦੀ ਪ੍ਰਤੀਕ ਆ ਕੋਵਿਡ-19 ਨੇ ਸਾਰੀ ਦੁਨੀਆ ਦੇ ਉੱਤੇ ਬਿਪਤਾ ਵਾਲਾ ਮਾਹੌਲ ਪੈਦਾ ਕੀਤਾ ਪਰ ਮੈਂ ਸਟਰੋਂਗਲੀ ਮੰਨਦਾ ਕਿ ਸਾਨੂੰ ਜਿਹੜੇ ਸੁਨਹਿਰੇ ਸਿਧਾਂਤ ਸਾਡੇ ਗੁਰੂ ਸਾਹਿਬਾਂ ਨੇ ਬਖਸ਼ੇ ਸਾਡੇ ਮਹਾਂਪੁਰਖਾਂ ਨੇ ਬਖਸ਼ੇ ਅਸੀਂ ਉਹਨਾਂ ਦੀ ਅੱਖਰਾਂ ਦੀ ਲੋਹ ਦੇ ਵਿੱਚ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਧਰਤੀ ਨੂੰ ਹੋਰ ਜਿਉਣ ਜੋਗੀ ਬਣਾ ਕੇ ਜਾ ਸਕਦੇ ਹਾਂ ਬਸ਼ਰਤੇ ਕਿ ਹਰੇਕ ਕਾਰਜ ਖੇਤਰ ਦੇ ਵਿੱਚ ਜਿਹੜੇ ਜਿਹੜੇ ਲੋਕ ਵੀ ਸਰਗਰਮ ਆ ਕੋਈ ਪੁਲਿਸ ਦੇ ਵਿੱਚ ਆ ਕੋਈ ਆਰਮੀ ਦੇ ਵਿੱਚ ਆ ਉਹ ਗਾਈਡਲਾਈਨਸ ਅੱਗੇ ਆਪਣੀ ਸੁਸਾਇਟੀ ਨੂੰ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਉਹ ਵਲੰਟੀਅਰਲੀ ਗਾਈਡਲਾਈਨਸ ਦੇਵੇ ਉਹ ਦੱਸੇ ਕਿ ਨੈਕਸਟ ਜਿਹੜਾ ਸਾਡਾ ਨੌਜਵਾਨ ਆ ਜੇ ਉਹ ਇਸ ਖੇਤਰ 'ਚ ਆ ਰਿਹਾ ਤਾਂ ਉਹ ਪੁਲਿਸ 'ਚ ਸੌਖਾ ਭਰਤੀ ਹੋ ਜਾਊਗਾ ਜੋ ਇਸ ਖੇਤਰ ਦੇ ਵਿੱਚ ਪੜ੍ਹ ਕੇ ਆ ਰਿਹਾ ਤਾਂ ਜਲਦੀ ਨਾਲ ਸ਼ੈਫ ਬਣ ਜਾਊਗਾ ਤਾਂ ਕਿ ਉਹਦਾ ਪਾਥਵੇ ਟੂ ਰੈਜੀਡੈਂਸੀ ਜਿਹੜਾ ਆ ਉਹ ਯਕੀਨੀ ਹੋ ਜਾਏ ਭਾਵੇਂ ਕਿ ਸਰਕਾਰਾਂ ਨੇ ਅੜਿੱਕੇ ਬਹੁਤ ਡਾਏ ਆ ਔਰ ਡਾਉਣੇ ਵੀ ਆ ਅੰਕਲ ਪੀਟਰ ਸਾਰੇ ਨੇ ਲੇਕਿਨ ਇਹ ਆ ਕਿ ਉਹ ਇੱਕ ਨਾ ਸ਼ੇਰ ਆ ਉਰਦੂ ਦਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਵੈਸੇ ਮੈਂ ਗੁਸਤਾਖੀ ਕਰ ਰਿਹਾ ਉਰਦੂ ਦੇ ਵਿੱਚ ਸ਼ੇਰ ਮੈਂ ਕਹਿੰਦਾ ਨਹੀਂ ਹੁੰਦਾ ਪੰਜਾਬੀ 'ਚ ਕਹਿੰਦਾ ਹੁੰਦਾ ਉਹ ਕਹਿੰਦਾ ਵੀ ਹੈ ਅਗਰ ਜ਼ਿੱਦ ਤੁਮੇ ਹਮੀ ਪੇ ਬਿਜਲੀਆਂ ਗਿਰਾਨੇ ਕੀ ਹਮੇ ਵੀ ਜ਼ਿੱਦ ਹੈ ਯਹੀ ਪੇ ਆਸ਼ੀਆਂ ਬਣਾਨੇ ਕੀ ਸਾਡੀ ਤਾਂ ਲੜਾਈ ਵੱਡੇ ਕੈਨਵਸ ਤੇ ਵਿਨਸਨ ਪੀਟਰਸ ਵਰਗੇ ਸ਼ੇਨ ਜੋਨਸ ਵਰਗੇ ਜਿਹੜੇ ਮੂੰਹ ਫੱਟ ਬੰਦੇ ਉਹਨਾਂ ਦੇ ਨਾਲ ਆ ਜੇ ਅਸੀਂ ਉਲਝ ਕੇ ਰਹਿ ਗਏ ਜੇ ਅਸੀਂ ਆਪਣੀ ਐਨਰਜੀ ਤੇ ਟਾਈਮ ਇਹਦੇ ਵਿੱਚ ਵੇਸਟ ਕੀਤਾ ਅਸੀਂ ਵੱਡੇ ਕੈਨਵਸ ਤੇ ਜ਼ਿੰਦਗੀ ਨੂੰ ਮਾਣ ਨਹੀਂ ਸਕਦੇ ਬਿਲਕੁਲ ਮੈਂ ਭਾਅ ਜੀ ਆਪਣੇ ਪਰਿਵਾਰ ਦੀ ਜ਼ਿੰਦਗੀ ਦੇ ਤਜਰਬੇ ਦੇ ਪੱਖੋਂ ਇੱਕ ਗੱਲ ਕਹਿਣਾ ਚਾਹਾਂਗਾ ਮਸੀਹ ਤਾਂ ਸਾਡੀ ਕਮਿਊਨਿਟੀ ਇੱਥੇ ਆਈ ਆ ਗੋਰਿਆਂ ਨੇ ਸਾਨੂੰ ਤੰਗ ਕਰਨਾ ਸ਼ੁਰੂ ਕੀਤਾ 1920 ਦੇ ਵਿੱਚ ਪੜਦਾਦਾ ਹੀ ਹੋਣਾ ਜਾ ਕੇ ਉੱਥੇ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਜਦੋਂ ਜਦ ਇਹਨਾਂ ਨਾਲ ਲੈਣੀ ਆ ਰੰਗ ਤੇ ਉਹਨਾਂ ਦੀ ਬੈਕਗ੍ਰਾਉਂਡ ਨੂੰ ਲੈ ਕੇ ਕਿਸੇ ਵੀ ਬ੍ਰਿਟਿਸ਼ ਸਬਜੈਕਟ ਨੂੰ ਹਾਂਜੀ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਵੈਸੇ ਵੀ ਜ਼ਮੀਨ ਦੀ ਮਲਕੀਅਤ ਨੂੰ ਲੈ ਕੇ ਲੰਬਾ ਸੰਘਰਸ਼ ਕਰਨਾ ਪਿਆ ਆਪਾਂ ਜਿਹੜੇ ਪੁਰਾਣੇ ਵੀ ਬੰਦੇ ਆ ਉਹਨਾਂ ਕੋਲ ਵਿਚਾਰਿਆਂ ਕੋਲ ਰਿਸੋਰਸਿਸ ਵੀ ਲਿਮਿਟਿਡ ਹੀ ਸੀਗੇ ਪੜ੍ਹਾਈ ਪੱਖੋਂ ਜਾਂ ਬਾਕੀ ਇੰਟਰਨੈਟ ਦੀਆਂ ਜਾਂ ਗੱਡੀਆਂ ਦੀਆਂ ਸਹੂਲਤਾਂ ਇਹ ਤਾਂ ਹੁਣ ਸਾਡੇ ਕੋਲ ਪਗਡੰਡੀਆਂ ਨਹੀਂ ਬਣਾਈਆਂ ਸੀ ਤਾਂ ਅਸੀਂ ਸੜਕਾਂ ਤੇ ਗੱਡੀਆਂ ਭਜਾਉਣ ਜੋਗੇ ਬਿਲਕੁਲ ਤੇ ਚੱਲਦਿਆਂ ਚੱਲਦਿਆਂ ਕਮਿਊਨਿਟੀ ਬਹੁਤ ਛੋਟੀ 1960 ਦੇ ਬਾਅਦ ਚੋਂ ਜ਼ਰੂਰ ਵਧੀ ਆ ਭਾਜੀ ਵਾਧੀ ਵਾਧੀ ਆਪਾਂ ਅੱਜ ਮੈਨੂੰ ਇਹ ਕਹਿੰਦਿਆਂ ਦਿਲੋਂ ਸਭ ਤੋਂ ਵੱਧ ਖੁਸ਼ੀ ਹੁੰਦੀ ਆ ਕਿ ਸਾਡੇ ਬੁਲਟ ਜਿਹੜੇ ਇੰਡੀਆ ਦੀ ਸ਼ਾਨ ਆ ਪੱਗ ਬੰਨ ਕੇ ਪੈਪਟ ਵਿੱਚ ਘੁੰਮਦੇ ਆ ਇੱਕ ਕਹਿੰਦੇ ਹੁੰਦੇ ਨਾ ਇੰਨਾ ਲੰਬਾ ਸਮਾਂ ਇਸ ਮੁਲਕ 'ਚ ਰਹਿੰਦਿਆਂ ਦੀ ਜਿਹੜੀ ਮੇਰੀ ਅੱਖ ਮੈਨੂੰ ਇੰਨੀ ਖੁਸ਼ੀ ਦਿੰਦੀ ਹੈ ਪੱਲ ਇਹ ਆਪਾਂ ਇੱਥੇ ਵਧਾਉਣਾ ਘਟਾਉਣਾ ਨਹੀਂ ਜਿਹੜੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਠੀਕ ਆ ਜੀ ਇੱਕ ਗੱਲ ਮੋਟੀ ਮੋਟੀ ਕਰੀਏ ਉਸ ਪੱਖੋਂ ਸਾਨੂੰ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਜੀ ਤੇ ਨਾਲ ਦੇ ਨਾਲ ਆਪਣੇ ਭਾਈਚਾਰੇ ਨੂੰ ਇੱਕ ਦੂਜੇ ਦੀ ਮਦਦ ਕਰਨ ਦੇ ਪੱਖੋਂ ਠੀਕ ਆ ਜੀ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਉਸ ਦੇ ਵਿੱਚ ਸਾਡੇ ਤੋਂ ਗਲਤੀਆਂ ਚੱਲਦਿਆਂ ਜਿਹੜੀਆਂ ਹੁੰਦੀਆਂ ਅਸੀਂ ਅਕਸੈਪਟ ਕਰਦੇ ਹੋਏ ਇਸ ਨੂੰ ਇੱਧਰ ਨੂੰ ਲੈ ਕੇ ਜਾਣਾ ਜੀ ਬੈਟਰ ਸਮਾਜ ਵੱਲ ਪਿਛਲੇ ਦੋ ਤਿੰਨ ਦਿਨਾਂ 'ਚ ਮੇਰੀ ਕਾਫੀ ਚਰਚਾ ਹੋਈ ਕਮਿਊਨਿਟੀ ਦੇ ਵਿੱਚ ਸਾਰੀ ਜਿਹੜੇ ਅਲੱਗ ਅਲੱਗ ਵਰਗਾਂ ਦੇ ਲੋਕ ਅਲੱਗ ਅਲੱਗ ਉਮਰਾਂ ਦੇ ਅਲੱਗ ਅਲੱਗ ਕਾਰਜਾਂ ਦੇ ਵਿੱਚ ਜਿਹੜੇ ਸਰਗਰਮ ਨੇ ਉਹਨਾਂ ਦੇ ਨਾਲ ਵੀ ਜਦੋਂ ਗੱਲਬਾਤ ਚੱਲਦੀ ਸੀ ਮੈਨੂੰ ਇਹ ਕਿਹਾ ਮੈਂ ਕਿਹਾ ਇਸ ਵੇਲੇ ਸਾਨੂੰ ਆਪਣੀ ਵਾਰਤਾਲਾਪ ਜਿਹੜੀ ਆ ਉਹ ਵਾਈਡਰ ਕਮਿਊਨਿਟੀ ਦੇ ਵਿੱਚ ਡਾਇਲੋਗ ਓਪਨ ਕਰਨਾ ਪੈਣਾ ਜਦੋਂ ਤੁਸੀਂ ਰਿਲੀਜੀਅਸ ਆਰਟੀਕਲਸ ਦੇ ਉੱਤੇ ਨੇਸ਼ਨ ਵਾਈਡ ਪਾਲਿਸੀ ਦੀ ਗੱਲ ਕਰਦੇ ਹਾਂ ਸਕੂਲਾਂ ਕਾਲਜਾਂ ਦੇ ਵਿੱਚ ਸਾਡੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ
ਤੁਸੀਂ ਸੁਣ ਰਹੇ ਸੀ ਜਦੋਂ ਤੁਸੀਂ ਅੰਦਰ ਆਏ ਸਟੂਡੀਓ ਦੇ, ਮੇਰੀ ਇੱਕ ਬੈਪਟਾਈਜ਼ਡ ਅਮਰਧਾਰੀ ਸਿੰਘ ਦੇ ਨਾਲ ਗੱਲ ਹੋ ਰਹੀ ਸੀ ਜੀ। ਕੋਈ ਇਸ਼ੂ ਆ ਗਿਆ ਉਹਨੂੰ ਲੈ ਕੇ ਆਪਾਂ ਜਿੰਨੀ ਦੇਰ ਖਤੋ ਖਤਾਬਤ ਵਧੀਆ ਸਲੀਕੇ ਨਾਲ ਨਹੀਂ ਕਰਾਂਗੇ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕਣੀ, ਉਹਨਾਂ ਲਈ ਵੀ ਇਹ ਪਹਿਲਾ ਐਕਸਪੀਰੀਅੰਸ ਆ। ਵਰਕਿੰਗ ਜਿਹੜੇ ਤੁਹਾਡੇ ਕੰਮ ਕਾਜੀ ਥਾਂ ਆ ਉੱਥੇ ਤੁਹਾਡੇ ਧਾਰਮਿਕ ਵਿਸ਼ਵਾਸਾਂ ਨੂੰ ਲੈ ਕੇ, ਤੁਹਾਡੇ ਕਕਾਰਾਂ ਨੂੰ ਲੈ ਕੇ, ਤੁਹਾਡੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ, ਈਵਨ ਕਿ ਸਕੂਲਾਂ ਤੇ ਕਾਲਜਾਂ ਵਿੱਚ ਵੀ ਹਾਲੇ ਤੱਕ ਨੇਸ਼ਨ ਵਾਈਡ ਕੋਈ ਇੱਕ ਪਾਲਿਸੀ ਨਹੀਂ ਹੈਗੀ। ਉਹਦੇ ਲਈ ਸਾਡਾ ਸੰਘਰਸ਼ ਜਿਹੜਾ ਉਹ ਜਾਰੀ ਹੋਣਾ ਚਾਹੀਦਾ ਆ। ਉਹ ਸੰਘਰਸ਼ ਏਦਾਂ ਨਹੀਂ ਹੈਗਾ ਵੀ ਅਸੀਂ ਲਾਲਾ ਲਾਲਾ ਕਰਾਉਣੀ ਆ, ਉਹਦੇ ਲਈ ਤਰੀਕੇ ਸਲੀਕੇ ਜਿਹੜੇ ਆ ਉਹ ਮਨਭੀਨੇ ਹੋਣੇ ਚਾਹੀਦੇ ਆ। ਮੈਨੂੰ ਪੂਰਾ ਯਕੀਨ ਆ ਜੇ 1920 ਦੇ ਵਿੱਚ ਸੈਂਟਰਲ ਇੰਡੀਅਨ ਐਸੋਸੀਏਸ਼ਨ ਬਣ ਕੇ ਸਰਕਾਰਾਂ ਦੇ ਨਾਲ ਅੰਗਰੇਜ਼ੀ ਦੇ ਵਿੱਚ ਗੱਲਾਂ ਬਾਤਾਂ ਕਰਕੇ ਜੱਜ ਆਨੰਦ ਸਤਿਆਨੰਦ ਦੇ ਬਾਪ ਨੂੰ ਫਿਜੀ ਦੇ ਵਿੱਚ ਡਿਪੋਰਟ ਹੋਣ ਤੋਂ ਰੋਕ ਸਕਦੀ ਆ, ਉਹੀ ਜੱਜ ਆਨੰਦ ਸਤਿਆਨੰਦ ਨਿਊਜ਼ੀਲੈਂਡ ਦਾ ਗਵਰਨਰ ਜਨਰਲ ਬਣਦਾ ਪਹਿਲਾ ਭਾਰਤੀ ਮੂਲ ਦਾ। ਜੇ ਉਦੋਂ ਦਾ ਬਾਪ ਡਿਪੋਰਟ ਹੋ ਗਿਆ ਹੁੰਦਾ ਤਾਂ ਸ਼ਾਇਦ ਉਹ ਫਿਜੀ 'ਚ ਹੁੰਦਾ। ਬਿਲਕੁਲ। ਸੋ ਇਹ ਆਪਣਾ ਭਵਿੱਖ ਇਸ ਮੁਲਕ ਦੇ ਵਿੱਚ ਆਪਾਂ ਨੂੰ ਆਪਣੇ ਕਹਿੰਦੇ ਹੁੰਦੇ ਨਾ ਅਵਤਾਰ ਸਿੰਘ, ਬਿਲਕੁਲ ਤੁਹਾਡੀਆਂ ਤਰਕਸ਼ੀ ਲਿਖਤਾਂ ਜਿਹੜੀਆਂ ਲਿਖਤਾਂ ਤੁਸੀਂ ਟਾਈਮ ਕੱਢ ਕੇ ਰਾਤ ਨੂੰ ਮੈਂ ਦੇਖਿਆ 7 ਵਜੇ ਤੁਸੀਂ ਪਾ ਦਿੰਦੇ ਹੋ। ਸੋ ਮੈਂ ਸਾਰਿਆਂ ਨੂੰ ਰੈਕਮੈਂਡ ਕਰਾਂਗਾ ਕਿ ਜਿਹੜੇ ਸਾਨੂੰ ਫੇਸਬੁੱਕ ਦੇ ਉੱਤੇ ਰੇਡੀਓ ਸਪਾਈਸ ਦੇ ਨਾਲ ਜੁੜੇ ਹੋਏ ਆ, ਥੈਂਕ ਯੂ। ਅਤੇ ਤੁਸੀਂ ਅਵਤਾਰ ਸਿੰਘ ਤਰਕਸ਼ੀਲ ਜੇ ਪਾਉਂਦੇ ਹੋ ਅਤੇ ਭਾਜੀ ਨਾਲ ਵੀ ਜੁੜ ਸਕਦੇ ਹੋ ਅਤੇ ਸਿੱਖਣ ਜਿਉਣ ਦਾ ਵੱਲ ਭਾਜੀ ਜ਼ਿੰਦਗੀ ਦਾ। ਮੈਂ ਕਹਿੰਦਾ ਇੰਨੀਆਂ ਵਧੀਆ ਤੁਹਾਡੀ ਲੜੀਆਂ, ਕੀਪ ਦੈਟ ਗੋਇੰਗ। ਸਾਡੇ ਸਾਡੇ ਕੋਲ ਹੋਣਹਾਰ ਇੱਕ ਸਾਡੀ ਧੀ ਆ ਹਰਜੀਤ ਕੌਰ। ਹਾਂਜੀ ਹਰਜੀਤ, ਨਵਦੇਵ ਜੀ ਸ਼ਾਇਦ ਤੁਹਾਡੇ ਗਿਆਨ 'ਚ ਗੱਲ ਹੈ ਨਹੀਂ, ਉਹ ਨਾ ਸਾਰੀ ਇਹਨਾਂ ਦੀ ਸੀਰੀਜ਼ ਜਿਹੜੀ ਆ ਉਹ ਰਿਕਾਰਡ ਕਰ ਰਹੀ ਆ। ਓ ਵਾਹ ਜੀ ਵਾਹ। ਸੋ ਰਿਕਾਰਡ ਹੋ ਕੇ ਉਹ ਜਿਹੜੀ ਇੱਕ ਦਸਤਾਵੇਜ਼ ਸਾਂਭਿਆ ਜਾਣਾ, ਕਿਆ ਪਤਾ ਹਰੇਕ ਯੁੱਗ ਦੇ ਵਿੱਚ ਜਿਹੜੀ ਵੀ ਕੋਈ ਪੇਪਰ ਵਰਕ, ਚਾਹੇ ਕੋਈ ਜਿੱਦਾਂ ਹੁਣ ਸਾਡੀ ਪ੍ਰੀਤ ਸੈਣੀ ਭੈਣ ਆ ਉਹ ਲਿਖਦੀ ਬਹੁਤ ਸੋਹਣਾ ਜੀ, ਇਹਦੀ ਵਾਰਤਕ ਦੇ ਵਿੱਚ ਇਹਨਾਂ ਦਾ ਹੁਣ ਮੈਂ ਦੇਖਿਆ ਵੀ ਭਾਵੇਂ ਕਿ ਫੇਸਬੁੱਕ ਤੇ ਇਹਨਾਂ ਨੂੰ ਮੈਂ ਹੀ ਲੈ ਕੇ ਆਇਆ ਸੀ, ਮੈਂ ਇਹ ਗੱਲ ਦਾਵੇ ਨਾ ਕਹਿੰਦਾ, ਇਹਨਾਂ ਨੇ ਫੇਸਬੁੱਕ ਤੇ ਆਉਂਦੇ ਭੜਤੂ ਪਾਤਾ। ਸਹੀ ਗੱਲ, ਮੈਂ ਤਾਂ ਸ਼ੇਅਰ ਦੇਖ ਕੇ ਹੋਰ ਤਾਂ ਕੁਛ ਨਹੀਂ ਭਾਜੀ ਦੇ ਕਹਿੰਦੇ ਹੁੰਦੇ ਆ ਇਸ ਟਾਈਮ ਦੀ ਤੇ ਨਾਲੇ ਭਾਜੀ ਤੁਹਾਡੇ ਵਾਰ। ਸੋ ਫਾਈਨਲੀ ਆਪਾਂ ਫਿਨਿਸ਼ ਕਰਨ ਲੱਗੇ ਆ ਜੀ, ਅਖੀਰ ਦੇ ਵਿੱਚ ਇਸ ਨੂੰ ਸਮਰਾਈਜ਼ ਕਰਦੇ ਆ, ਤੁਸੀਂ ਕਹਿੰਦੇ ਹੁੰਦੇ ਨੇ ਕਿ ਮਾੜਾ ਮੜ ਕੇ, ਕਿਉਂਕਿ ਤੁਹਾਡੇ ਕੋਲ ਜੈਮਸ ਨੈਚੁਰਲੀ ਆ, ਕਿਸ ਕੀ ਤੁਸੀਂ ਜਿਹੜੀਆਂ ਥੋੜੀਆਂ ਰੈਕਮੈਂਡੇਸ਼ਨਸ ਦੇਣਾ ਚਾਹੋਗੇ ਅਖੀਰ ਦੇ ਵਿੱਚ? ਹਾਂਜੀ, ਧੰਨਵਾਦ। ਪਹਿਲਾਂ ਤਾਂ ਮੈਂ ਸਾਰੇ ਫੇਸਬੁੱਕ 'ਤੇ ਜੁੜੇ ਮੇਰੇ ਨਾਲ ਜਿੰਨੇ ਸੱਜਣ ਮਿੱਤਰ ਆ ਉਹਨਾਂ ਸਾਰਿਆਂ ਦੇ ਧੰਨਵਾਦ ਕਰਦਾ, ਕਿਉਂਕਿ ਮੈਨੂੰ ਥੋੜ੍ਹੇ ਸਮੇਂ ਦੇ ਵਿੱਚ ਇੰਨਾ ਰਿਸਪੋਂਸ ਮਿਲਿਆ ਵੀ ਤੁਸੀਂ ਯਕੀਨ ਨਹੀਂ ਕਰ ਸਕਦੇ। ਪੈਰ ਜ਼ਮੀਨ ਤੇ ਰੱਖਿਓ ਪਰ ਪੂਰੇ। ਹਾਂਜੀ ਬਿਲਕੁਲ, ਪੈਰ ਕਦੇ ਚੱਕਣੇ ਨਹੀਂ ਦਿੱਤੇ। ਅਤੇ ਹੁਣ ਜਿੱਦਾਂ ਆਪਾਂ 1 ਮਹੀਨੇ ਦਾ ਹਿਸਾਬ ਲਾਈਏ ਤਾਂ 1 ਲੱਖ ਤੋਂ ਵੱਧ ਬੰਦੇ ਜਿਹੜੇ ਉੱਥੇ ਮੇਰੀਆਂ ਚਾਹੇ ਵੀਡੀਓਜ਼ ਚਾਹੇ ਆਰਟੀਕਲਸ ਪੜ੍ਹ ਚੁੱਕੇ ਆ, ਉੱਥੇ ਰਿਟਨ ਤੁਹਾਨੂੰ ਜਿਹੜੇ ਚਾਹੋ ਤਾਂ ਪਤਾ ਲੱਗਦਾ ਕੰਟੈਂਟ ਤੋਂ। ਅਤੇ ਜਿਹੜੀ ਮੇਰੀ ਇੱਕ ਵੀਡੀਓ ਬਹੁਤ ਪਾਪੂਲਰ ਹੋਈ, 8 ਲੱਖ ਲੋਕ ਫੇਸਬੁੱਕ 'ਤੇ ਦੇਖ ਚੁੱਕੇ ਜੀ, ਇਕੱਲੀ 'ਤੇ ਡੇਲੀ ਪੋਸਟ ਆ ਡੇਲੀ ਪੋਸਟ ਵਾਲੀ। ਤੁਸੀਂ ਆਪਣਾ ਯੂਟਿਊਬ ਚੈਨਲ ਨਹੀਂ ਸ਼ੁਰੂ ਕੀਤਾ? ਉਹ ਜੀ ਬਿਨਾਂ ਪ੍ਰਮੋਸ਼ਨ ਤੋਂ ਵੱਡੀ ਗੱਲ ਆ, ਆਮ ਗੀਤਾਂ ਨੂੰ ਇੰਨੇ ਵਿਊ ਹੁੰਦੇ ਆ ਜੀ। ਤੇ ਮੈਨੂੰ ਜਿਹੜੀ ਯੰਗ ਜਨਰੇਸ਼ਨ ਦੀ ਫੀਡਬੈਕ ਆਈ ਜੀ, ਜਿਹੜਾ ਜਿੱਦਾਂ ਆਪਾਂ ਕਹਿੰਦੇ ਵੀ ਗਾਣਿਆਂ ਦਾ ਦੌਰ ਉਹ ਜਾਂਦਾ ਲੱਗਾ ਜੀ, ਮੈਨੂੰ ਯੰਗ ਜਨਰੇਸ਼ਨ ਦੀ ਇਸ ਤਰ੍ਹਾਂ ਦੀ ਫੀਡਬੈਕ ਆਈ ਕਿ ਲੋਕ ਕਹਿੰਦੇ ਵੀ ਅਸੀਂ ਗਿਵ ਅਪ ਕਰਕੇ ਆਤਮ ਹੱਤਿਆ ਤੱਕ ਪਹੁੰਚਿਓ ਸੀ, ਤਾਂ ਤੁਹਾਡੀ ਵੀਡੀਓ ਦੇਖ ਕੇ ਅਸੀਂ ਜੀਣੇ ਦੀ ਆਸ ਰੱਖ ਲਈ ਆ, ਅਸੀਂ ਹੁਣ ਮਰਨਾ ਨਹੀਂ। ਉਸ ਤੋਂ ਬਾਅਦ ਕੀ ਹੈਗਾ ਵੀ ਜਿਹੜੇ ਵਿੱਚ ਮੁੰਡੇ ਕੁੜੀਆਂ ਦੀ ਮੈਨੂੰ ਫੀਡਬੈਕ ਇਹ ਆਈ ਆ, ਉਹ ਕਹਿੰਦੇ ਵੀ ਲੋਕ ਜਿਹੜੇ ਆ ਹਜੇ ਵੀ ਰਿਪੀਟ ਤੇ ਗਾਣੇ ਸੁਣੀ ਜਾਂਦੇ, ਕਹਿੰਦੇ ਅਸੀਂ ਰਿਪੀਟ ਤੇ ਤੁਹਾਡੀ ਇੰਟਰਵਿਊ ਸੁਣੀ ਜਾਂਦੇ ਆ। ਅੱਛਾ, ਇਸ ਤੋਂ ਵੱਡੀ ਫੀਡਬੈਕ ਹੋਰ ਕੋਈ? ਵੈਸੇ ਆਪਾਂ ਸ਼ੇਅਰ ਕਰਾਂਗੇ, ਮੈਂ ਨਾ ਹੁਣ ਗੱਲ ਚੱਲੀ ਕੁਦਰਤੀ ਤੇ ਆਪਾਂ ਉਹਨੂੰ ਜੇ ਹੋ ਸਕਿਆ ਮੈਨੂੰ ਭਾਜੀ ਤੁਸੀਂ ਲਿੰਕ ਭੇਜੋ ਰੇਡੀਓ ਸਪਾਈਸ ਤੇ ਕੀਵੀ ਟੀਵੀ ਉੱਤੇ, ਜਿਹੜਾ ਆਪਾਂ ਸ਼ੇਅਰ ਕਰਾਂਗੇ ਜਿਹੜੀ ਮੋਟੀਵੇਸ਼ਨਲ ਜਾਂ ਕੋਈ ਇੰਸਪੀਰੇਸ਼ਨਲ ਗੱਲ ਹੈਗੀ ਆ। ਹਰ ਅੰਸ਼ ਸਿੰਘ ਆਪਣਾ ਪਹਿਲਾ ਸਿੱਖ ਸਰਦਾਰ ਬੋਕਸਰ ਹੈ ਜੀ, ਅੱਜ ਉਹਦੇ ਪਿਤਾ ਜੀ ਮੇਰੇ ਨਾਲ ਇਨ ਟੱਚ ਹੋਏ ਤਾਂ ਮੈਂ ਪ੍ਰੋਗਰਾਮ 'ਚ ਤੁਹਾਡੇ ਨਾਲ ਬਹਿਣ ਤੋਂ ਪਹਿਲਾਂ ਉਹ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ। ਵਾਹ। ਬੋਕਸਿੰਗ ਐਸੋਸੀਏਸ਼ਨ ਜਿਹੜੀ ਆ ਉਹਨੇ ਉਹਨੂੰ ਉਹਦੇ ਸਿੱਖੀ ਸਰੂਪ 'ਚ ਉਹਦੇ ਛੋਟੀ ਦਸਤਾਰ ਦੇ ਨਾਲ ਪ੍ਰੋਫੈਸ਼ਨਲ ਬੋਕਸਿੰਗ ਦੇ ਵਿੱਚ ਐਮੇਚਰ ਬੋਕਸਿੰਗ ਦੇ ਵਿੱਚ ਮਨਜ਼ੂਰ ਕੀਤਾ ਉਹਨੂੰ ਜੀ। ਫਸਟ ਟਰਮਨ ਸਿੱਖ ਮਿਸਟਰ ਹਰ ਅੰਸ਼ ਸਿੰਘ, ਜਸਜੀਤ ਸਿੰਘ ਉਹਦੇ ਪਿਤਾ ਜੀ ਆ, ਬੜੇ ਪ੍ਰਾਊਡ ਫਾਦਰ। ਸੋ ਇਹ ਜਿਹੜੇ ਬੱਚੇ ਆ ਜਿਹੜੀ ਅਗਲੀ ਪੀੜ੍ਹੀ ਆ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਇਹਨਾਂ ਨੇ ਇਹ ਬੈਟਨ ਫੜਨਾ, ਇਹਨਾਂ ਨੇ ਇਹਨੂੰ ਖੂਬਸੂਰਤੀ ਨਾਲ ਅੱਗੇ ਲੈ ਕੇ ਜਾਣਾ ਜੀ। ਵੱਖਰੇ ਧਾਰਮਿਕ ਵਿਸ਼ਵਾਸ, ਵੱਖਰੀ ਦਿੱਖ, ਕੋਈ ਗੁਨਾਹ ਨਹੀਂ ਹੈ, ਲੇਕਿਨ ਇਸ ਮੁਲਕ ਦੇ ਵਿੱਚ ਤੁਸੀਂ ਪ੍ਰਵਾਨਯੋਗ ਕਿਵੇਂ ਹੋਣਾ, ਤੁਸੀਂ ਸਹਿਣਸ਼ੀਲਤਾ ਦੂਜਿਆਂ ਦੇ ਪ੍ਰਤੀ ਕਿਵੇਂ ਰੱਖਣੀ ਆ, ਇਹ ਸਿੱਖਣ ਦੀ ਲੋੜ ਆ ਸਾਡੇ ਵਿੱਚ ਸਾਰਿਆਂ ਨੂੰ। ਮੈਂ ਕਿਸੇ ਗੁਰੂ ਨਹੀਂ ਕਹਿੰਦਾ, ਸਾਡੇ ਵਿੱਚ ਸਾਰਿਆਂ ਨੂੰ, ਅਸੀਂ ਵੀ ਹੌਲੀ ਹੌਲੀ ਸਿੱਖ ਰਹੇ ਹਾਂ ਕਿਉਂਕਿ ਸਿੱਖ ਹਾਂ ਜੀ। ਐਂਡ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਭਾਜੀ, ਤੁਸੀਂ ਸਮਾਂ ਕੱਢਿਆ ਤੇ ਇੱਕ ਤੁਹਾਡੇ ਮੈਗਾ ਫੈਨ ਜਿਹੜੇ ਪਹਿਲੀ ਫਸਟ
ਉਹ ਲਾਈਵ ਤੋਂ ਜੁੜੇ ਹੋਏ ਨੇ ਪੁੱਕੀ ਕੋਈ ਤੋਂ ਨਹੀਂ ਉਹ ਵੀ ਸੋ ਭੈਣ ਜੀ ਮਨਜੀਤ ਕੌਰ ਜਿਹੜੇ ਨੇ ਉਹਨਾਂ ਨੇ ਦਸਤਕ ਦੇ ਦਿੱਤੀ ਸੀਗੀ ਤੁਹਾਡੇ ਜੀਵਨ ਸਾਥੀ ਸੋ ਉਹਨਾਂ ਨੂੰ ਵੀ ਅਸੀਂ ਰੇਡੀਓ ਸਮਾਜ ਮੈਂ ਕਹਿੰਦਾ ਰੇਂਦੇ ਰੋਟੀ ਠੰਡੀ ਉਹਨੂੰ ਛੇਤੀ ਆ ਗਿਆ ਤੁਸੀਂ ਦਸਤਕ ਦੇ ਦਿੱਤੀ ਸੋ ਸ਼ੁਕਰੀਆ ਜੀ ਸਾਡੇ ਵਿਊਜ਼ ਜਿਹੜੇ ਸਾਨੂੰ ਅਸੀਂ ਇੱਕ ਵਾਰ ਫੇਰ ਨੁਤੇ ਜੀ ਜਿਹੜੇ ਰੱਖੜੀ ਦਾ ਪਵਿੱਤਰ ਤਿਉਹਾਰ ਆ ਉਹਦੇ ਲਈ ਸਾਡੀਆਂ ਜਿੰਨੀਆਂ ਵੀ ਭੈਣਾਂ ਜਿਨ੍ਹਾਂ ਦੇ ਵੀਰ ਦੂਰ ਵੱਸਦੇ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਇੱਥੇ ਲਾਗੇ ਅਸੀਂ ਉਹਨਾਂ ਦੇ ਭਰਾ ਹਾਂ ਜਿਹੜੇ ਸਾਡੇ ਭਰਾ ਇੱਥੇ ਵੱਸਦੇ ਆ ਉਹਨਾਂ ਦੇ ਲਈ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਆਪਣੀਆਂ ਭੈਣਾਂ ਨੂੰ ਕਦੇ ਵੀ ਦੂਰ ਨਾ ਸਮਝੋ ਇਹ ਰਿਸ਼ਤੇ ਬੜੇ ਸਦੀਵੀ ਆ ਇਹ ਬੜੇ ਪਾਕੀਜ਼ਗੀ ਨਾਲ ਭਰੇ ਹੋਏ ਰਿਸ਼ਤੇ ਆ ਦੁਨੀਆਂ ਦੇ ਵਿੱਚ ਇਹਨਾਂ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣਾ ਅਤੇ ਨਿਭਾਉਣਾ ਇਹ ਬੜਾ ਲਾਜ਼ਮੀ ਆ ਤੁਹਾਡੇ ਲਈ ਸਾਡੇ ਲਈ ਹਰ ਦਿਨ ਰੱਖੜੀ ਹੋ ਨਿਬੜਦਾ ਜੇ ਤੁਸੀਂ ਉਹਨਾਂ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਦੇ ਹਾਂ ਹਿੱਕ ਨਾਲ ਲਾ ਕੇ ਰੱਖਦੇ ਹਾਂ ਅਤੇ ਮੈਨੂੰ ਪੂਰੀ ਉਮੀਦ ਆ ਸਾਡੇ ਪੁਰਖਿਆਂ ਨੇ ਸਾਡੇ ਬਜ਼ੁਰਗਾਂ ਨੇ ਜਿਹੜੇ ਸੰਸਕਾਰ ਸਾਨੂੰ ਦਿੱਤੇ ਉਹਨਾਂ ਦੇ ਮੁਤਾਬਕ ਸਾਨੂੰ ਇੱਦਾਂ ਕਰਨਾ ਵੀ ਚਾਹੀਦਾ ਜਿਹੜੀਆਂ ਚੰਗੀਆਂ ਵੈਲਿਊਜ਼ ਆ ਉਹਨਾਂ ਨੂੰ ਇੱਥੋਂ ਦੇ ਸਮਾਜ ਦੇ ਵਿੱਚ ਇੰਟਰੋਡਿਊਸ ਕਰਾਉਣਾ ਚਾਹੀਦਾ ਸਿਰਫ ਦੀਵਾਲੀ ਨੂੰ ਡੰਮ ਲੱਕ ਲੱਕ ਕਰਕੇ ਨਹੀਂ ਆਪਾਂ ਨੂੰ ਘਰ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਦੱਸੋ ਕਿ ਅਸੀਂ ਵੀ ਕੌਣ ਆ ਹਾਂ ਆਪਣੇ ਉਹਨੂੰ ਮਹਾਂਮਨੁੱਖ ਨਾ ਸਮਝੀਏ ਇਹਨਾਂ ਦਾ ਇੱਕ ਹਿੱਸਾ ਸਮਝੀਏ ਸਮਾਜ ਦਾ ਇੱਕ ਪ੍ਰਾਊਡ ਹਿੱਸਾ ਸਮਝੀਏ ਇੱਕ ਵਾਈਬ੍ਰੈਂਟ ਕਲਚਰ ਦਾ ਹਿੱਸਾ ਹੋਣ ਦੇ ਨਾਤੇ ਮਾਣ ਮਹਿਸੂਸ ਕਰੀਏ ਐਂਡ ਯੂ ਸ਼ੁੱਡ ਪ੍ਰਾਊਡ ਟੂ ਬੀ ਹੂ ਯੂ ਆਰ ਜੇ ਅੱਜ ਮੈਂ ਸਿੱਖ ਹਾਂ ਜਾਂ ਸਿੱਖੀ ਸੂਪ 'ਚ ਹਾਂ ਤਾਂ ਠੀਕ ਆ ਇੱਦਾਂ ਹੀ ਵਿਚਰੀਦਾ ਥੈਂਕ ਯੂ ਵੈਰੀ ਮੱਚ ਆਪਾਂ ਪ੍ਰੋਗਰਾਮ ਇੱਥੇ ਸਮਾਪ ਕਰਨਾ ਅਤੇ ਮੈਂ ਸ਼ੁਕਰੀਆ ਅਦਾ ਕਰਨਾ ਨਵਦੀਪ ਦਾ ਬਿਹਾਈਂਡ ਦਾ ਕੈਮਰਾ ਬੜੀ ਕਹਿੰਦੇ ਹੁੰਦੇ ਨਾ ਸੰਜਮ ਦੇ ਨਾਲ ਨਵਦੀਪ ਇੱਥੇ ਬੈਠਾ ਸਾਡੀ ਟੈਕਨੀਕਲ ਟੀਮ ਦਾ ਵੈਸੇ ਦੋ ਵਾਰ ਢਿੱਡ ਤੇ ਹੱਥ ਫੇਰਾ ਕਹਿੰਦਾ ਭਾਈ ਭੁੱਖ ਬਹੁਤ ਲੱਗੀ ਉਹਨੂੰ ਜਾਣ ਨਹੀਂ ਦਿੱਤਾ ਤੇ ਅਸੀਂ ਇੱਥੇ ਹੀ ਫਿਨਿਸ਼ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਥੈਂਕ ਯੂ ਫੋਰ ਵਾਚਿੰਗ ਤੇ ਕੋਈ ਵੀ ਸਾਡੇ ਕੋਲੋਂ ਲਾਈਵ ਪ੍ਰੋਗਰਾਮ ਕਰਦੇ ਹਾਂ ਬਹੁਤ ਗਲਤੀਆਂ ਰਹਿ ਜਾਂਦੀਆਂ ਟੈਕਨੀਕਲੀ ਅਸੀਂ ਕੋਈ ਬਹੁਤੇ ਵਧੀਆ ਬੰਦੇ ਨਹੀਂ ਮੈਂ ਤਾਂ ਖਾਸ ਤੌਰ 'ਤੇ ਚੜੀਆਂ ਕੁੱਟਦੇ ਆ ਗਿਆ ਸੀ ਨਤੇਜ ਜਿਹੜੀ ਫਿਰ ਵੀ ਚੌਥੀ ਪੀੜ੍ਹੀ 'ਚੋਂ ਆ ਅਵਤਾਰ ਭਾਅ ਜੀ ਆਪਣੇ ਕੰਮ ਦੇ ਮਾਹਰ ਆ ਸਵਾਲ ਪੁੱਛਣ ਲੱਗਿਆਂ ਸਵਾਲ ਦਾ ਜਵਾਬ ਦੇਣ ਲੱਗਿਆਂ ਸਾਡੇ ਕੋਲੋਂ ਕਿਤੇ ਨਾ ਕਿਤੇ ਜੇ ਕੋਈ ਗਲਤੀ ਰਹਿ ਗਈ ਹੋਵੇ ਉਹਦੀ ਦੋਨੇ ਹੱਥ ਜੋੜ ਕੇ ਅਸੀਂ ਮਾਫ਼ੀ ਮੰਗਦੇ ਹਾਂ ਅਤੇ ਅੱਗੇ ਤੋਂ ਹੋਰ ਵੀ ਬਿਹਤਰ ਹੋਰ ਵੀ ਵਧੀਆ ਤਰੀਕੇ ਦੇ ਨਾਲ ਆਪਣੀ ਭਾਈਚਾਰੇ ਦੀ ਸੇਵਾ ਦੇ ਵਿੱਚ ਵਾਈਡਰ ਕਮਿਊਨਿਟੀ ਦੀ ਸੇਵਾ 'ਚ ਹਾਜ਼ਰ ਹੋਣ ਦਾ ਵਾਅਦਾ ਕਰਦੇ ਹੋਏ ਤੁਹਾਡੇ ਸਾਰਿਆਂ ਤੋਂ ਆਗਿਆ ਚਾਹੁੰਦੇ ਹਾਂ ਕਿ ਰਾਹ ਦਾ ਪੱਥਰ ਸਾਂ ਤਾਂ ਲੋਕ ਮਾਰਦੇ ਸਨ ਠੋਕਰਾਂ ਮੀਲ ਪੱਥਰ ਬਣ ਗਿਆ ਤਾਂ ਰਹਿਨੁਮਾ ਕਹਿੰਦੇ ਨੇ ਲੋਕ ਸ਼ਬਾ ਖੈਰ ਮਿਹਰਬਾਨੀ।